hazır. ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹੀਦਾ ਵਿਚਾਰ ਚ। ਮੈਂ ਹਾਂ ਹਰਮਨ ਥਿੰਦ ਤੇ ਮੇਰੇ ਨਾਲ ਸਵਰਨ ਸਿੰਘ ਟਾਣਾ ਹਰ ਰੋਜ਼ ਦੀ ਤਰ੍ਹਾਂ ਹਾਜ਼ਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਰਮਨ ਜੀ। ਪਹਿਲਾਂ ਦਰਸ਼ਕਾਂ ਨੂੰ ਅੱਜ ਇਹ ਦੱਸ ਦਈਏ ਕਿ ਅਸੀਂ ਲੁਧਿਆਣੇ ਦੇ ਵਿੱਚ ਆ ਜੀ, ਇੱਥੋਂ ਦੀ ਪ੍ਰਤਾਪਪੁਰਾ ਕਲੋਨੀ ਦੇ ਵਿੱਚ ਅਸੀਂ ਪਹੁੰਚੇ ਹੋਏ ਆ। ਇੱਥੇ ਪਹੁੰਚਣ ਦਾ ਸਾਡਾ ਮਕਸਦ ਇਹ ਹੈ ਕਿ ਪੰਜਾਬੀ ਗੀਤਕਾਰੀ ਦਾ ਕਿਸੇ ਵੇਲੇ ਧਰੂ ਤਾਰਾ ਰਹੇ ਜੀ ਚਤਰ ਸਿੰਘ ਪਰਵਾਨਾ, ਜਿਨ੍ਹਾਂ ਨੂੰ ਅੱਜ ਕੋਈ ਨਹੀਂ ਪੁੱਛਦਾ, ਜਿਹੜੇ ਨਰਕ ਭਰੀ ਜ਼ਿੰਦਗੀ ਬਸਰ ਕਰ ਰਹੇ ਆ ਤੇ ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੇ ਹਾਲਾਤ ਨੂੰ ਦੇਖ ਕੇ ਤੇ ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਗਰੀਬੀ ਇੰਨੀ ਭਿਆਨਕ ਵੀ ਹੁੰਦੀ ਹੈ। ਜਿਹੜੇ ਕਮਰੇ ਦੇ ਵਿੱਚ ਉਹ ਰਹਿੰਦੇ ਆ, ਮਾਫ਼ ਕਰਨਾ ਇਹ ਗੱਲ ਭੜਤਣ ਵਾਲੀ ਆ, ਇਹ ਗੱਲ ਚੰਗੀ ਨਹੀਂ ਮੇਰੇ ਮੂੰਹ ਦੇ ਵਿੱਚੋਂ ਨਿਕਲਣ ਵਾਲੀ, ਸ਼ਾਇਦ ਉੱਥੇ ਕੋਈ ਵੀ ਹੋਰ ਬੰਦਾ ਪਿਆ ਹੋਵੇ ਉਹ ਬਿਮਾਰ ਹੋ ਜੇ। ਮੇਰਾ ਖਿਆਲ ਉਹ 24 ਘੰਟਿਆਂ ਦੇ ਵਿੱਚ ਹੀ ਉਹਨੂੰ ਕੋਈ ਨਾ ਕੋਈ ਸਮੱਸਿਆ ਆ ਜਾਵੇ ਸਿਹਤ ਦੀ। ਉਹ ਕਮਰਾ ਜਿਸ ਤਰੀਕੇ ਦੇ ਨਾਲ ਮੁਸ਼ਕ ਭਰਿਆ, ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਹਨੇਰਾ, ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਬੁਰੇ ਹਾਲ ਆ, ਅਤੇ ਚਤਰ ਸਿੰਘ ਪਰਵਾਨੇ ਨੂੰ ਦੇਖ ਕੇ ਅਤੇ ਮੇਰੀਆਂ ਵੀ ਅਤੇ ਜਿਹੜੇ ਆਲੇ ਦੁਆਲੇ ਹੋਰ ਸਾਥੀ ਆ ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚ ਅੱਥਰੂ ਆ ਗਏ ਆ। ਚਤਰ ਸਿੰਘ ਪਰਵਾਨੇ ਨੇ ਇੱਕ ਨਹੀਂ ਸਗੋਂ ਦਰਜਨਾਂ ਦੀ ਗਿਣਤੀ ਦੇ ਵਿੱਚ ਇਹੋ ਜਿਹੇ ਗੀਤ ਦਿੱਤੇ ਸੰਗੀਤ ਪ੍ਰੇਮੀਆਂ ਨੂੰ ਜਿਨ੍ਹਾਂ ਨੂੰ ਸੁਣ ਸੁਣ ਕੇ ਕਈ ਪੀੜ੍ਹੀਆਂ ਜਵਾਨ ਹੋਈਆਂ। ਉਹ 3 ਪੀੜ੍ਹੀਆਂ ਦੇ ਗੀਤਕਾਰ ਅਸਲ ਦੇ ਵਿੱਚ ਖੁਦ ਵੀ ਗਾਉਂਦੇ ਰਹੇ ਆ। ਜੇ ਉਹਨਾਂ ਦੇ ਗੀਤਾਂ ਦਾ ਅਸੀਂ ਜ਼ਿਕਰ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਮਸ਼ਹੂਰ ਉਹਨਾਂ ਦਾ ਗੀਤ ਹੋਇਆ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਚੜ੍ਹ ਜਾ ਜੀ ਭਾਬੀ ਖੇਤ ਨਾ ਜਾਈ ਤੇਰਾ ਮੁੰਡਾ ਰੋਊਗਾ। ਬਿਲਕੁਲ, ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆ ਜਾ, ਮੇਰੀ ਵਾਰੀ ਆਈ ਪਤੀਲਾ ਖੜਕੇ ਤੇ ਸੱਸ ਕੁੱਟਣੀ ਸੰਦੂਕਾਂ ਓਲੇ ਪੇਕੇ ਛੱਡ ਦੇ ਮਹੀਨਾ ਇੱਕ ਹੋਰ ਮਿੱਤਰਾ। ਤੇ ਇਹ ਗੀਤ ਤੇ ਇਹਨਾਂ ਵਰਗੇ ਪਤਾ ਨਹੀਂ ਕਿੰਨੇ ਹੋਰ ਲਿਖੇ ਆ, ਉਮਰ ਦੇ 80ਵੇਂ ਵਰੇ ਦੇ ਵਿੱਚ ਆ, 80ਾਂ ਤੋਂ ਪਾਰ ਆ, ਪਰ ਬਹੁਤ ਬੁਰੇ ਹਾਲ ਦੇ ਵਿੱਚ ਆ। ਪਹਿਲਾਂ ਆਪਾਂ ਨਾ ਉਹ ਹਾਲਾਤ ਦੇਖ ਲਈਏ ਜਿਹੜੇ ਉਹ ਕਮਰੇ ਦੇ ਵਿੱਚ ਰਹਿੰਦੇ ਆ, ਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਬਾਹਰ ਲਿਜਾ ਕੇ ਗੱਲ ਕਰਾਂਗੇ ਕਮਰੇ ਤੋਂ ਬਾਹਰ, ਕਿਉਂਕਿ ਅੰਦਰ ਹਨੇਰਾ ਬਹੁਤ ਆ, ਅੰਦਰ ਹਾਲਾਤ ਨਹੀਂ ਚੰਗੇ। ਸੋ ਪਹਿਲਾਂ ਆਪਾਂ ਕਮਰੇ ਦਾ ਦ੍ਰਿਸ਼ ਦੇਖ ਲਈਏ ਤੇ ਫਿਰ ਕਰਦੇ ਗੱਲਬਾਤ। ਚਲੀਏ ਆਪਾਂ। ਪਰਵਾਨਾ ਜੀ, ਕੀ ਹਾਲ ਆ ਤੁਹਾਡਾ? ਟਣਾ ਜੀ ਹਾਲ ਠੀਕ ਹੈ, ਫਿਰ ਵੀ ਪਰਮਾਤਮਾ ਦਾ ਬਹੁਤ ਸ਼ੁਕਰ ਹੈ, ਸ਼ੁਕਰ ਦਾਤੇ ਆ, ਸ਼ੁਕਰ ਦਾਤੇ ਆ, ਜ਼ਿੰਦਗੀ ਰਹੀ ਹੈ, ਫਿਰ ਵੀ ਅੱਛੀ ਗੁਜ਼ਰ ਦਾਤੇ ਆ। ਪਰ ਪਹਿਲਾਂ ਜਿਹੜੀ ਪੋਜੀਸ਼ਨ ਸੀ ਉਹਦੇ ਨਾਲੋਂ ਹੁਣ ਦੀ ਦੱਸਦਿਆਂ ਹੋਇਆ ਸ਼ਰਮ ਆਉਂਦੀ ਹੈ। ਗਰੀਬੀ ਵੀ ਆਈ ਔਰ ਅਮੀਰੀ ਇੰਨੀ ਆਈ, ਉਸ ਟਾਈਮ ਤੈਨੂੰ ਇਹ ਨਹੀਂ ਪਤਾ ਇੰਨਾ ਪੈਸਾ ਸੰਭਾਲ ਕਿੱਦਾਂ ਹੋਵੇਗਾ। ਲੇਕਿਨ ਉਹ ਪੈਸਾ ਖਤਮ ਹੋਣ ਦੇ ਕਾਰਨ ਕੁਛ ਆਪਣੀ ਵੇਸਾਂ ਦੀ, ਕੁਛ ਆਪਣੀ ਬੇਗੌਰੀ, ਕੁਛ ਕੁਦਰਤ ਹੈ ਜਿਹਨੂੰ ਮੈਂ ਬਹੁਤ ਮੰਨਦਾ ਕਿ ਕੁਦਰਤ ਜੋ ਕਰੇ ਉਹ ਵਕਤ ਐਸਾ ਆਉਂਦਾ ਹੈ, ਇੱਕ ਫਟਾਫਟ ਹੀ ਉਹ ਸਾਰਾ ਚੇਂਜ ਹੋ ਜਾਂਦਾ। ਵਕਤ ਕੀ ਦੁਨੀਆ ਕੋਲੋਂ ਵਕਤ ਕਾ ਹਰਸ਼। ਪਰਵਾਨਾ ਜੀ, ਤੁਹਾਡੀ ਉਮਰ ਦੇ ਬਹੁਤ ਸਾਰੇ ਗੀਤਕਾਰਾਂ ਅਤੇ ਗਾਇਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਤਵਿਆਂ ਵਾਲੇ ਦੌਰ ਦੇ ਨਾਲ ਜੁੜੇ ਰਹੇ ਆ। ਹਾਂਜੀ, ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਤੁਹਾਡੇ ਵਰਗੀ ਆ ਤੇ ਬਹੁ ਗਿਣਤੀ ਕਲਾਕਾਰਾਂ ਦਾ ਮੈਂ ਜਾਣਦਾ ਵੀ ਇਹ ਹਾਲ ਕਿਉਂ ਹੋਇਆ, ਕਿਉਂਕਿ ਉਹਨਾਂ ਨੇ ਪੈਸਾ ਸੰਭਾਲਿਆ ਨਹੀਂ ਜਿਵੇਂ ਤੁਸੀਂ ਮੰਨੇ ਹੋ ਸੰਭਾਲਿਆ। ਤੁਹਾਡੇ ਕੋਲ, ਤੁਸੀਂ ਮੇਰੇ ਕੋਲ ਗੱਲਬਾਤ ਦੌਰਾਨ ਕਿਹਾ ਸੀ ਕਿ ਇੱਕ ਡੇਅਰੀ ਫਾਰਮ ਵੀ ਸੀ, ਤੁਹਾਡੇ ਕੋਲ ਅੰਬੈਸਡਰ ਕਾਰਾਂ ਵੀ ਸੀ, ਉਹ ਸਾਰਾ ਕੁਝ ਕੋਈ ਖੋ ਕੇ ਤਾਂ ਲੈ ਨਹੀਂ ਗਿਆ, ਕਿਹੜੀ ਗਲਤੀ ਕੀਤੀ ਐਸੀ ਵੀ ਸਾਰਾ ਕੁਝ ਖੁੱਸ ਗਿਆ? ਉਹ ਬੇਇਤਫਾਕੀ ਮੁੰਡਿਆਂ ਦੀ ਵੀ, ਉਸ ਟਾਈਮ ਮੁੰਡੇ ਵੀ ਵਫ਼ਾਦਾਰ ਨਹੀਂ ਸੀ ਚੱਲਦੇ, ਉਸ ਟਾਈਮ ਕਈ ਵਾਰੀ ਵਿਹਲੇ ਵੀ ਰਹਿੰਦੇ ਸੀ ਮੁੰਡੇ। ਜਾਂ ਇਹ ਡੈਰੀ ਸੀ ਉਹ ਆਪਣੇ ਆਪ ਇੱਦਾਂ ਹੀ ਹੋ ਗਈ ਕਿ ਉਹ 1.5 ਸਾਲ ਵਿੱਚ ਜਿਹੜੀ ਮਵਾਦ ਸਾਡੇ ਘਰ ਆ ਗਈ, ਉਹ ਜਿੰਨੀ ਮਰਜ਼ੀ ਭਾਰੀ ਹੋ ਬਾਹਰੋਂ ਆਈ ਹੈ ਉਹਨੇ ਸੁੱਕ ਹੀ ਜਾਣਾ, ਜਿੰਨਾ ਮਰਜ਼ੀ ਵੱਡ ਠੱਠਰ ਪਾਈ ਜਾਵਾਂ। ਅਤੇ 1 ਸਾਲ ਦੇ ਵਿੱਚ 1.5 ਸਾਲ ਸਾਰੀ ਖਤਮ ਹੋ ਗਈ। ਇੱਕ ਮੱਝ ਰਹਿ ਗਈ ਉਹਦੀ, ਉਹਨੂੰ ਮੈਂ ਨਵੇਂ ਦੁੱਧ ਕਰਾ ਕੇ ਲਿਆਇਆ, ਇੱਕ ਬੰਦੇ ਆਏ ਮਾਛੋ ਵਾਲੇ ਤੋਂ ਮੋਹੜੀ ਲੈ ਕੇ ਨਵੀਂ,
ਕਹਿੰਦੇ ਵੀ ਇੱਕ ਕੋਈ ਪਸ਼ੂ ਹੈ, ਮੈਂ ਇੱਕ ਰਹਿੰਦੀ ਹੈ, ਸਾਰੀ ਉੱਜੜ ਗਈ। ਮੈਂ ਕਹਿੰਦੇ ਇਹਦਾ ਕਿਵੇਂ ਕਿ ਸੇਵਾ, ਮੈਂ ਜਿਹੜਾ ਜਿਹੜਾ ਦੇਣਾ ਦੇ ਦਿਓ 2-4 ਹਜ਼ਾਰ। ਕਹਿੰਦੇ ਕੀ ਦੇ ਕੇ ਆਇਓ ਅਸੀਂ ਇਹ ਇਹਦਾ ਹੁਣ ਆਪਾਂ ਅੱਗੇ ਨਾਉਣ ਜੀ। ਉਹ ਕਹਿੰਦੇ ਮੈਂ 20 ਰੁਪਈਏ, ਹੁਣ ਅੱਜ ਕੱਲ੍ਹ 500-400 ਹੈ। ਉਹ ਕਹਿੰਦੇ ਆਹ 20 ਰੁਪਈਏ, ਮੈਂ ਲੈ ਜਾਓ। ਉਸ ਤੋਂ ਬਾਅਦ ਹੱਟੀਆਂ ਇੱਦਾਂ ਗਈਆਂ, ਬੇਸੰਭਾਲ ਘਰ ਦੀ ਬੇਤਫਾਕੀ, ਕੁਛ ਮੁੰਡਿਆਂ ਦੀ ਉਸ ਟਾਈਮ ਨਾ ਪਹੁੰਚੀ। ਇਹ ਮੁੰਡਾ ਦਾ ਬੱਚਾ ਹੈ ਨਹੀਂ ਸੀ, ਮੁੰਡੇ ਵੱਡੇ ਵਫਾਦਾਰ ਨਹੀਂ ਸੀ, ਵਫਾਦਾਰੀ ਨਹੀਂ ਸੀ ਕਰਦੇ, ਕੰਮਾਂ ਤੋਂ ਵੀ ਵਿਹਲੇ ਰਹਿ ਜਾਣਾ। ਇਸ ਤੋਂ ਬਾਅਦ ਉਹਨਾਂ ਦੇ ਵਿਆਹ 2-2 ਵੀ ਹੋਏ। ਕੁਦਰਤੀ ਸਾਰਾ ਉਹ ਮੈਂ ਫਿਰ ਆਪਣੇ ਆਪ ਮੈਂ ਸਾਰੀ ਜਾਇਦਾਦ ਵੇਚ ਕੇ ਇਹਨਾਂ ਦੇ ਉੱਤੇ ਉਸੇ ਜਿਉਂਦੇ ਜੀ ਖਤਮ ਕਰਤੀ। ਇਸ ਬਹੁ ਨੂੰ ਮੈਂ ਵੈਸੇ ਇਹਦੀ ਸੇਵਾ ਪੜ੍ਹਾਈ ਦੀ ਕਰ ਸਕਿਆ, ਇਲਾਜ ਕਰਾ ਸਕਿਆ, ਇਹ ਵੈਸੇ ਹੋਰ ਇਹਨੂੰ ਮੈਂ ਵਾਂਡ ਵਿੱਚ ਕੁਛ ਨਹੀਂ ਕਰ ਸਕਿਆ, ਪਰ ਸੇਵਾ ਹੁਣ ਇਹ ਕਰ ਰਿਹਾ। ਤੁਹਾਡੇ ਕੁੱਲ ਕਿੰਨੇ ਬੱਚੇ ਨੇ? ਆਹ 5 ਮੁੰਡੇ, 3 ਕੁੜੀਆਂ, ਇੱਕ ਸਤਲੁਜ ਦਰਿਆ ਵਿੱਚ ਸੁੱਟ ਕੇ ਆਇਆ ਸੀ, ਮੈਂ ਨਿੱਕੀ ਆਉਂਦੀ। ਉਹ ਕਿਉਂ ਸੁੱਟਤੀ ਸੀ? ਉਹ ਮਰ ਗਈ ਸੀਗੀ ਬਾਬਾ ਹਸਪਤਾਲ 'ਚ। ਅੱਛਾ, ਹਾਂਜੀ, ਬਾਬਾ ਹਸਪਤਾਲ। ਫਿਰ ਤੁਸੀਂ ਆਪ ਸੁੱਟ ਕੇ ਆਏ? ਪਤਾ ਨਹੀਂ ਹੁਣ ਮੇਰੇ ਪਿਛਲੇ ਕਰਮਾਂ ਦੇ ਕੁਛ ਕਰਨੇ, ਕੁਛ ਕਰਮ ਗੱਤ, ਕੁਛ ਪੂਰਵਲੇ ਲੇਖ, ਇਹ ਪਿਛਲੇ ਕਰਮਾਂ ਦੀ ਗੱਲ ਹੈ ਕਿ ਉਹ ਮੇਰੇ ਹੱਥੋਂ ਸਟਵਾਈ ਗਈ। ਪਤਾ ਨਹੀਂ ਗੱਲ ਸੁੱਟੋ ਲੱਗਿਆ, ਉਹਦਾ ਸਿਰ ਨੀਵਾਂ ਹੋ ਗਿਆ, ਲੱਤਾਂ ਤਾਂ ਕਰ ਗਈਆਂ ਐਸੀ ਦਸ਼ਾ ਨਾਲ। ਪੁਰਾਣਾ ਜੀ, ਜਦੋਂ ਤੁਸੀਂ ਉਹਨਾਂ ਚੰਗੇ ਦਿਨਾਂ ਨੂੰ ਚੇਤੇ ਕਰਦੇ ਹੋ ਅਤੇ ਹੁਣ ਜਿੰਨੀ ਤੁਹਾਡੀ, ਮਾਫ ਕਰਨਾ, ਮਾੜੀ ਹਾਲਤ ਆ, ਤੁਹਾਡੇ ਕਮਰੇ ਦੇ ਵਿੱਚ ਬੈਠਿਆ ਨਹੀਂ ਜਾਂਦਾ, ਤੁਹਾਡੇ ਕੋਲ ਬਹਿਣਾ ਔਖਾ ਹੋ ਜਾਂਦਾ, ਕਿਉਂਕਿ ਮੈਂ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਕਿ ਤੁਹਾਡੇ ਜਿਹੜੇ ਕੱਪੜੇ ਆ ਇਹ ਬਹੁਤ ਲੰਮਾ ਸਮਾਂ ਹੋ ਗਿਆ ਧੋਤੇ ਨਹੀਂ ਹੈਗੇ, ਨਹੀਂ ਧੋਤੇ, ਪਰ ਇਹ ਕੀ ਮਹਿਸੂਸ ਕੀ ਹੁੰਦਾ ਵੀ ਇੰਨੀ ਆਲੀਸ਼ਾਨ ਜ਼ਿੰਦਗੀ ਸੀ ਅਤੇ ਹੁਣ ਨਰਕ ਵਰਗੀ ਹੈ ਜ਼ਿੰਦਗੀ? ਕਰਮਾਂ ਦੇ ਕੜਛੇ ਹੈ, ਕੋਈ ਕਰਮ ਬੀਜ ਐਸੇ ਹੋ ਜਾਂਦੇ ਆ ਬੰਦੇ ਕੋਲ, ਉਹਨਾਂ ਕਰਮਾਂ ਦੇ ਜਿਹੜੇ ਹੈਗੇ ਕੜਛੇ ਬੰਦੇ ਨੂੰ ਇਸ ਦਸ਼ਾ 'ਚ ਫਸਾ ਦਿੰਦੇ ਆ। ਪਤਾ ਨਹੀਂ ਕਿ ਖੁੱਲ੍ਹੀ ਜੇਲ੍ਹ ਹੈ, ਮੈਂ ਕਿਤੇ ਜੇਲ੍ਹ ਜਾਣਾ ਸੀਗਾ, ਇਸ ਦੇ ਵਿੱਚ ਮੈਂ ਬਹਿ ਨਹੀਂ ਸਕਦਾ, ਪੈ ਨਹੀਂ ਸਕਦਾ, ਪਰ ਇਹ ਕਮਰਾ ਇਹਨਾਂ ਤੋਂ ਛੱਡਿਆ ਵੀ ਨਹੀਂ ਜਾਂਦਾ, ਇਹ 'ਚ ਭਰਿੰਡਾ ਖੱਖਰ ਵੀ ਲੱਗਿਆ ਹੈ ਇਸ ਟਾਈਮ 'ਤੇ। ਇੱਥੇ ਵੈਸੇ ਨੂੰ ਮੂੰਹ ਨਾਲ ਹੀ ਹੈ, ਇਹ ਤੋਂ ਚਾਨਣ ਨਹੀਂ ਪੈਂਦਾ, ਮੱਛਰ ਵੀ ਆਉਂਦਾ, ਅਤੇ ਊਂ ਵੀ ਬੰਦ ਕਮਰਾ 'ਚ ਮੇਰੇ ਬੈਠਣ ਨੂੰ ਜੀ ਨਹੀਂ ਕਰਦਾ, ਪਰ ਮੈਂ ਉਧਰੋਂ ਮੇਲੇ ਬੰਦ ਹੋ ਗਏ, ਜਾਣ ਦਿਲ ਨਹੀਂ ਕਰਦਾ, ਹਿੰਮਤ ਨਹੀਂ ਪੈਂਦੀ, ਤਾਂ ਵਿੱਚ ਕਮਜ਼ੋਰੀ ਆ ਗਈ। ਉਧਰ ਮੈਂ ਇਸ ਕਮਰੇ 'ਚ ਦਿਨੇ ਰਾਤ ਪਾਉਂਦਾ, ਇਸ ਕਮਰੇ 'ਚ ਮੇਰੀ ਹਾਲਤ ਬਚ ਹੀ ਨਹੀਂ ਸਕਦੀ, ਮੇਰੀ ਸਿਹਤ ਵੀ ਠੀਕ ਨਹੀਂ ਰਹਿ ਸਕਦੀ। ਰੋਣਾ ਜੀ, ਕਿੰਨੇ ਗੀਤ ਤੁਹਾਡੇ ਰਿਕਾਰਡ ਹੋਏ ਹੋਣਗੇ ਵੱਖ ਵੱਖ ਕਲਾਕਾਰਾਂ ਦੀ ਆਵਾਜ਼ 'ਚ? ਕਿਉਂਕਿ ਸਾਨੂੰ ਦਰਜਨ ਕੁ ਗੀਤ ਤਾਂ ਚੇਤੇ ਆ ਵੀ 1 ਦਰਜਨ ਦੇ ਨੇੜੇ ਤੇੜੇ, ਬਾਕੀ ਅੰਦਾਜ਼ਾ ਤੁਹਾਡੇ ਕਿੰਨੇ ਗੀਤ ਰਿਕਾਰਡ? 1000 ਤੋਂ ਕੁਛ ਕੰਮ ਵੀ ਹੋ ਸਕਦੇ ਆ। ਕਿਹੜੇ ਕਿਹੜੇ ਕਲਾਕਾਰਾਂ ਨੇ ਗਾਏ? ਨਿੰਦਰ ਗਿੱਬਾ ਉਹਦੇ ਨਾਲ ਵੀ ਗਾਇਆ, ਉਹਦੀ ਆਵਾਜ਼ 'ਚ ਹੋਇਆ, ਭੱਠੀ ਉੱਤੇ ਖੜ ਕੇ ਮੈਂ ਦਾਣੇ ਵੀ ਬਣਾਉਣੀ ਆ, ਤੇਰੀਆਂ ਖਿੱਲਾਂ ਮੇਰੇ ਰੋਡ ਮੁੰਡੇ ਪੈ ਕੇ ਛੱਡ ਜਾ ਮਹੀਨਾ ਇੱਕ ਹੋਰ ਮੁੰਡਾ। ਲਵਲੀ ਨਿਰਮਾਣ ਦਾ ਪਿਓ ਗੁਰਦਿਆਲ ਨਿਰਮਾਣ, ਮੇਰੀ ਛੋਟਿਆਂ ਦੀ ਦਾਲ ਕਤਾਰੀ ਭਾਈਗੀ ਦੇ ਮੂੰਹ ਲੱਗੀ, ਮੈਂ ਕੜਛੀ ਬੁੱਲਾਂ 'ਤੇ ਮਾਰੀ, ਨੀਂਹ ਭਰਜਾਈ, ਹਾਂ ਵੀ ਦੇਵਰਾ ਦਿਲ ਭਰਜਾਈਏ, ਨਾ ਵੀ ਦੇਵਰਾ ਪਰਵਾਨਾ ਤੇਰੇ ਪੁੱਤਾਂ ਵਰਗਾ ਤੂੰ ਹੈ ਮੇਰੀ, ਮੈਂ ਦੁਨੀਆਂ ਨੂੰ ਦੱਸਿਆ ਸੀ ਵੀ ਵੱਡੀ ਭਾਈ ਭਾਬੀ ਮਾਂ ਹੁੰਦੀ ਹੈ। ਇਹ ਗੀਤ ਉਹਨੇ ਸਕੇ ਭਰਾ ਅਮੀਰ ਰਣਵੀਰ ਰਾਣੇ ਦੇ ਨਾਲ ਕਰਵਾਇਆ, ਭੈਣ ਭਰਾ ਨੇ ਗਾਇਆ, ਦਿਓਰ ਭਰਜਾਈ ਦਾ ਗੀਤ। ਇੱਕ ਅਰਜੀਤ ਸਿੰਘ ਰਾਹੀ, ਜੇਲ੍ਹ ਦਾ ਸੁਪਰਡੈਂਟ ਜਿਹੜਾ ਮਰ ਗਿਆ, ਉਹਦਾ ਮੁੰਡਾ ਜੋਗਾ ਸਿੰਘ ਰਾਹੀ ਹੁਣ ਨਵੀਂ ਕਚਹਿਰੀ ਵਿੱਚ ਵਕੀਲ ਹੈ, ਉਹਦੀ ਆਵਾਜ਼ ਵਿੱਚ ਉਹਨਾਂ ਦੀ ਰਿਕਾਰਡ ਨਹੀਂ ਸੀ ਕਰਦੇ ਆ ਚੰਗੀ ਆਵਾਜ਼, ਪਰ ਜ਼ਿੰਦਗੀ ਅੜ ਗਈ, ਕਹਿੰਦੀ ਮੈਂ ਇਹਦੇ ਨਾਲ ਕਰਵਾਉਣ ਲਾਜ਼ਮੀ ਹਾਂ। ਮੇਰਾ ਗੀਤ ਹੋਇਆ, ਮੈਂ ਤਾਂ ਸੱਜਿਓਂ ਦੀ ਹੋਈ, ਮੈਂ ਤਾਂ ਖੱਬਿਓਂ ਦੀ ਹੋਈ, ਮੇਰੇ ਤੂੰ ਫੇਰ ਵੀ ਬਚਾਏ ਮੱਝੀ ਡਾਹਰੀ ਆਣ ਕੇ, ਪੰਗੇ ਲੈਂਦਾ ਫਿਰ ਜੇਠਾ ਵੀ ਤੂੰ ਜਾਣ ਜਾਵਾਂਗੇ। ਬੜੇ ਚੱਲਿਆ, ਬੜਾ ਵੇਖੇ ਦੁਨੀਆਂ ਉੱਤੇ ਕਾਮਯਾਬ ਹੋਇਆ। ਇਸ ਤੋਂ ਬਿਨਾਂ ਉਹ ਮੈਂ ਲਾ ਪੇਚਾ ਬੋ ਕਾਟਾ ਪਤੰਗ ਦੀ ਗੱਲ, ਹੋਰ ਵੀ ਬੀਬਾ ਜੀ ਨੇ ਮੇਰੇ ਗੀਤ ਸਟੇਜਾਂ ਉੱਤੇ ਬਹੁਤ ਗਾਏ, ਮੇਰੇ ਨਾਲ ਵੀ ਗਾਇਆ। ਮੈਨੂੰ ਗਾਉਣ 'ਚ ਓਨੀ ਕਾਮਯਾਬੀ ਨਹੀਂ ਸੀ, ਉਹ ਮੈਨੂੰ ਗਾਉਣ ਲੱਗਿਆ ਹੇਠਾਂ ਲਾ ਦਿੰਦੇ ਸੀ,
ਉਹ ਆਉਂਦੀ ਸੀ ਅਲਾਪ ਕੰਮ 'ਤੇ ਹੱਥ ਲਾ ਕੇ, ਉਹ ਅਲਾਪ ਮੈਂ ਲਾਉਣੇ ਸਿੱਖ ਲਏ, ਉਹ ਅਲਾਪ ਮੇਰੇ 'ਚ ਹੁਣ ਵੀ ਹੈਗੇ ਆ। ਕੋਈ ਮੁੰਡਾ ਅਲਾਪ ਨਹੀਂ ਲਾ ਸਕਦਾ ਜਿਹੜੇ ਮੈਂ ਬੀਬਾਂ ਦੇ ਦੱਸ ਸਕਦਾ ਹੁਣ ਵੀ। ਗਾਉਣ ਦੇ ਗਟਸ ਬਹੁਤ ਹੈ, ਪਰ ਪਤਾ ਨਹੀਂ 9 ਮਹੀਨੇ ਕਿਉਂ ਹੋ ਗਏ ਮੈਂ ਇਸੇ ਕਮਰੇ 'ਚ ਬੰਦ ਹਾਂ, ਪਤਾ ਨਹੀਂ ਜਾਣ ਦਿਲ ਨਹੀਂ ਕਰਦਾ, ਪਤਾ ਨਹੀਂ ਮੇਰੀ ਮੌਤ ਹੀ ਇਸੇ ਕਮਰੇ 'ਚ ਹੋਣੀ ਹੈ ਮੇਰੇ, ਵੈਸੇ ਯਾਨੀ ਹਵਾੜ ਹੀ ਉਹਦੀ ਐਸੀ ਹੈ ਕਿ ਮੈਂ ਇੱਥੇ ਖਤਮ ਹੋ ਜਾਵਾਂ। ਪਰ ਪਰਵਾਨਾ ਸਾਹਿਬ, ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਤੁਹਾਡੀ ਉਮਰ ਲੰਮੀ ਹੋਵੇ, ਤੁਸੀਂ ਤੰਦਰੁਸਤ ਰਹੋ, ਅਤੇ ਤੁਹਾਡੀ ਜੋ ਹਾਲਤ ਆ ਇਹਦੇ ਵਿੱਚ ਕੋਈ ਨਾ ਕੋਈ ਸੁਧਾਰ ਹੋਵੇ। ਪਰ ਮਾਫ਼ ਕਰਨਾ ਇਹ ਗੱਲ ਵੀ, ਮੇਰਾ ਖਿਆਲ ਆ ਵੀ ਦਰਸ਼ਕਾਂ ਨੂੰ ਮੈਂ ਦੱਸਣ ਤੋਂ ਕੋਈ ਸੰਕੋਚ ਨਹੀਂ ਕਰਦਾ ਕਿ ਤੁਹਾਨੂੰ ਦਾਰੂ ਨੇ ਪੱਟਤਾ, ਸ਼ਰਾਬ ਨੇ ਵੀ ਤੁਹਾਨੂੰ ਮਾਰ ਦਿੱਤਾ। ਹਾਂ ਇਹ ਵੀ ਆਪਾਂ ਕਹਿ ਸਕਦੇ ਹਾਂ, ਪਰ ਹੁਣ ਦਾਰੂ ਦਿਨ ਦੀ ਖਤਮ ਆ, ਦਿਨ ਦੀ ਦਾਰੂ ਬਿਲਕੁਲ ਖਤਮ। ਪਰ ਜਦੋਂ ਤੁਹਾਡੇ 'ਤੇ ਚੰਗੇ ਦਿਨ ਸੀ, ਤੁਸੀਂ ਤਾਂ ਦਾਰੂ ਨੂੰ ਬਹੁਤ ਨਿੱਠ ਕੇ ਪੀਤਾ, ਤੁਸੀਂ ਤਾਂ ਹਟਦੇ ਹੀ ਨਹੀਂ ਸੀ। ਤੁਹਾਨੂੰ ਨਹੀਂ ਲੱਗਦਾ ਵੀ ਜੋ ਤੁਹਾਡੇ ਹਾਲਾਤ ਆ, ਇਹ ਕੌੜਾ ਸ਼ਬਦ ਆ, ਜੋ ਬਰਬਾਦੀ ਆ, ਇਹਦੇ ਪਿੱਛੇ ਦਾਰੂ ਵੀ ਜ਼ਿੰਮੇਵਾਰ ਆ? ਉਹ ਵੀ ਬਹੁਤਾ ਹਿੱਸਾ ਉਹ ਵੀ ਹੈ, ਕੁਛ ਵੈਸੇ ਆਪਣੀਆਂ ਲਾਪਰਵਾਹੀਆਂ ਜਿਵੇਂ ਨਾ ਸੰਭਾਲ ਕਰਨੀ, ਕੁਛ ਬੇਵਕੂਫੀਆਂ ਕਮਲ ਪਵਾ ਐਸੇ ਵੀ ਹੈ। ਉਹਨਾਂ ਵਿੱਚੋਂ ਇਹ ਸੀ ਵੀ ਦਾਰੂ ਉਦੋਂ ਮਿਲਦੀ ਸੀ ਫਰੀ ਸਾਨੂੰ, ਕਾਸ਼ ਵਾਲੇ ਵਿੱਚ ਹੁੰਦੀ, ਜੱਟਾਂ ਨੇ ਸਾਨੂੰ ਫੋਟੋ ਲਵਾਉਣਾ ਅਤੇ ਸਾਡੀ ਡਿੱਗੀ ਦੇ ਵਿੱਚ ਧਰ ਦੇਣੀਆਂ, ਉਹ ਫਰੀ ਸੀ। ਹੁਣ ਪੈਸਿਆਂ ਦਾ ਹੁਣ ਇਹ ਹੈ ਵੀ ਮੈਂ ਮਜਬੂਰ ਹੋ ਕੇ ਜਿੰਨੀ ਕੁ ਮੈਨੂੰ ਮੇਰਾ ਸਰਦਾ ਉਹਦੇ ਨੀਂਹ ਮੈਨੂੰ ਆਉਣ ਹਟ ਗਈ ਸੀ, ਪਿੱਛੇ ਆਉਂਦੀ ਨਹੀਂ ਸੀ, ਨਹੀਂ ਆਉਂਦੀ ਨਹੀਂ ਸੀ, ਮੈਂ ਗੋਲੀਆਂ ਵੀ ਲੈਣ ਲੱਗ ਪਿਆ। ਮੈਨੂੰ ਕਿਸੇ ਨੇ ਆਖਿਆ ਵੀ ਗੋਲੀਆਂ ਛੱਡ ਦੇ, ਦਾਰੂ ਦਾ ਅਜੇ ਫੇਰ ਬਚਾਅ ਹੋ ਜਾਊਗਾ। ਹੁਣ ਮੈਂ ਇਹਨਾਂ ਦੀ ਦਿਨੇ ਮੈਂ ਜਿਹੜਾ ਲੋਕਾਂ ਦੇ ਬਹਿਣਾ ਸੀ, ਨਾ ਮੈਂ ਠੇਕੇ 'ਚ ਬਹਿਣਾ, ਨਾ ਮੈਂ ਕਿਸੇ ਨਾਲ ਬਹਿਣਾ, ਅਤੇ ਨਾ ਮੈਂ 7:30-8 ਤੱਕ ਬਿਲਕੁਲ ਟੱਚ ਕਰਦਾ। ਉਸ ਵਕਤ ਮੈਂ ਨੀਂਹ ਬਹਿਣ ਦੇ ਦਾ ਬਹਾਨਾ ਕਰਕੇ ਇਸ ਨੂੰ ਥੋੜ੍ਹਾ ਇਸਤੇਮਾਲ, ਜੇ ਪੈਸੇ ਹੋਣ ਤਾਂ ਮੈਂ ਸੌਂ ਜਾਣਾ। ਪਰਵਾਨਾ ਜੀ, ਕਦੇ ਤੁਸੀਂ ਇਹ ਨਹੀਂ ਸੋਚਿਆ ਵੀ ਜਿਸ ਤਰੀਕੇ ਨਾਲ ਪਹਿਲਾਂ ਤੂਤੀ ਬੋਲਦੀ ਸੀ ਅਤੇ ਜਿਹੜੀ ਉਤਰਾਈ ਆਈ ਹੈ, ਜਿਹੜਾ ਹੌਲੀ ਹੌਲੀ ਜੀਵਨ ਦੇ ਵਿੱਚ ਤਬਦੀਲੀ ਆਈ ਹੈ, ਇੱਕਦਮ ਨਹੀਂ ਆਈ ਹੋਏਗੀ, ਇਹ ਵੀ ਹੌਲੀ ਹੌਲੀ ਆਈ ਹੋਏਗੀ, ਅਤੇ ਕਦੇ ਇਹ ਨਹੀਂ ਸੋਚਿਆ ਵੀ ਹੁਣ ਜਿਹੜਾ ਕੰਮ ਕਰਦੇ ਸੀ ਤੂਤੀ ਬੋਲ ਹਟੀ, ਹੁਣ ਇਹਦੀ ਥਾਂ 'ਤੇ ਕੋਈ ਹੋਰ ਕੰਮ ਕਰਕੇ ਵੇਖ ਲਈਏ, ਕਿਉਂਕਿ ਤੋਰੀ ਫੁਲਕਾ ਤਾਂ ਖਾਣਾ। ਹੋਰ ਹੋ ਨਹੀਂ ਸਕਦਾ, ਨਾ ਮਨ ਹੈ ਕਿਸੇ ਵਿੱਚ, ਆਵਾਜ਼ ਠੀਕ ਹੈ, ਆਵਾਜ਼ ਹੁਣ ਵੀ ਉੱਠ ਖੜਾਂ ਅਤੇ ਆਵਾਜ਼ ਦੇ ਵਿੱਚ ਬਹੁਤ ਗਠਨ ਹੈ, ਬਹੁਤ ਤਕੜੇ। ਔਰ ਹੁਣ ਲਿਖਣ ਦੀ ਜਿਹੜੀ ਮੇਰੀ ਮਹਾਰਤ ਆ ਹੁਣ ਵੀ ਇੰਨੀ ਤਕੜੀ ਆ ਕਿ ਗੀਤ ਮੈਂ ਤੁਸੀਂ ਅਗਰ ਦੱਸਾਂ ਮੈਟਲ ਦਾ ਤੁਹਾਡਾ ਮਨ ਖੁਸ਼ ਹੋ ਜਾਊਗਾ। ਤੇ ਫਿਰ ਉਹ ਵਾਲੇ ਗੀਤ ਤੁਸੀਂ ਕਿਸੇ ਨੂੰ ਦਿੰਦੇ ਕਿਉਂ? ਉਹ ਗੀਤ ਹੁਣ ਅੱਜ ਕੱਲ੍ਹ ਗੀਤਾਂ ਦੀ ਰਿਕਾਰਡਿੰਗ ਹੁੰਦੀ ਨਹੀਂ ਆਮ ਜੀ, ਜਿਹੜੇ ਕਰਦੇ ਆ ਉੱਥੇ ਪੈਸਾ ਲੱਗਦਾ, ਪੈਸਾ ਖਰਚ ਕੇ ਰਿਕਾਰਡਿੰਗ ਉਹ ਕਰਦੇ ਆ, ਅਸੀਂ ਲੈਂਦੇ ਹੁੰਦੇ ਸੀ, ਹੁਣ ਦਿੰਦੇ ਆ, ਉਹ ਮੰਗਦੇ ਆ ਜੀ, ਇੰਨਾ ਪੈਸਾ ਦਿਓ ਅਸੀਂ ਰਿਕਾਰਡਿੰਗ, ਜਿਉਂ ਗਾਉਣਾ ਆਉਂਦਾ ਜਾਂ ਨਹੀਂ ਤੁਹਾਡੀ ਰਿਕਾਰਡਿੰਗ ਹੋਊਗੀ ਜੀ, ਸਾਡੀ ਆਵਾਜ਼ ਜਿੰਨਾ ਮਰਜ਼ੀ ਗੱਠਸ ਹੈ ਅਸੀਂ ਬਿਨਾਂ ਪੈਸੇ ਦੇ ਕਹੀਏ ਨਹੀਂ ਆਉਣਾ। ਗੀਤ ਇੰਨੇ ਵਧੀਆ ਪਏ ਆ, ਦਵਾਉਣੇ ਸੋਲੋ ਸਿੱਧੇ ਪਿੱਠੇ ਧਾਰਮਿਕ, ਉਹਨਾਂ ਨੂੰ ਲੈਣ ਵਾਲਾ ਕੋਈ ਵੀ ਨਹੀਂ ਆਉਂਦਾ, ਜਿਹੜਾ ਬੰਦਾ ਆਉਂਦਾ ਉਹ ਵਿਚਾਰਾ ਗਰੀਬ ਹੁੰਦਾ, ਉਹ ਮੈਨੂੰ 500 ਦੇ ਜਾਂਦਾ। ਤੁਸੀਂ ਕਹਿੰਦੇ ਹੋ ਕਿ ਆਵਾਜ਼ ਦੇ ਵਿੱਚ ਪੂਰਾ ਦਮ ਆ, ਕੋਈ ਇੱਕ ਨਮੂਨਾ ਪੇਸ਼ ਕਰੋ। ਅੱਛਾ, ਧਾਰ ਆਪਣੇ ਫਿਲਮ ਕੋਈ ਨਹੀਂ ਜਿਹੜੇ ਤੁਹਾਡੇ ਮਕਬੂਲ ਹੋਏ ਗੀਤ ਆ ਉਹਨਾਂ ਦੇ ਵਿੱਚ, ਪੰਜਾਬੀਆਂ 'ਚੋਂ ਨਹੀਂ, ਆਪਣੀ ਆਵਾਜ਼ ਦਾ ਗੀਤ ਹੈ, ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚਾਹੀਦੀ। ਤੁਸੀਂ ਮੰਜੂ ਜੀ ਦੇ ਨਾਲ ਗਾਇਆ ਸੀ? ਮੰਜੂ ਦੇ ਨਾਲ ਜੀ, 10 ਗੀਤ ਉਹਦੇ ਨਾਲ ਮੇਰੇ ਰਿਕਾਰਡ ਹੋਏ, ਕੈਸਟ ਸ਼ੰਦੀ ਦਾ ਨਵਾਂ ਛੜਾ ਗਾਉਣ ਲਈ, ਬਹੁਤ ਗਰਮ ਗੀਤ ਅੱਗ ਵੜ ਗਏ ਚਾਹੁੰਦੇ ਚਾਹੁੰਦੇ। ਆਪਣੀ ਆਵਾਜ਼ ਵਿੱਚ 16 ਗੀਤ ਰਿਕਾਰਡ ਹੋਏ, 10 ਗੀਤ ਬੋਤਲ ਨਾਭੇ ਦੀ ਗੋਬਿੰਦਗੜ੍ਹ ਮੰਡੀ ਤੋਂ, GMB ਵੋਇਸ। ਅੱਛਾ ਜੀ, ਉਹ ਆਪਣੀ ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀ ਆ, ਇਹ ਇੰਟਰਨੈਟ ਦੇ ਉੱਤੇ ਅੱਧੇ ਮਿੰਟ ਵਿੱਚ ਲਿਖ ਕੇ ਲਾ ਲਿਓ, ਚੇਤਾ ਸਿੰਘ ਪਰਵਾਨਾ ਹੋਣਾ ਹੀ ਤੁਹਾਡੇ ਸਾਹਮਣੇ ਆ ਸਾਰੇ। ਤੁਸੀਂ ਉਹਨੂੰ ਪੇਸ਼ ਕਰੋ ਨਾ। ਮੈਂ ਉਹਨੂੰ ਨਹੀਂ ਪੇਸ਼ ਕਰਦਾ, ਮੈਂ ਵੈਸੇ ਉਹ ਕਹਿ ਦਿੰਦਾ, ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰਾਉਣ ਚੱਲੀ ਆ, ਇੱਕ ਪੰਜਾਬੀ ਕੀ ਸੁਣਾ ਦੇ ਭਾੜਾ ਤੈਥੋਂ ਲੈਣਾ, ਉਹ ਨਹੀਂ ਹੁਣ ਇਹਦਾ ਇੱਕ ਮਸ਼ਹੂਰ ਗੀਤ ਹੈ, ਸਿੰਦਰ ਕੌਰ ਦਿੱਲੀ
ਅਤੇ ਆਪਣੇ ਰਮੇਸ਼ ਸੰਗੀਲਾ, ਇਹ ਗੀਤ ਤਿੰਨ ਵਾਰੀ ਰਿਕਾਰਡ ਹੋਇਆ, ਪਰ ਜਿਹੜਾ ਇੱਕ ਵਾਰੀ ਹੋਇਆ ਉਹ ਬਲੈਕ ਹੋਈ ਆ, ਬੜੀ ਤਕੜੀ ਬਹੁਤ ਵਿਕਿਆ। ਜੇ ਕੁੜੀ ਤੈਨੂੰ ਬੱਸ ਨਹੀਂ ਮਿਲਦੀ ਪੈਦਲ ਜਾਏਗੀ ਥੱਕ ਨਹੀਂ, ਚੁੱਪ ਕਰਕੇ ਚੜ ਜਾ ਹੋਏ, ਮਖਮੀ ਤਰਨਾ ਚੱਲੇ ਆ ਟਰੱਕ ਨਹੀਂ, ਪੌਂ 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 ਮਿੱਤਰਾਂ ਦਾ ਚੱਲੇ ਆ ਟਰੱਕ ਨਹੀਂ, ਚੁੱਪ ਕਰਕੇ ਚੜ ਜਾ। ਕਹਿੰਦੀ ਬੜੇ ਡਰਾਈਵਰ ਪੈੜੇ ਹੁੰਦੇ ਸਾਰੀ ਦੁਨੀਆ ਕਹਿੰਦੀ, ਮੈਨੂੰ ਪਊਗਾ ਮਹਿੰਗਾ ਹੋਏ, ਮਖਮੈਂ ਡਰਦੀ ਨਾ ਪੈਂਦੀ, ਮੈਨੂੰ ਪਊਗਾ ਮਹਿੰਗਾ, ਪਰਵਾਨੇ ਤੇਰੇ ਪੁੱਠੇ ਘਰ ਮੈਂ ਬਿਲਕੁਲ ਨਾ ਸਹਿੰਦੀ, ਮੈਨੂੰ ਪਊਗਾ ਮਹਿੰਗਾ। ਹਰਚਰਨ ਗਰੇਵਾਲ ਸੀਮਾ, ਮੈਂ ਤਾਂ ਪਰਵਾਨਾ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਨਾ ਜਿਹੜਾ ਉਹ ਜਾਰੀ ਰੱਖਾਂਗੇ, ਪਰ ਪਹਿਲਾਂ ਇੱਕ ਨਿੱਕਾ ਜਿਹਾ ਵਕਫਾ ਲੈ ਲਈਏ। ਜੱਜ ਦਾ ਵਿਚਾਰ। ਪਰਵਾਨਾ ਸਾਹਿਬ, ਤੁਸੀਂ ਨਾ ਹਰਚਰਨ ਗਰੇਵਾਲ ਦੇ ਬਾਰੇ ਕੋਈ ਗੱਲ ਦੱਸਣ ਲੱਗੇ ਸੀ, ਉਹ ਕਿਹੜੀ ਸੀ ਵਕਫੇ ਤੋਂ ਪਹਿਲਾਂ? ਹਰਚਰਨ ਗਰੇਵਾਲ ਦੇ ਉਹਨੇ ਰਿਕਾਰਡਿੰਗ ਲਈ ਬਹੁਤ ਜ਼ਿਆਦਾ ਕਰਵਾਈ ਹੈ, ਬਹੁਤ ਜ਼ਿਆਦਾ ਰਿਕਾਰਡਿੰਗ ਕਰਵਾਈ ਹੈ, 100 ਦੇ ਕਰੀਬ ਉਹਨੇ ਗੀਤ ਕਰਵਾਏ ਆ, ਮਿੱਤਰਾਂ ਦੇ ਟਿਊਬ ਅਤੇ ਉਹੀ ਮੈਂ ਦੱਸਣ ਲੱਗਿਆ, ਲੀੜੇ ਧੋਣ ਦੇ ਬਹਾਨੇ ਆ, ਉਹੀ ਮੈਂ ਕਹਿ ਕੇ ਕਹਿਣ ਲੱਗਿਆ ਸੀਗਾ। ਮੈਂ ਤੜਕੇ ਦਾ ਕਰਾਂ ਹੋ ਡੀਕਾਂ, ਧਰਤੀ ਉੱਤੇ ਮਾਰਾਂ ਡੀਕਾਂ, ਇੱਕ ਵਾਰੀ ਗੇੜਾ ਲਾ ਜਾਣੀ ਮਿੱਤਰਾਂ ਦੇ ਟਿਊਬਵੈੱਲ 'ਤੇ, ਲੀੜੇ ਧੋਂਦੇ ਬਹਾਨੇ ਆ ਜਾਣੇ ਮਿੱਤਰਾਂ ਦੇ ਟਿਊਬਵੈੱਲ 'ਤੇ, ਲੀੜੇ ਧੋਂਦੇ ਬਹਾਨੇ ਓ ਹੋ। ਉਹ ਕਹਿੰਦੀ ਹੁਣ ਨਹੀਂ ਨਿਬੜੇ ਤੋੜ ਗਿਆਰਾਂ ਨੇ, ਦਸਵੇਂ ਆਵਾਂ ਕਿਹੜੇ ਬਹਾਨੇ, ਜਿੰਦ ਗਵਾਂ ਨੇ ਖਾਰੀ ਵੇ ਹੁਣ ਮੇਰੇ ਬਾਪੂ ਨੇ, ਨਾਲ ਕਿਤੇ ਮੋਟਰ ਲੈ ਲਈ। ਮੈਂ ਕਿਸੇ ਦੇ ਖਿਲਾਫ਼ ਨਹੀਂ ਕਹਿਣਾ, ਇਹ ਗੀਤ ਕਿਸੇ ਨੇ ਨਕਲ ਕੀਤਾ ਸੀ, ਉਹ ਚੱਲਿਆ ਬਹੁਤ, ਹਾਂ ਗੀਤ ਹੁਣ ਬਹਾਨਾ ਨੇ ਮੈਂ ਆ ਜੂੰ। ਅਤੇ ਜਿਨ੍ਹਾਂ ਨੇ ਉਹ ਗੀਤ ਗਾਇਆ ਮੇਰਾ ਗੀਤ ਨੂੰ ਨਕਲ, ਉਹ ਮਿਸ ਪੂਜਾ ਨੇ ਅਤੇ ਮੇਰੇ ਖਿਆਲ ਇੱਕ ਉਹ ਪਤਾ ਨਹੀਂ ਕਿਹਨੇ, ਇੱਕ ਨਵਾਂ ਮੁੰਡਾ, ਮੈਂ ਉਹਨਾਂ ਨੂੰ, ਉਹਨਾਂ ਦੋਹਾਂ ਨੇ ਗਾਇਆ, ਤੁਸੀਂ ਕਦੇ ਸੰਪਰਕ ਨਹੀਂ ਕੀਤਾ ਵੀ ਮੇਰੇ ਗੀਤ ਨੂੰ ਕਿਉਂ ਤੋੜਿਆ ਮਰੋੜਿਆ? ਉਹਨਾਂ ਨੂੰ ਕੋਈ ਮੈਂ ਇਤਰਾਜ਼ ਨਹੀਂ ਪੇਸ਼ ਕੀਤਾ, ਮਨ 'ਚ ਦੁੱਖ ਹੈਗਾ ਵੀ ਐਡਾ, ਪਰ ਉਹਨਾਂ ਦਾ ਗੀਤ ਉਹ ਪਾਪੂਲਰ ਨਹੀਂ ਹੋਇਆ, ਮੇਰਾ ਤਾਂ ਹੁਣ ਵੀ ਹੈਗਾ, ਮੇਰਾ ਹੀ ਚੱਲਿਆ, ਮੈਂ ਤਾਂ ਸਰੀਆ ਤਾਂ ਛੁੱਪ ਨਹੀਂ ਸਕਦੀ, ਬਨਾਵਟੀ ਸੁਰਮੋਂ ਸੇ ਖੁਸ਼ਬੂ ਆ ਨਹੀਂ ਸਕਦੀ ਕਾਗਜ਼ ਕੇ। ਪਰਵਾਨਾ ਜੀ, ਇੱਕ ਗੱਲ ਮੰਨਣ ਯੋਗ ਆ ਵੀ ਭਾਵੇਂ ਹਾਲਾਤ ਤੁਸੀਂ ਜਿਹੋ ਜਿਹੇ ਮਰਜ਼ੀ ਹੰਢਾ ਰਹੇ ਹੋ, ਪਰ ਤੁਹਾਡੀ ਜ਼ਿੰਦਾ ਦਿਲੀ, ਤੁਹਾਡਾ ਜਜ਼ਬਾ ਜਵਾਨ ਆ ਹਾਲੇ ਵੀ। ਸੱਚੀ ਅਸੀਂ ਤੁਹਾਡੀ ਜ਼ਿੰਦਾ ਦਿਲੀ ਦੇ ਕਾਇਲ ਹੋ ਗਏ ਹਾਂ। 80-82 ਵਰਿਆਂ ਦੀ ਉਮਰ ਦੇ ਵਿੱਚ ਕੋਈ ਇੱਦਾਂ ਤਾੜੀ ਮਾਰ ਕੇ ਗਾ ਸਕੇ, ਮੂੰਹ ਦੇ ਵਿੱਚ ਕੋਈ ਦੰਦ ਨਾ ਹੋਵੇ ਪਰ ਫਿਰ ਵੀ ਪੇਸ਼ਕਾਰੀ ਕਰ ਸਕੇ, ਇਹ ਵਿਰਲੇ ਟਾਵੇਂ ਦੇ ਹਿੱਸੇ ਆਉਂਦੀ ਹੈ। ਮੈਂ ਇੱਦਾਂ ਹੀ ਪੇਸ਼ ਮੈਂ ਸਿੱਧਾ ਘੁੰਮਾ, ਮੈਨੂੰ ਕਿਸੇ ਮੈਂ ਚੈੱਕ ਨਹੀਂ ਕੀਤਾ ਵੀ ਇਹਦੇ ਦਫ਼ਤਰਾਂ 'ਚ ਕੋਈ ਫਰਕ ਹੈ ਨਾ, ਮੇਰੀ ਕੋਈ ਸ਼ਕਲ, ਮੇਰੀ ਫੋਟੋ ਇੰਨੀ ਮੇਰੇ ਦੇ ਖਿੱਚੀ ਜਾਂਦੀ ਹੈ ਕਿ 10-10 ਕੁੜੀਆਂ 10-10 ਮੁੰਡੇ ਨਾਲ ਲੈ ਕੇ ਫੋਟੋ ਖਿਚਾਉਂਦੇ ਆ ਇਸ ਸ਼ਕਲ ਵਿੱਚ, ਪਰ ਹੁਣ ਮੇਰੀ ਉਨੀ ਤਿਆਰੀ ਨਹੀਂ ਹੈ। ਮੈਂ ਕਦੇ 9 ਮਹੀਨੇ ਹੋ ਗਏ ਮੈਂ ਕਦੇ ਗਿਆ ਨਹੀਂ, ਕੱਪੜੇ ਨਹੀਂ ਸਾਫ ਹੋਏ ਨਾ, ਊਂ ਵੀ ਡਾਇਗ ਨਹੀਂ ਕੀਤੀ, ਅੱਜ ਕੀਤੀ ਹੈ ਮਾੜੀ ਜਿਹੀ, ਉਹ ਵੀ ਸਮਾਰ ਕੇ ਨਹੀਂ। ਪਰ ਇੱਕ ਗੱਲ ਦੱਸੋ ਵੀ ਤੁਹਾਡੀ ਨਾ ਪੱਗ ਦੇ ਚਰਚੇ ਬੜੇ ਹੁੰਦੇ ਆ, ਮੈਨੂੰ ਬਹੁਤ ਸਾਰੇ ਸੱਜਣ ਮਿਲਦੇ ਜਿਹੜੇ ਕਹਿੰਦੇ ਵੀ ਪਰਵਾਨਾ ਜੀ ਜਿਹੜੇ, ਅੱਛਾ ਉਹ ਪਰਵਾਨਾ ਜੀ ਜਿਹਨਾਂ ਦੇ ਆ ਪੱਗ ਦੇ ਵਿਚਾਲੇ ਚੀਰ ਕੱਢਿਆ ਹੋਇਆ, ਇਹ ਕੀ ਕਾਰਨ ਆ ਵੀ 2 ਚੁੰਝਾਂ ਵਾਲੀ ਪੱਗ ਤੁਸੀਂ ਕਿਉਂ ਬੰਨਣੀ ਸ਼ੁਰੂ ਕੀਤੀ ਹੈ? ਇਹ ਸਟੇਜ ਦਾ ਡਿਜ਼ਾਇਨ ਬਣ ਗਿਆ ਵਿੱਚ, ਮੈਂ ਤੁਰਲਾ ਵੀ ਛੱਡਿਆ, ਇੱਕ ਤੁਰਲਾ ਤਾਹਾਂ ਅਤੇ ਇੱਧਰ ਉਹ ਵੀ ਚਾਂਸ ਆਇਆ, ਭੰਗੜਾ ਮੈਂ ਇੰਨਾ ਪਾਇਆ ਕਿ ਬਹੁਤ ਜ਼ਿਆਦਾ। ਇਹ ਸਾਨੂੰ ਨਾ ਤੁਸੀਂ ਵਿਸਥਾਰ ਦੇ ਵਿੱਚ ਦੱਸੋ ਪਰਵਾਨਾ ਸਾਹਿਬ ਵੀ ਇਹ ਜਿਹੜੀ ਪੱਗ ਆ ਇਹ ਕਿੰਨੇ ਕੁ ਵਰੇ ਪਹਿਲਾਂ ਬੰਨਣੀ ਸ਼ੁਰੂ ਕੀਤੀ? ਪੱਗ ਸਟੇਜਾਂ 'ਤੇ ਗਾਉਂਦੇ ਹੀ ਆਪਣੇ ਆਪ ਨੂੰ ਸਵਾਰ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਮੈਂ ਕੋਸ਼ਿਸ਼, ਕਿੰਨੇ ਕੁ ਸਾਲ ਪਹਿਲਾਂ? ਅੱਜ ਤੋਂ 20 ਸਾਲ ਤੋਂ ਪਹਿਲਾਂ ਮੈਂ ਪੱਗ ਮਾਵਾ ਦਿੰਦਾ ਸੀ, ਹੁਣ ਮਾਵਾ ਦੇਣ ਨੂੰ ਦਿਲ ਨਹੀਂ ਕਰਦਾ, ਨਾ ਹੌਸਲਾ ਨਾ ਸ਼ੌਕ ਹੈ ਨਾ ਮਨ ਦੇ ਵਿੱਚ ਖੁਸ਼ੀ ਹੈ ਅੰਦਰੋਂ, ਉਦਾਸੀ ਬਹੁਤ ਜ਼ਿਆਦਾ। ਕਦੇ ਕਦਾਈ ਤੁਹਾਡਾ ਲੋਕ ਮਜ਼ਾਕ ਜਾਂ ਨਹੀਂ ਉਡਾਉਂਦੇ ਵੀ ਕਿਹੋ ਜਿਹੀ ਪੱਗ ਬੰਨ ਕੇ ਆ ਗਏ? ਕਈ ਮਜ਼ਾਕ ਉਡਾਉਂਦੇ ਆ, ਪਰ ਸੜਕਾਂ ਉੱਤੇ ਕਈ ਐਸੇ ਗੱਡੀਆਂ ਵਾਲੇ ਮਹਿਕਮਿਆਂ ਵਾਲੇ ਖੜਾ ਕੇ ਮੇਰੀ ਫੋਟੋ ਖਿਚਾਉਂਦੇ ਆ ਵੀ ਆ ਪੱਗ ਦਾ, ਉਹ ਇਕੱਲੀ ਫੋਟੋ ਹੀ ਖਿਚਵਾਉਂਦੇ ਜਾਂ ਮਾੜੀ ਮੋਟੀ ਕੋਈ ਸੇਵਾ ਪਾਣੀ ਵੀ ਕਰ ਜਾਂਦੇ ਆ? ਸੇਵਾ ਪਾਣੀ ਇੱਕ ਵਾਰੀ ਕਾਰਪੋਰੇਸ਼ਨ ਵਾਲਾ ਮਿਲਿਆ, ਮੈਨੂੰ 1000 ਰੁਪਇਆ ਦੇ ਗਿਆ,
ਇੱਕ ਵਾਰੀ ਮੈਨੂੰ ਥੋੜ੍ਹੇ ਦਿਨ ਜਾਖੜ ਤੋਂ ਬੰਦੇ ਆਏ, ਉਹ ਉੱਥੋਂ ਹਸਪਤਾਲ ਚੱਲੇ ਸੀਗੇ, ਕਹਿੰਦੇ ਤੁਹਾਨੂੰ ਪਹਿਲਾਂ ਅਸੀਂ ਦੇਖਿਆ ਹੋਇਆ, ਅਸੀਂ ਚੱਲੇ ਹਸਪਤਾਲ ਖਾਣੀ ਕੀ ਕੋਈ ਇਲਾਜ ਕਰਾਉਣ, ਪਰ ਥੋੜ੍ਹੇ ਕਮਰੇ ਅਸੀਂ ਪਹਿਲਾਂ ਹੋ ਕੇ ਜਾਵਾਂਗੇ। ਇੱਥੇ ਮੈਨੂੰ 2000 ਰੁਪਏ ਫੜਾ ਗਏ, 2000 ਦੇ ਗਏ। ਕਈ ਵਾਰੀ ਐਸਾ ਹੁੰਦਾ ਬਈ ਜੋ ਕੋਈ ਗੀਤ ਰਿਕਾਰਡ ਹੁੰਦਾ, ਇੱਕ ਮੁੰਡੇ ਨੇ ਕਰਵਾਇਆ ਉੱਥੇ ਜਿਹੜਾ ਹੈਗਾ ਸੰਗਰੂਰ ਤੋਂ ਸਨਾਮ ਸਨਾਮ, ਉਸ ਉਹ ਗੀਤ ਹੈ ਹੈਲੋ ਮਾਈ ਡਾਰਲਿੰਗ ਹਾਉ ਡੂ ਯੂ ਡੂ, ਹੁਣ ਰਿਕਾਰਡ ਹੋਇਆ। ਲਿਖਿਆ ਕਿਹਨੇ? ਮੈਂ। ਅੱਛਾ। ਹੈਲੋ ਮਾਈ ਡਾਰਲਿੰਗ ਹਾਉ ਡੂ ਯੂ ਡੂ, ਸੋਹਣੀਆਂ ਨੇ ਕਿੰਨੇ ਵਜੇ ਟੱਕਰੇਂਗੀ ਤੂੰ। ਅੱਛਾ। ਹੁਸਨ ਦੀ ਸਰਕਾਰੀ ਮਿੱਤਰਾਂ ਨੂੰ ਮਿਲ ਬੋਲੀਏ ਚੰਦ ਛੇਪੇ ਅਟ ਗਏ ਤਾਰੇ, ਉਹਦਾ ਜਵਾਬ ਵੀ ਹੋਰ ਬੜਾ ਖਤਰਨਾਕ ਹੈ। ਇਸ ਤੋਂ ਬਿਨਾਂ ਰਿਕਾਰਡਿੰਗ ਪਹਿਲਾਂ ਬਹੁਤ ਜ਼ਿਆਦਾ ਹੋਈ ਹੈ, ਅਤੇ ਮੈਨੂੰ ਇੱਥੇ ਪੈਸੇ ਪਰਮਾਤਮਾ ਭੇਜ ਦਿੰਦਾ, ਮੈਨੂੰ ਪਤਾ ਲੱਗਦਾ ਮੇਰੇ ਕੋਲ ਮੁੱਕਦੇ ਜਾਂਦੇ, ਪਤਾ ਜਾਂ ਤੁਸੀਂ ਆ ਗਏ ਹੋ ਜਾਂ ਕੋਈ ਹੋਰ ਆ ਗਿਆ ਜਾਂ ਹੋਰ ਕਾਰਨ ਬਣ ਗਏ, ਜਾਂ ਇਹ ਮੁੰਡਾ ਵੀ ਧਿਆਨ ਰੱਖਦਾ, ਅਤੇ ਹੋਰ ਮੁੰਡੇ ਵੀ ਹੈਗੇ ਉਹ ਕਿਤੇ ਨਹੀਂ ਰੱਖਦੇ ਕਿਤੇ ਦੇ ਵੀ ਜਾਂਦੇ ਆ। ਕਈ ਇੱਥੇ ਕਮਰੇ ਵਿੱਚ ਮੈਂ ਦੁਖੀ ਵੀ ਇੰਨਾ ਬਹੁਤ ਜ਼ਿਆਦਾ, ਪਰ ਮੇਰੀ ਜੇਬ 'ਚੋਂ ਪੈਸੇ ਉਹ ਪਰਮਾਤਮਾ ਮੁੱਕਣ ਨਹੀਂ। ਤੁਸੀਂ ਕਿਰਾਏ 'ਤੇ ਲਿਆ ਹੋਇਆ ਕਮਰਾ? ਕਿਰਾਏ 'ਤੇ ਲਿਆ ਜੀ, 1000 ਰੁਪਈਆ ਕਰਾਇਆ ਅਤੇ 500 ਨਾਲ ਪੱਖੇ ਦਾ ਜੀ। ਅਤੇ ਕਦੀ ਜਿਹੜੇ ਨਵੇਂ ਪੂਰ ਦੇ ਗਾਇਕ ਨੇ ਜਾਂ ਜੇ ਥੋੜ੍ਹਾ ਜਿਹਾ ਉਸ ਤੋਂ ਪੁਰਾਣੇ ਗਾਇਕਾਂ ਦੀ ਆਪਾਂ ਗੱਲ ਕਰੀਏ ਜਿਹੜੇ ਤੁਹਾਡੇ ਤੋਂ ਬਾਅਦ ਆਏ, ਕਦੀ ਉਹਨਾਂ ਨੇ ਤੁਹਾਡੇ ਤੱਕ ਸੰਪਰਕ ਸਾਧਨ ਦੀ ਕੋਸ਼ਿਸ਼ ਨਹੀਂ ਕੀਤੀ? ਕਦੀ ਉਹ ਨਹੀਂ ਤੁਹਾਡੇ ਕੋਲ ਆਏ ਵੀ ਸਾਨੂੰ ਵੀ ਆਪਣੇ ਗੀਤ ਲਿਖੇ ਹੋਏ ਦਿਓ? ਹੁਣ ਇੱਥੇ ਇਸ ਕਮਰੇ 'ਤੇ ਮਤਲਬ ਬਹੁਤ ਘੱਟ ਪਹੁੰਚੇ ਨੇ ਜੀ, ਆਏ ਆ ਕੋਈ 5-7-10 ਬੰਦੇ ਆਏ ਆ, ਕਿਸੇ ਨੇ 100 ਦੇ ਤਾ, ਕਿਸੇ ਨੇ 500 ਦੇ ਤਾ, ਕਿਸੇ ਨੇ 1000 ਦੇ ਤਾ, ਕਿਸੇ ਨੇ 2000 ਦੇ ਤਾ, 2000 ਵੀ ਕਿਸੇ ਕੋਈ ਖਾਸ ਨਹੀਂ ਕਿਸੇ ਨੇ ਦਿੱਤਾ, ਥੋੜ੍ਹਾ ਬਹੁਤਾ ਕਰ ਜਾਂਦੇ ਆ। ਇਸ ਕਮਰੇ 'ਚ ਮੈਂ ਬਾਹਰ ਨਿਕਲਿਆ ਬੱਸ ਸਟੈਂਡ ਵਾਲੇ ਇਲਾਕੇ ਤੋਂ, ਇੱਧਰ ਨੂੰ ਨਿਕਲਿਆ ਮੈਂ ਇਸ ਮੁੰਡੇ ਬਬੂਰ ਕਰਕੇ, ਇਹ ਮੈਨੂੰ ਰੋਟੀ ਵੀ ਇੱਕ ਟਾਈਮ ਪਹੁੰਚਾ ਜਾਂਦਾ ਅਤੇ ਨਾਲ ਕੱਪੜਾ ਧੁਆ ਕੇ ਵੀ ਦੇ ਜਾਂਦਾ ਅਤੇ ਕਿਰਾਇਆ ਵੀ ਦੇ ਜਾਂਦਾ, ਅਤੇ ਹੋਰ ਵੀ ਜੇ ਮੇਰੀ ਕੋਈ ਐਸੀ ਦੇਖੇ ਵੀ ਜੇ ਦਸ਼ਾ ਹੁਣ ਖਰਾਬ ਹੈ ਤਾਂ ਉਹ ਫਿਰ ਵੀ ਨਹੀਂ। ਬਹੁਤ ਚੰਗੀ ਗੱਲ ਹੈ, ਦੇਖੋ ਬਬਲੂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਇਹੋ ਜਿਹੇ ਧੀਆਂ ਪੁੱਤਾਂ ਦੀ ਜ਼ਰੂਰਤ ਹੈ ਜਿਹੜੇ ਘੱਟ ਵੱਧ ਹਾਲੇ ਵੀ ਮਾਪਿਆਂ ਦਾ ਫਿਕਰ ਕਰਦੇ ਆ, ਅਸੀਂ ਖੁਦ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ। ਠੀਕ ਹੈ ਜੀ। ਅਤੇ ਇੱਥੇ ਮੈਨੂੰ ਇਹ ਵੀ ਪੈਸੇ ਦੀ ਕਿੱਲਤ ਪਰਮਾਤਮਾ ਨਹੀਂ ਆਉਣ ਆਉਣ ਦਿੰਦਾ। ਨਹੀਂ, ਆਪਾਂ ਨਵੇਂ ਪੂਰ ਦੇ ਗਾਇਕਾਂ ਦੀ ਗੱਲ ਕਰ ਰਹੇ ਸੀ, ਤੁਸੀਂ ਕਹਿੰਦੇ ਉਹ ਵੀ ਉਹ ਜਦੋਂ ਗੀਤ ਲੈਣ ਆਉਂਦੇ ਕੋਈ 100 ਦੇ ਗਿਆ ਕੋਈ 50 ਦੇ ਗਿਆ, ਕਦੀ ਤੁਸੀਂ ਵੱਧ ਨਹੀਂ ਮੰਗੇ ਉਹਨਾਂ ਤੋਂ? ਨਹੀਂ, ਮੈਂ ਕਹਿੰਦਾ ਵੀ ਨਹੀਂ ਹੈਗਾ, ਮੈਂ ਕਹਿੰਦਾ ਵੀ ਜਿੰਨਾ ਕੁ ਸਰਦਾ ਉਹਨਾਂ ਦੇ ਜਾਵੇ, ਜਿਹਦੇ ਕੋਲ ਬਹੁਤਾ ਬਹੁਤਾ ਕਰ ਜਾਵੇ ਜਿਹਦੇ ਕੋਲ ਥੋੜ੍ਹਾ ਥੋੜ੍ਹਾ, ਵੈਸੇ ਪਹੁੰਚਣ ਵਾਲੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਸੰਧੀਲਾ ਜੀ ਮੈਂ ਥੋੜ੍ਹਾ ਜਿਹਾ ਨਾਰਾਜ਼ ਨੇ ਮਾੜਿਆ ਜਿਹਾ ਇਸ ਗੱਲ ਤੋਂ, ਕਿਉਂ ਉਹਨਾਂ ਨੇ ਮੈਨੂੰ ਇੱਕ ਵਾਰੀ 20,000 ਰੁਪਏ ਦਵਾਇਆ ਸੀ ਬਾਹਰ ਦੇ ਬੰਦਿਆਂ ਤੋਂ ਜੀ, ਮੈਂ ਉਹਨੂੰ ਆਪਣੀ ਮਰਜ਼ੀ ਨਾਲ ਕਹਿ ਬੈਠਾ ਸੀ ਵੀ ਮੈਂ ਤੁਹਾਨੂੰ ਗੱਡੀ ਦਾ ਖਰਚਾ ਦਊਂਗਾ, ਪਰ ਉਸ ਤੋਂ ਬਾਅਦ ਐਸੀ ਗੱਲ ਹੋਈ ਉਹਨਾਂ ਨੂੰ ਮਨ ਦੇ ਵਿੱਚ ਥੋੜ੍ਹਾ ਜਿਹਾ ਮਹਿਸੂਸ ਹੋ ਰਿਹਾ ਵੀ ਸਾਨੂੰ ਮਿਲਣਾ ਬੰਦ ਕਰਤਾ, ਹੋਇਆ ਇਹ ਵੀ ਘਰ ਵਾਲੀ ਮੇਰੀ 8 ਹਸਤਾਂ ਜਾਵੜੀ ਇੰਨਾ ਪੈਸਾ ਲੱਗਿਆ ਬੇਅੰਤ ਫੜ ਫੜ ਕੇ, ਉਦੋਂ ਬਾਅਦ ਮੁੰਡੇ ਦਾ ਐਕਸੀਡੈਂਟ ਹੋ ਗਿਆ, ਇਹ ਬੱਗਾ ਨਰਸਿੰਗ ਹੋਮ 'ਚ, ਇਹਦੇ ਵੀ ਪੈਸਾ ਬਹੁਤ ਲੱਗਿਆ, ਉਹ ਜਿਹੜਾ 20,000 ਸੀ ਉਹ ਇੱਕ ਹਸਪਤਾਲ 'ਚ ਖਤਮ। ਪਰ ਸੁਨੀਲਾ ਸਾਹਿਬ ਦੇ ਵੀ ਅਸੀਂ ਧੰਨਵਾਦੀ ਹਾਂ ਜਿਹਨਾਂ ਨੇ 20,000 ਰੁਪਇਆ ਤੁਹਾਨੂੰ ਦਵਾਇਆ। ਮੈਂ ਤੁਹਾਡੇ ਇਸ ਚੈਨਲ 'ਤੇ ਮਾਫ਼ੀ ਮੰਗ ਰਿਹਾ ਸੁਨੀਲਾ ਜੀ, ਮੈਨੂੰ ਮਾਫ਼ ਕਰੋ, ਮੈਂ ਤੁਹਾਨੂੰ ਹੁਣ ਦੱਸ ਚੁੱਕਿਆ ਪਰ ਤੁਹਾਨੂੰ ਅਜੇ ਮਨ ਦੇ ਵਿੱਚ ਵਹਿਮ ਆ ਕੇ ਪਰਵਾਨਾ ਪਤਾ ਨਹੀਂ ਜਾਣ ਕੇ ਕੰਜੂਸੀ ਕਰ ਗਿਆ ਬਈ ਮੈਂ ਉਹਨੂੰ ਖਰਚਾ ਕਿਹਾ, ਉਹਨਾਂ ਨੇ ਆਖਿਆ, ਮੈਂ ਆਖਿਆ ਸੀ ਕਿ ਮੈਂ ਤੁਹਾਨੂੰ ਜਿਹੜਾ ਪੈਸੇ ਮੈਨੂੰ ਲੈ ਕੇ ਗਏ ਹੋ ਰਾਏਕੋਟ ਦੇ ਕੋਲ ਲੈ ਕੇ ਗਏ ਹੋ, ਮੈਂ ਤੁਹਾਨੂੰ 2,000 ਰੁਪਏ। ਪਰਮਾਨਾ ਜੀ, ਮੈਂ ਨਾ ਕਈ ਬੰਦਿਆਂ ਤੋਂ ਪੁੱਛਿਆ, ਮੈਂ ਆਖਿਆ ਵੀ ਤੁਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਕਰਦੇ? ਕਈ ਜਿਹੜੇ ਪੰਜਾਬ ਦੇ ਕਲਾਕਾਰ ਆ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਪਰਵਾਨਾ ਜੀ ਵਰਗੇ ਵੱਡੇ ਗੀਤਕਾਰ ਇੰਨੇ ਮਹਾਨ ਗੀਤਕਾਰ ਦੀ ਮਦਦ ਕਿਉਂ ਨਹੀਂ ਕਰਦੇ? ਉਹ ਕਹਿੰਦੇ ਵੀ ਮਦਦ ਕੀ ਕਰੀਏ, ਜੇ 10,000 ਰੁਪਇਆ ਦਵਾ ਤਾਂ 10 ਦੀ ਦਾਰੂ ਪੀ ਜਾਣਗੇ, ਜੇ 5,000 ਰੁਪਇਆ ਦਵਾ ਤਾਂ 5,000 ਦੀ ਦਾਰੂ ਪੀ ਜਾਣਗੇ, ਮਨ ਵਿੱਚ ਵਹਿਮ ਜ਼ਿਆਦਾ ਪੈ ਰਿਹਾ। ਪਰ ਤੁਹਾਡੇ ਬਾਰੇ ਇਹ ਗੱਲ ਉੱਡੀ ਹੋਈ ਆ
ਵਹਿਮ ਇੰਨਾ ਪੈ ਗਿਆ ਕਿ ਉਹ ਮੈਂ ਉਹਨਾਂ ਨੂੰ ਸਾਬਤ ਕਰ ਚੁੱਕਿਆ ਵੀ ਮੈਨੂੰ ਇੱਥੇ ਬੈਠੇ ਨੂੰ ਕਿੰਨਾ ਚਿਰ ਹੋ ਗਿਆ। ਮੈਂ ਦਿਨੇ ਦਾ ਇੱਥੋਂ ਵੀ ਨਹੀਂ, ਇਸ ਤੋਂ ਪਹਿਲਾਂ ਵੀ ਦਿਨੇ ਖਤਮ ਕਰਤੀ ਹੈ, 7:30 ਵਜੇ ਤੱਕ ਤਾਂ ਬਿਲਕੁਲ ਹੀ ਖਤਮ ਹੈ। ਬਾਈ ਚਾਂਸ ਕੋਈ ਐਸਾ ਮੈਨੂੰ ਵੱਡੋ ਵੱਡੀ ਬਹਾਉਂਦਾ ਨਾਲ, ਉਦੋਂ ਉਹਨੂੰ ਕਹਿੰਦਾ ਮਜ਼ਬੂਰ ਮੈਨੂੰ ਮਰਨਾ ਪੈ ਜਾਏ ਤਾਂ ਵੱਖਰੀ ਗੱਲ ਆ। ਉਹਨਾਂ ਨੂੰ ਭੁਲੇਖਾ ਪੈ ਰਿਹਾ ਪਰ ਲੇਕਿਨ ਇਹਦੇ 'ਚ ਕੁਦਰਤ 'ਚ ਮੇਰੀ ਬੇਸਮਝੀ, ਇਹ ਮੇਰੇ ਮੁੰਡਿਆਂ ਦੀ ਆਪਣੇ ਗਿਣਤੀ ਜਾਂ ਪਰਿਵਾਰ ਵੱਡਾ ਸੀਗਾ, ਅੱਠ ਹਸਪਤਾਲਾਂ 'ਚ ਘਰ ਵਾਲੀ ਹੋ ਕੇ ਮਰੀ ਹੈ ਅਤੇ ਬਬਲੂ ਹੈ ਇਹ ਉੱਤੇ 1,00,000 ਰੁਪਇਆ ਲੱਗ ਗਿਆ। ਤੁਸੀਂ ਗੱਲ ਕਰਦੇ ਸੀਗੇ ਉਹਨਾਂ ਕਲਾਕਾਰ ਨੂੰ ਭੁਲੇਖਿਆ ਸੀ ਉਹਦਾ, ਪਰ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਦੇ ਪਰਿਵਾਰ ਨੂੰ ਕਈ ਸਾਲ ਹੋ ਗਏ ਵੀ ਤੁਸੀਂ ਕਦੇ ਬੈਠਾ ਦੇਖਿਆ ਠੇਕੇ ਉੱਤੇ, ਕਦੇ ਕਿਸੇ ਦੇ ਨਾਲ ਬੈਠਾ ਦੇਖਿਆ। ਮੈਂ ਦਾਅਵੇ ਨਾਲ ਕਹਿਣਾ ਵੀ ਉਹਨਾਂ ਕੋਲ ਕੋਈ ਟਾਈਮ ਨਹੀਂ ਹੋਵੇਗਾ ਇਸ ਗੱਲ ਕਹਿਣ ਦਾ, ਕਦੇ ਕਿਸੇ ਨਾਲ ਵੀ ਨਹੀਂ ਕਹਿੰਦਾ। ਵਾ ਸੌਣ ਲੱਗਿਆਂ ਜੇ ਮੇਰੇ ਤੋਂ ਹੋ ਸਕੇ ਤਾਂ ਮੈਂ ਥੋੜ੍ਹਾ ਕੱਪ ਲੈ ਕੇ ਨੀਂਦ ਬਹਿ ਰਹੀ, ਜੇ ਕੋਈ ਨਹੀਂ ਹੈਗਾ ਜਾਂ ਸਤਨਾਮ ਸਿੰਘ। ਤੁਸੀਂ ਗੱਲ ਕੀਤੀ ਸੀ ਵੀ ਬਹੁਤ ਸਾਰੇ ਗੀਤ ਆ ਜਿਹੜੇ ਉਹ ਤੱਤੇ ਲਿਖੇ, ਚੌਂਦੇ ਲਿਖੇ, ਉਹਨਾਂ ਦੇ ਉੱਤੇ ਉਮਰ ਦੇ ਇਸ ਵਰੇ ਦੇ ਵਿੱਚ 80ਵੇਂ ਵਰੇ ਦੇ ਵਿੱਚ ਕੋਈ ਸ਼ਰਮਿੰਦਗੀ ਜੀ ਹੁੰਦੀ ਕਿ ਨਹੀਂ ਵੀ ਯਾਰ ਜਵਾਨੀ ਦੇ ਵਿੱਚ ਆਹ ਕੀ ਲਿਖੀ ਗਏ? ਉਸ ਵੇਲੇ ਚੰਗੇ ਲੱਗਦੇ ਸੀ, ਕਰਮਜੀਤ ਤੋਂ ਰਿਣਾ ਕਰਾਇਆ, ਇੱਕ ਉੱਚੀਆਂ ਖੂਹੀਆਂ 'ਤੇ ਡੋਰ ਖੜਕਦੇ ਪਾਣੀ ਦੀਆਂ ਘੜਿਆਂ ਨੂੰ ਕੌਣ ਢੋਊਗਾ, ਭਾਬੀ ਸਾਗ ਉਹਨਾਂ ਜਾਈ ਤੇਰਾ ਮੁੰਡਾ ਰਹੂਗਾ, ਇਹ ਤਾਂ ਗੀਤ ਬਹੁਤ ਜ਼ਿਆਦਾ ਲਿਖਿਆ। ਹਾਂ, ਬਹੁਤ ਜ਼ਿਆਦਾ ਅੱਛਾ ਗੀਤ ਹੈ, ਔਰ ਤਿੰਨ ਵਾਰੀ ਲੋਕਾਂ ਨੇ ਇਹਨੂੰ ਨਕਲ ਕੀਤਾ, 3 ਵਾਰੀ ਲੋਕਾਂ ਨੇ, ਉਹਨਾਂ ਆਪਾਂ 9 ਨਹੀਂ ਲੈਂਦੇ ਸਾਰਿਆਂ ਦੇ। ਲੈ ਦਿਓ, ਕੋਈ ਗੱਲ ਨਹੀਂ, ਕੋਈ ਨਹੀਂ, ਕੋਈ ਆਪੋ 9 ਚੱਲ ਨਾ। ਪਰ ਤੁਹਾਡੇ ਗੀਤ ਇੰਨੀ ਵਾਰ ਉਸ ਤੋਂ ਬਿਨਾਂ ਜੀ ਖੁੱਲ੍ਹਾ ਗੀਤ ਇੱਕ ਮੈਨੂੰ ਉਹਨੇ ਆਪ ਕਹਿ ਕੇ ਲਿਖਵਾਇਆ, ਸਵਰਨਲਤਾ ਨੇ ਕਹਿ ਕੇ, ਖੇਤਾਂ ਦੇ ਵਿੱਚ ਵੇਲਾਂ ਪੱਤ ਹਰੇ ਹਰੇ, ਦੋ ਘੜੀਆਂ ਕਰ ਨਾਮ ਕਰੇ ਚੱਲ ਬਾਹਰ ਦੇ ਕਰੇ। ਵਾਹ, ਉਹ ਕਹਿੰਦੀ ਕਿਹੜੀਆਂ ਕੰਮਾਂ ਨੂੰ ਜਾਣਾ ਮਾਹੀਆ ਬਾਹਰ ਦੇ ਕਰੇ, ਇਸ ਤਰ੍ਹਾਂ ਕੋਈ ਖੁੱਲ੍ਹੇ ਗੀਤ ਕਹਿਣੇ ਪੈ ਜਾਂਦੇ ਆ। ਇਸ ਤੋਂ ਬਿਨਾਂ ਅੱਗੇ ਚੰਗੇ ਗੀਤ ਉਹ ਵੀ ਲਿਖੇ ਨੇ, ਮੈਂ ਸਰਸਾ ਦੇ ਹੌਲੀ ਹੌਲੀ ਚੱਲ ਮੈਂ ਸਰਸਾ ਦੇ ਪਾਉਣੀਆਂ, ਕੇਦੀਪ ਦੀ ਆਵਾਜ਼ ਵਿੱਚ ਧਾਰਮਿਕ ਗੀਤ ਹੋਏ, ਗੁਰਗੋਬਿੰਦ ਦੀ ਅਮਰ ਕਹਾਣੀ ਧਰਮ ਤੋਂ ਜਿੰਦੜੀ ਵਾਰ ਗਏ, ਮਾਤਾ ਦਾਦਾ ਨੂੰ ਜਗਾਵੇ ਨਾਲੇ ਘੋੜੀਆਂ ਪਏ ਗਾਵੇ, ਕੇਦੀਪ ਦੀ ਆਵਾਜ਼ ਹੋਇਆ, ਜਗਮੋਹਨ ਨੇ ਮੇਰੇ ਗੀਤ ਗਾਏ ਉਹਦੇ ਨਾਲ ਡਿਊਟ ਗਾਏ, ਕਾਲਾ ਸੁਰਮਾ ਅੱਖਾਂ ਦੀ ਦਾਰੂ ਲੋਕੀ ਮੈਨੂੰ ਲਾਉਣ ਤੂੰ ਤਾਂ, ਪੱਪੂ ਦੀ ਅੰਮਾ ਪਕੌੜਾ ਪਾਇਆ ਲੰਮਾ, ਇਹ ਫੈਮਿਲੀ ਪਲੈਨਿੰਗ, ਇਸ ਤੋਂ ਬਿਨਾਂ ਵੀ ਚਲਾ ਲਿਆ ਹੱਕ ਚਲਾ ਲਿਆ ਚਾਮਾ ਦੀਆਂ, ਜਿੰਨਾ ਚਿਰ ਮੈਂ ਨਵੀਂ ਲਵੇਟੀ ਫਿਰ ਤੇਰੀਆਂ ਕੱਢੂੰ ਲੜਕਾਂ, ਅਤੇ ਇਸ ਤਰ੍ਹਾਂ ਦੇ ਗੀਤ ਆਪਣੀ ਆਵਾਜ਼ 'ਚ ਰਿਕਾਰਡਿੰਗ ਬਹੁਤ ਹੋਈ ਹੈ, ਉਹਦੇ ਵਿੱਚ ਖੁੱਲ੍ਹੇ ਗੀਤ ਵੀ। ਤੁਹਾਡੀ ਆਵਾਜ਼ ਦੇ ਵਿੱਚ ਕਿੰਨੇ ਗੀਤ ਰਿਕਾਰਡ ਹੋਏ ਹੋਣ? 35 ਗੀਤ ਅੰਦਾਜ਼ਾ, ਅਜੇ 10 ਗੀਤ ਡਿਊਟ, 10 ਸੋਲੋ, ਬਾਕੀ ਕੁਛ ਟੁੱਟ ਮੈਂ ਵੀ ਵੱਖਰੇ ਵੱਖਰੇ ਕੋਹਨੂਰ ਕੰਪਨੀ। ਜਿਹੜੇ ਜਿਹੜੇ ਡਿਊਟ ਆਏ ਆ, ਦੁਗਾਣੇ ਆਏ ਆ, ਉਹ ਕਿਹੜੀਆਂ ਕਿਹੜੀਆਂ ਗਾਇਕਾਵਾਂ ਦੇ ਨਾਲ ਆ? ਬਹੁਤੇ ਗੀਤ ਮੰਜੂ ਕੁੜੀ ਵਾਲੀ ਕੁੱਤੇ ਵਾਲੀ ਕੰਪਨੀ 'ਚ ਇਹਦੇ ਨਾਲ ਹੋ ਰਹੇ ਹੈ, ਉਹਦੇ ਜਿਹੜੇ ਖੁੱਲ੍ਹੇ ਗੀਤ ਹੋਏ ਆ ਉਹ ਵੀ ਉਹਦੇ ਨਾਲ ਹੀ ਹੋਏ ਆ। ਸੁਵਰਲਤਾ ਦੇ ਉਹਨੇ ਮੇਰੇ ਗੀਤ ਕਰਵਾਏ, ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੀਆਂ ਸੜਕਾਂ ਮਾਏ, ਮੈਨੂੰ ਤੋਰੀ ਨਾ ਕੱਢ ਲੈ ਜਵਾਈ ਦੀਆਂ ਸੜਕਾਂ, ਬਹੁਤ ਚੱਲਿਆ ਔਰ ਇੰਟਰਨੈਟ 'ਤੇ ਆ ਰਿਹਾ। ਉੱਧਰੋਂ ਮੇਰੀ ਫਿਲਮ ਬਣ ਰਹੀ ਹੈ, ਇੱਕ ਬੰਬੇ ਤੋਂ ਬਾਊ ਹੈ ਉਹ ਮੇਰੀ, ਮੈਨੂੰ ਹੁਣ ਵੀ ਜਦ ਮੈਂ ਡੋੜ ਜਾਂਦਾ ਉਹ ਪੈਸੇ ਭੇਜਦਾ, 1,000-1,500 ਜਿਵੇਂ ਉਹਦਾ ਜੀ ਕਰਦਾ। ਉਹ ਫਿਲਮ ਮੇਰੀ ਬਣੀ ਪਈ ਹੈ, ਬਹੁਤ ਹੱਦ ਤੱਕ ਥੋੜ੍ਹੀ ਰਹਿੰਦੀ ਹੈ, ਉਹ ਕੋਲ ਹੀ ਉਹ ਸਾਰੇ ਮੈਪ ਲਈ ਕਰਦਾ, ਉਹ ਬੰਬੇ ਆ ਤੋਂ ਕੈਨੇਡਾ ਵੀ ਹੋ ਕੇ ਆਇਆ, ਇਸ ਟਾਈਮ ਕੈਨੇਡਾ ਸੁਖਵਾਨ ਸੁਖੀ ਆ, ਉਹਦੀ ਆਵਾਜ਼ 'ਚ ਮੇਰੇ ਗੀਤ ਹੋਏ, ਮੁੰਡਾ ਸਰਪੰਚਾਂ ਦਾ ਮੈਨੂੰ ਲਵ ਯੂ ਕਹਿੰਦਾ, ਉਹਦਾ ਨੰਬਰ ਮੇਰੇ ਕੋਲ, ਫੋਨ ਨੰਬਰ ਨਹੀਂ ਮਿਲਦਾ, ਨਹੀਂ ਮੈਨੂੰ ਉਹ ਪੈਸਾ ਦੇ ਸਕਦੀ ਹੈ। ਆਪਾਂ ਨਾ ਪਰਵਾਨਾ ਸਾਹਿਬ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਨਿੱਕਾ ਜਿਹਾ ਵਕਫਾ ਲੈ ਲਈਏ। ਜੱਜ ਦਾ ਵਿਚਾਰ।
ਪ੍ਰਾਈਮ ਏਸ਼ੀਆ ਟੀਵੀ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਾਣਾ ਅਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਚਤਰ ਸਿੰਘ ਪਰਵਾਨਾ ਜੀ। ਪਰਵਾਨਾ ਜੀ, ਆਪਾਂ ਗੱਲ ਕਰ ਰਹੇ ਸੀ ਤੱਤੇ ਗੀਤਾਂ ਦੇ ਬਾਰੇ 'ਚ। ਇਹ ਜਿਹੜੇ ਗੀਤ ਉਸ ਦੌਰ ਦੇ ਵਿੱਚ ਤੁਸੀਂ ਲਿਖੇ, ਜਿੰਨੇ ਵੀ ਲਿਖੇ, ਇਹ ਸਾਰੇ ਤੁਸੀਂ ਆਪਣੀ ਮਰਜ਼ੀ ਨਾਲ ਲਿਖੇ ਜਾਂ ਤੁਹਾਡੇ ਕੋਲੋਂ ਲਿਖਵਾਏ ਜਾਂਦੇ ਸੀ? ਕੁਛ ਕਹਿ ਕੇ ਲਿਖਵਾਏ ਜਾਂਦੇ ਸੀਗੇ। ਸਵਰਨਤਾ ਨੇ ਆਖਿਆ ਕਰਮਜੀਤ ਹੋਰੀ ਨੇ ਸਾਨੂੰ ਖੁੱਲ੍ਹਾ ਕਿ ਦੱਸੋ ਜੀ, ਉਹ ਦਿਨਾਂ 'ਤੇ ਕੁਛ ਆਪਣੇ ਆਪਣੇ ਦਿਮਾਗ ਤੋਂ ਵੀ ਗਲਤੀ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਰਲੇ ਮਿਲਿਆ, ਜਿਹਦੇ ਵਿੱਚੋਂ ਕਿ ਆਪਣੀ ਆਵਾਜ਼ ਦੇ ਗੀਤ ਸੀਗੇ ਮੰਜੂ ਨਾਲ, ਕੁਛ ਉਹਨਾਂ 'ਚ ਖੁੱਲ੍ਹੇ ਗੀਤ ਵੀ ਮੈਂ ਕਹਿ ਬੈਠਿਆ। ਬਾਕੀ ਜਿਹੜੀ ਧਾਰਮਿਕ ਹੈ ਮੇਰੀ ਆਈਟਮ, ਉਹ ਇੰਨੀ ਜ਼ਿਆਦਾ ਅੱਛੀ ਹੈ, ਸਾਸਾਂ ਦੇ ਪਾਣੀਆਂ ਹੌਲੀ ਹੌਲੀ ਚੱਲ, ਇਹ ਬਲਕਾਰ ਸਿੱਧੂ ਨੇ ਰਿਕਾਰਡ ਕਰਾਇਆ, ਇਸ ਤੋਂ ਬਾਅਦ ਕਰਾਇਆ ਗਿੱਲ ਨੇ ਕਰਾਇਆ, ਉਹ ਵੀ ਵਿਚਾਰਾ ਮਰ ਗਿਆ। ਮੈਨੂੰ ਕਿਹਾ ਸੀ 5,000 ਰੁਪਈਆ ਮੈਂ ਤੁਹਾਨੂੰ ਦਊਂਗਾ, ਪਰ ਉਹ ਦੇ ਨਹੀਂ ਹੋਇਆ। ਬਲਕਾਰ ਸਿੱਧੂ ਨੇ ਮੈਨੂੰ ਆਖਿਆ ਸੀ 5,000 ਨੂੰ ਦਊਂਗਾ, ਪਰ ਦੇ ਨਹੀਂ ਸਕਿਆ। ਇਸ ਤੋਂ ਬਿਨਾਂ ਹੋਰ ਗੀਤ ਮੇਰੇ ਭਾਬੀ ਸਾਹਿਬ ਨੂੰ ਜਾਈ ਮੁੰਡਾ ਰਹੂਗਾ, ਪਹਿਲਾਂ ਕਰਮਵੀਰ ਨੇ ਗਾਇਆ, ਫਿਰ ਮਿੰਟੂ ਧੁਰ ਨੇ ਪ੍ਰਦੀਪ ਭਾਲਟਾ ਨਾਲ ਗਾਤਾ, ਫਿਰ ਉਸ ਨੇ ਚੱਕ ਕੇ ਦਿੱਲੀ ਖੰਨੇ ਵਾਲੀ ਦਲਜੀਤ ਨਾਲ ਗਾਤਾ, 3 ਵਾਰੀ ਰਿਕਾਰਡ ਹੋਇਆ, ਪਰ ਮੈਨੂੰ ਦਿੱਤਾ ਉਹਨੇ ਕੁਛ ਵੀ ਨਹੀਂ, ਕੁਛ ਨਹੀਂ ਦਿੱਤਾ। ਪਰ ਆਪਾਂ ਤੱਤੇ ਗੀਤਾਂ ਦੀ ਗੱਲ ਕਰ ਰਹੇ ਸੀ, ਕਿਹੜੇ ਕਿਹੜੇ ਗੀਤ ਆ ਜਿਨ੍ਹਾਂ ਦੇ ਉੱਤੇ ਤੁਹਾਨੂੰ ਹੁਣ ਅਫਸੋਸ ਹੁੰਦਾ, ਸ਼ਰਮ ਆਉਂਦੀ ਹੈ ਕਿ ਆਹ ਨਾ ਲਿਖਦੇ ਯਾਰ, ਠੀਕ ਹੀ ਸੀਗਾ? ਬਹੁਤਾ ਜ਼ਿਆਦਾ ਨਹੀਂ, ਬਸ ਇਹੀ ਹੈ ਬਸ। ਹਾਂ, ਇੱਕ ਸੀ ਉਹ ਸਿੰਗਲ ਡਾਊਨ, ਉਹ ਵੀ ਆਪ ਹੋ ਗਿਆ ਸਿੰਗਲ ਡਾਊਨ, ਉਹ ਕਹਿੰਦਾ ਨਹੀਂ ਹੋਇਆ, ਬਸ ਇਹ ਕੋਈ ਹੋਰ ਸਾਰੇ ਹਿਸਾਬ 'ਚ ਨੇ। ਮੇਰੀ ਨਾਰ ਬੜੀ ਹੈ ਚੁਸਤ, ਉਹਦਾ ਹਾਸੇ ਦਾ ਗੀਤ ਹੈ, ਮੈਂ ਚੀਜ਼ ਬੜੀ ਹੈ ਮਸਤ ਮਸਤ ਦਾ ਉਲਟਾ ਪੁਲਟਾ, ਹਾਸੇ ਦੇ ਗੀਤ ਮੈਂ ਹੋਰ ਲਿਖਿਆ। ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ, ਮੈਂ ਲਿਖਿਆ ਵੀ ਪਿਆਰ ਤੋਂ ਮਗਰੋਂ ਧੋਖਾ ਦੇਵਾਂਗੇ। ਅੱਛਾ, ਉਹ ਕਿਉਂ ਦੇਵਾਂਗੇ? ਕਿਉਂਕਿ ਅੱਜ ਦਾ ਜ਼ਮਾਨਾ ਇੱਦਾਂ ਦਾ, ਅੱਜ ਦੀ ਗੱਲ ਕੀਤੀ ਹੈ, ਪਿਆਰ ਤੋਂ ਮਗਰੋਂ ਧੋਖਾ ਦੇਵਾਂਗੇ, ਹਰ ਇੱਕ ਦਾਰਾ ਫੋਕਾ ਦੇਵਾਂਗੇ, ਨਹਿਰ 'ਚ ਫੜ ਕੇ ਗੋਤਾ ਦੇਵਾਂਗੇ, ਕਰਦੀ ਨਹੀਂ ਮੈਨੂੰ ਪਿਆਰ ਮੇਰੀ ਮਹਿਬੂਬਾ ਹੈ ਕੰਜਰ ਦੀ ਮਾਰ, ਮੇਰੀ ਮਹਿਬੂਬਾ ਹੈ, ਮਹਿਬੂਬਾ ਹੈ ਕੰਜਰ ਦੀ ਮਾਰ। ਇਹ ਤਾਂ ਬੜਾ ਖਤਰਨਾਕ ਜਿਹਾ ਸ਼ਬਦ ਹੈ, ਹੱਸ ਗਾਂ ਹਾਸਾ ਬਹੁਤ ਹੈ, ਫੜ ਕੇ ਗੁੱਤਲੀ ਮੁੰਦੇ ਜਾਂਗੇ, ਗਿੱਚੀ ਬਈ ਘਸਾਉਂਦੇ ਜਾਂਗੇ, ਆਟੇ ਵਾਂਗ ਘੁੰਮਦੇ ਜਾਂਗੇ, ਕਰਦੀ ਇਹ ਹੰਕਾਰ, ਬਹੁਤ ਵਰਗੀ ਨਾਰ ਇਹਨਾਂ ਗੱਲਾਂ ਖਰਾਬ ਹੋਣ ਜਿਹੜੇ। ਇੱਕ ਮਿੰਟ ਦੱਸੋ ਵੀ ਜਿੰਨੀ ਉਮਰ ਤੁਹਾਡੀ ਹੈ, ਬਾਬੂ ਸਿੰਘ ਮਾਨ, ਦੇਵ ਤਰੀਕਿਆਂ ਵਾਲਿਆਂ ਦੀ ਉਮਰ ਵੀ ਤਕਰੀਬਨ 19 ਹੈ, ਨਾਂ ਹੀ ਜਾਂਦਾ ਹੈ, ਪਰ ਉਹਨਾਂ ਨੇ ਦੇਖੋ ਆਪਣੀ ਜ਼ਿੰਦਗੀ ਨੂੰ ਕਿਵੇਂ ਇੱਕ ਥਾਂ ਦੇ ਉੱਤੇ ਵਧੀਆ ਤਰੀਕੇ ਨਾਲ ਬਸਰ ਕਰ ਰਹੇ ਆ, ਉਹਨਾਂ ਦੇ ਵੀ ਗੀਤ ਤੁਹਾਡੇ ਵਾਂਗ ਰਿਕਾਰਡ ਹੋਏ ਆ। ਮੇਰੇ ਗੀਤਾਂ ਨੂੰ ਕਿਹੜੇ ਕਿਹੜੇ ਰਾਈਟਰ ਨੇ ਨਕਲ ਕੀਤਾ ਔਰ ਕਿੰਨੇ ਗੀਤ ਨਕਲ ਕੀਤੇ, ਕਿਹੜੇ ਕਿਹੜੇ ਕੀਤੇ, ਇਹ ਮੈਨੂੰ ਨਾ ਪੁੱਛੋ, ਬਾਬੂ ਸਿੰਘ ਮਾਨ ਹੋਰਾਂ ਦਾ ਜ਼ਿੰਦਗੀ ਦਾ ਪੱਧਰ, ਦੇਵ ਤਰੀਕਿਆਂ ਵਾਲਾ, ਜਾਂ ਤੁਹਾਡੇ ਜੋ ਕਹਿ ਸਕਦੇ ਸਮਕਾਲੀ ਹੋਰ ਬਹੁਤ ਸਾਰੇ ਗੀਤਕਾਰ ਆ ਜਿਨ੍ਹਾਂ ਦੀ ਜ਼ਿੰਦਗੀ ਆ ਜਿਹੜੀ ਉਹ ਵਧੀਆ ਠੀਕ ਤਰੀਕੇ ਨਾਲ ਚੱਲ ਰਹੀ ਹੈ। ਬਾਬੂ ਸਿੰਘ ਮਾਨ ਕੇ ਤਕੜਾ ਹੁੰਦਾ, ਮੈਂ ਨਹੀਂ ਕਹਿੰਦਾ ਵੀ ਮੇਰੇ ਗੀਤਾਂ ਨੂੰ ਕਿਹਨੇ ਨਕਲ ਕੀਤਾ। ਪਿੱਛੇ ਇੱਕ ਗੀਤ ਆਇਆ ਸੀ ਵੀ ਪੁਲਾਂ ਦੇ ਹੇਠਾਂ ਪਾਣੀ ਚੱਲੇ ਲਿਖਾਂ, ਉਹ 'ਤੇ ਡਾਕ ਹੋਣ ਕੇ ਰੋਲੀਆਂ ਵੇਲੋ ਤੇਰਾ ਜੀਜਾ ਲੈ ਗਿਆ ਸਾਖ, ਇਹ ਮੇਰਾ ਗੀਤ ਸੀ ਪਹਿਲਾਂ, ਮਗਰੋਂ ਹੋਇਆ ਆਪਾਂ ਨਾਂ ਨਹੀਂ ਲੈਂਦੇ। ਉਹ ਰਾਜ ਬਰਾੜ ਨੇ ਗਾਇਆ, ਜਿਹੜਾ ਰਾਜ ਬਰਾੜ ਨੇ, ਉਹ ਗੁਜ਼ਰੀਆ ਵਿਚਾਰਾ, ਮੇਰਾ ਗੀਤ ਗਾਇਆ ਸੀ ਰਮੇਸ਼ ਗਿੱਲਾ ਔਰ ਸੁਦੇਸ਼ ਕਪੂਰ ਨੇ, ਉਹਦੀ ਤਰਜ ਦਾ ਫਰਕ ਹੈ, ਲਫ਼ਜ਼ ਉਹੀ ਨੇ ਸੇਮ ਸਾਈਆਂ ਦੇ, ਲੇਕਿਨ ਤਰਜ ਦਾ ਫਰਕ ਹੈ। ਮੈਂ ਗਾ ਕੇ ਦੱਸਦਾ ਜਿਹੜਾ ਮੇਰਾ ਕਿਉਂ ਗਾਇਆ, ਰਮੇਸ਼ ਗਿੱਲਾ ਇਹ ਮੇਰਾ ਗੀਤ ਨੈਟ ਦੇ, ਹੁਣ ਹੁਣ ਸੁਣ ਲਓ। ਪੁਲਾਂ ਦੇ ਹੇਠਾਂ ਪਾਣੀ ਚੱਲੇ ਲੀਹਾਂ ਉੱਤੇ ਡਾਕ, ਪੁਲਾਂ ਦੇ ਹੇਠਾਂ ਪਾਣੀ ਚੱਲੇ ਲੀਹਾਂ ਉੱਤੇ ਡਾਕ, ਹੁਣ ਕਿਉਂ ਰੋਨੀ ਹੈ ਬਿੱਲੋ ਜੇ ਤੇਰਾ ਚੀਜ਼ਾ ਲੈ ਗਿਆ, ਓਏ ਓਏ
ਤੇਰਾ ਜੀਜਾ ਲੈ ਗਿਆ ਸਾਹਕ, ਐਵੇਂ ਖੜਾ ਪਰਵਾਨੇ ਕਾਨੂੰ ਮਾਰਦਾ ਮੜਾਕ, ਹਾਏ ਮੈਂ ਮਰ ਗਈ ਵੇ ਜੀਜਾ ਮੁੰਡਾ ਕੱਢਦਾ ਜਵਾਕ। ਉਹਨਾਂ ਨੇ ਲਾਈਨਾਂ ਮਤਲਬ ਚੇਂਜ ਕੀਤੀਆਂ। ਪਰ ਤੁਸੀਂ ਹੁਣ ਤੇ ਬਹੁਤ ਸਾਰੇ ਗਾਣਿਆਂ ਦਾ ਜ਼ਿਕਰ ਕਰਤਾ ਜਿਹੜੇ ਕਿ ਤੁਹਾਡੇ ਕਿਸੇ ਹੋਰ ਨੇ ਚੋਰੀ ਕਰਕੇ ਗਾ ਦਿੱਤੇ ਜਾਂ ਲਿਖ ਦਿੱਤੇ। ਬਹੁਤ ਜੀ ਮੇਰੇ ਨਗਰ ਸਾਹਮਣੇ ਜਵਾਨੇ ਖੇਡਾਂ ਗੀਟੀਆਂ, ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ, ਤੇਰਾ ਕੀ ਜਾਊਗਾ ਬਗਾਨੇ ਪੁੱਤ ਦਾ ਵਾਲ ਵਾਲ ਹੋ ਜਾਊਗਾ ਮੇਰੀ ਗੁੱਤ ਦਾ, ਅਮਰ ਅਰਸ਼ੀ ਨੇ ਬਾਬਾ ਖੇਡੇ ਗੀਟੀਆਂ। ਇੱਕ ਬੀਬੀ ਪੁਰੀਆ ਮੁੰਡਾ ਸੀ, ਉਹਨੇ ਕੱਟ ਕੇ ਮੇਰਾ ਆਪਣਾ ਨਵੇਂ ਸਿਰੋਂ ਕਰਵਾਤਾ। ਮੈਂ ਕਿਸੇ ਨੂੰ ਕੁਛ ਵੀ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਇਸੇ ਤਰ੍ਹਾਂ ਮੇਰੇ ਗੀਤ ਹੋਰ ਨਕਲ ਬਹੁਤ ਹੋਏ ਆ, ਜਿਹਨਾਂ ਵਿੱਚੋਂ ਮੈਂ ਠਹਿਰ ਕੇ ਦੱਸ ਦਿੰਦਾ ਆਪਣੀ ਆਵਾਜ਼ ਦੇ। ਹਾਂ, ਇੱਕ ਸੋਨੇ ਦੀ ਛਾਪ ਘੜਾ ਦੇ ਉੱਤੇ ਬਾਬਾ ਦੇ ਮੋਰ ਨਹੀਂ ਆ, ਮੈਂ ਤਾਂ ਸੱਸ ਬਕਲਾਵੇ ਤੋਰਨੀ ਆ। ਸਾਡੇ ਬਾਪੂ ਜੀ ਨੂੰ ਸਾਗ ਲਿਆ ਦੇਣੀ, ਸੁਰਿੰਦਰ ਸੀਮਾ ਅਤੇ ਹਰਚਰਨ ਗਰੇਵਾਲ, ਉੱਧਰੋਂ ਦੋ ਪਾਸੇ ਰੌਲਾ ਪੈ ਗਿਆ ਆਪਣੇ ਰਮੇਸ਼ ਨਗੀਡਾ ਅਤੇ ਸਵਰਨ ਦਾ, ਤਾਂ ਉਹ ਰਿਕਾਰਡ ਪਹਿਲਾਂ ਲਗਾਇਆ ਹੈ। ਹਰਚਰਨ ਗਰੇਵਾਲ ਕਹਿੰਦਾ ਮੈਂ ਮਸ਼ਹੂਰ ਕੀਤੇ ਸੀਗੇ, ਜਿੱਦਣ ਦੀ ਆ ਗਈ ਸ਼ਾਮ ਕੋਲ ਸਾਡਾ ਮੰਜਾ ਪੇਪਰ ਥੱਲੇ, ਮੈਂ ਗੋਭੀ ਨੇ ਲੋਹੇ ਤੜਕਾ ਬਾਬਾ ਮਾਰੇ ਛਿੱਕਾਂ ਸਹੁਰਿਆ ਵੇ ਤੇਰੀ ਜਾਨ ਨੂੰ, ਮੈਂ ਖਿੜਕੀ ਉਹਦੇ ਬਿੱਟਾਂ ਮੋਢੇ ਕਰਕੇ ਲਾਲ ਵਿਛਾਉਣਾ ਪਰਵਾਨਾ ਜੀ ਚੱਲਿਆ, ਜਨਮ ਦੀ ਆ ਗਈ ਸ਼ਾਮ ਕੋਲੇ ਸਾਡਾ ਮੰਜਾ ਪੇਪਰ ਥੱਲੇ। ਮਾਣਕ ਨੇ ਵੀ ਇਸ ਗੀਤ ਨੂੰ ਗਾਇਆ ਮੇਰੇ ਗੀਤਾਂ ਨੂੰ, ਪਰ ਮਾਣਕ ਦੀ ਆਵਾਜ਼ ਰਿਕਾਰਡ ਨਹੀਂ ਹੋਇਆ, ਉਹਨੇ ਗਾਏ ਤਰੀਕੇ ਵਾਲੇ। ਮੇਰੇ ਗੀਤ ਉਹਨੇ ਸਟੇਜਾਂ ਉੱਤੇ ਬਹੁਤ ਗਾਏ ਪਰ ਲੇਕਿਨ ਰਿਕਾਰਡ ਨਹੀਂ ਹੋ ਸਕਿਆ। ਹੋਰ ਹਰਪਾਲ ਠੱਠੇ ਵਾਲੇ ਨੇ ਮੇਰੇ ਗੀਤ ਕਰਵਾਏ ਅੰਮ੍ਰਿਤਸਰੀਆ, ਇਸ ਤੋਂ ਬਿਨਾਂ ਲੱਖਾ ਜਗੀਰੋ ਬਟਾਲੇ, ਉਹਨਾਂ ਦੀ ਅੱਜ ਕੱਲ੍ਹ ਬਹੁਤ ਤਕੜੀ ਹਾਲਤ ਹੈ, ਜੇ ਮੈਂ ਉਹਨਾਂ ਕੋਲ ਜਾਵਾਂ ਤਾਂ ਮੇਰੀ ਉਹ ਬਹੁਤ ਮਦਦ ਕਰ ਸਕਦੇ ਆ। ਇੱਥੋਂ ਤੱਕ ਇੱਕ ਭੱਠੇ ਵਾਲੇ ਸ਼ਾਹ ਜੀ ਨੇ, ਉਹਨਾਂ ਕੋਲ ਮੈਂ ਗਿਆ, ਉਹਨਾਂ ਨੇ ਮੈਨੂੰ ਪੈਸੇ ਵੀ ਦਿੱਤੇ, ਉਹਨਾਂ ਆਖਿਆ ਵੀ ਮੇਰੇ ਵੱਲੋਂ ਥੋੜ੍ਹੀ ਤੇਰੀ ਪੈਨਸ਼ਨ ਵੀ ਲੱਗ ਜੂ, ਮੇਰੇ ਕੋਲ ਆ ਕੇ ਰਹਿ ਪਾ, ਲੇਕਿਨ ਇੱਥੇ ਤੂੰ ਗਾਉਣਾ ਵੀ ਛੱਡ ਦੇ, ਲਿਖਣਾ ਵੀ ਛੱਡ। ਫਿਰ ਮੈਨੂੰ ਦੱਸੋ ਵੀ ਜਦੋਂ ਤੁਹਾਨੂੰ ਇਹ ਕਹਿੰਦੇ ਆ ਕਿ ਇੱਥੇ ਆ ਕੇ ਰਹਿ ਪਾ, ਪੈਨਸ਼ਨ ਵੀ ਲੱਗ ਜੂ, ਰੋਟੀ ਪਾਣੀ ਵੀ ਦੇਵਾਂਗੇ, ਕੱਪੜੇ ਵੀ ਦੇਵਾਂਗੇ, ਫਿਰ ਤੁਸੀਂ ਇਸ ਕਮਰੇ ਨੂੰ ਕਿਉਂ ਨਹੀਂ ਛੱਡਦੇ? ਇੱਥੋਂ ਛੱਡਿਆ ਨਹੀਂ ਜਾਂਦਾ, ਬਬਲੂ ਕਰਕੇ ਮੈਨੂੰ ਬਹੁਤ ਹੀ ਗੱਲ ਹੈ, ਕਿਉਂਕਿ ਇਹ ਮੈਨੂੰ ਸਹਾਰਾ ਦਿੰਦਾ, ਇਹਦੇ ਨਾਲ ਮੇਰਾ ਦਿਲ ਲੱਗ ਜਾਂਦਾ। ਬਬਲੂ ਤਾਂ ਤੁਹਾਡਾ ਪੁੱਤ ਆ, ਉਹ ਤਾਂ ਤੁਹਾਨੂੰ ਕਿਤੇ ਵੀ ਲੁਧਿਆਣੇ ਦੇ ਵਿੱਚ ਸਹਾਰਾ ਦੇ ਦੂਗਾ? ਨਹੀਂ ਦੇ ਸਕਦਾ, ਇੱਥੇ ਮੈਨੂੰ ਕੋਲ ਹੈ, ਇੱਥੋਂ ਫੁਲਕੀ ਵੀ ਲੈ ਆਉਂਦਾ, ਇੱਥੋਂ ਕੱਪੜੇ ਧੋ ਕੇ ਵਾਪਸ ਵੀ ਆ ਜਾਂਦਾ, ਸਵੇਰ ਨੂੰ ਸਵੇਰ ਨੂੰ ਚਲੇ ਗਿਆ ਕੰਮ 'ਤੇ, ਜੇ ਸ਼ਾਮ ਨੂੰ ਜਾਂਦੇ ਹਾਂ ਕਿਤੇ ਮਿਲ ਜਾਂਦਾ, ਕਿਤੇ ਜੇ ਨਹੀਂ ਟਾਈਮ ਤਾਂ ਨਹੀਂ ਵੀ ਮਿਲਦਾ। ਅਤੇ ਮੈਂ ਇਹਨੂੰ ਇੱਥੇ ਫੋਨ 'ਤੇ ਵਾਰ ਮਾਰੀ ਜਾਂਦਾ, ਬਈ ਜਦ ਮੇਰਾ ਮਨ ਘਬਰਾਉਂਦਾ ਮੈਂ ਇਸ ਨੂੰ ਫੋਨ ਮਾਰੀ ਜਾਂਦਾ। ਪਰ ਤੁਹਾਨੂੰ ਇਉਂ ਨਹੀਂ ਲੱਗਦਾ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਪੈਨਸ਼ਨ ਲਵਾ ਦਿਆਂਗੇ, ਤੁਹਾਨੂੰ ਚੰਗੀ ਤਰ੍ਹਾਂ ਰੱਖਾਂਗੇ, ਜੇ ਉਹਨਾਂ ਕੋਲ ਚਲੇ ਜਾਂਦੇ ਹੋ ਤਾਂ ਥੋੜ੍ਹੇ ਹਾਲਾਤ ਸੁਧਰ ਜਾਂਦੇ? ਉਹ ਮੈਨੂੰ ਕਹਿੰਦੇ ਪੈਸੇ ਲੈਣੇ ਆ, ਤੂੰ ਆ ਜਾ ਮੇਰੇ ਕੋਲ, ਉਹ ਹੈ ਦੂਰ ਅੰਮ੍ਰਿਤਸਰ ਤੋਂ ਵੀ, ਝਵਾਲ ਖਾਸਾ ਭਗਣਾ, ਉੱਥੇ ਪੱਠੇ ਆ ਉਹਨਾਂ ਦੇ ਨੌ ਪੱਠੇ ਆ, ਉਹ ਕਹਿੰਦੇ ਛੱਡ ਕੇ ਆ ਜਾ ਇੱਥੇ ਆ ਜਾਂ ਪੈਸਾ ਲੈਣਾ ਆ ਕੇ ਲੈ ਜਾ। ਮੈਂ ਇੱਥੋਂ ਆਲਰੇਡੀ ਮੇਰੀ ਲੱਤਾਂ ਪੈਰਾਂ 'ਚ ਟ੍ਰਬਲ ਹੈ, ਇੱਥੋਂ ਵੀ ਹੱਡੀ ਵੱਢਦੀ ਹੈ, ਇੱਥੋਂ ਦੰਦ ਕਰਦੀ ਹੈ, ਪੈਰਾਂ ਲੱਤਾਂ ਕਮਜ਼ੋਰ ਨੇ। ਮੈਂ ਗੱਡੀਆਂ ਵਿੱਚ ਬੱਸਾਂ ਵਿੱਚ ਜਿਵੇਂ ਮੇਲੇ ਛੱਡਤੇ, ਮੇਲਿਆਂ 'ਤੇ ਜ਼ਿਆਦਾ ਹੋ ਜਾਣ ਦੀ ਹਿੰਮਤ ਨਹੀਂ ਪੈਂਦੀ, ਇਹ ਮੇਰੇ ਕੋਲ ਕਲੇਸ਼ ਰੋਜ਼ ਮੇਲਿਆਂ 'ਤੇ ਜਾਂਦਾ, ਮੈਂ ਇੱਥੇ ਹੀ ਪਿਆ, ਸਵੇਰੇ ਵੀ ਪਿਆਉਂਦਾ, ਰਾਤ ਨੂੰ ਵੀ ਪਿਆਉਂਦਾ, ਔਰ ਗੰਦਾ ਕਮਰਾ ਇੰਨਾ ਖਰਾਬ ਆ ਕਿ ਉਹ ਹੋ ਜਾਵੇ, ਮੈਂ ਇੰਨਾ ਹਨੇਰਾ ਜਿਹਾ ਉੱਦਾਂ ਵੀ ਬਹੁਤ ਗਣੀ ਭਰ। ਅਸੀਂ ਦੱਸਿਆ ਆਪਣੇ ਦਰਸ਼ਕਾਂ ਨੂੰ ਮੁੱਢ ਦੇ ਵਿੱਚ ਹੀ ਕਿ ਉਸ ਕਮਰੇ ਦੇ ਵਿੱਚ ਬੈਠ ਕੇ ਮੁਲਾਕਾਤ ਵੀ ਨਹੀਂ ਕੀਤੀ ਜਾ ਸਕਦੀ, ਉੱਥੇ ਬਹਿਣਾ ਬਹੁਤ ਔਖਾ, ਬਹਿਣਾ ਬਹੁਤ ਔਖਾ। ਪਰ ਕਈ ਵਾਰੀ ਐਸਾ ਇਹ ਕਹਿੰਦੇ ਨੇ ਬਈ ਪਾਪਾ ਤੈਨੂੰ ਭੁਲੇਖਾ ਪੈਂਦਾ ਵੀ ਇਹ ਕਮਰਾ ਠੰਡਾ ਹੈ, ਉੱਤੇ ਚਵਾਰਾ ਇਹਦੇ, ਵੀ ਇਸ ਕਰਕੇ ਤੈਨੂੰ ਸ਼ਾਇਦ ਕੋਈ ਇਹਦਾ ਫਾਇਦਾ ਵੀ ਹੁੰਦਾ ਹੋਊ, ਵੀ ਗਰਮੀ ਨਹੀਂ ਲੱਗਦੀ ਸਮਾਂ ਠੰਡਾ ਰਹੇ, ਉਹ ਠੰਡ ਵਿੱਚ ਇੰਨੀ ਠੰਡ ਪਊ ਇਹਦੇ 'ਚ ਕਿ ਠੰਡ ਵੀ ਬਰਦਾਸ਼ਤ ਨਹੀਂ ਨਹੀਂ ਹੁੰਦੀ, ਐਂ ਹੋਊਗਾ ਜਿਵੇਂ ਕੋਈ ਬਰਫ਼ ਪਈ ਹੁੰਦੀ ਹੈ।
ਅਤੇ ਇੱਕ ਸੋਨੇ ਸ਼ਾਹ ਘੋੜਾ ਜੀ ਹਰਾ ਉਹ ਹੋ ਗਿਆ। ਇਸ ਤੋਂ ਬਿਨਾਂ ਗੀਤਾਂ ਦੇ ਧਾਰਮਿਕ ਰਿਕਾਰਡ ਧਾਰਮਿਕ ਗੀਤ ਮੈਂ ਕਦੇ ਲਿਖੇ ਆ, ਬੜੇ ਖਤਰਨਾਕ ਲਿਖੇ ਆ, ਆਪਣੀ ਜ਼ਿੰਦਗੀ ਬਾਰੇ ਲਿਖੇ ਆ, ਬਹੁਤ ਹੀ ਲੰਘ ਗਈ, ਥੋੜ੍ਹੀ ਬਾਕੀ ਰਹੀ, ਅਜੇ ਵੀ ਸਮਝ ਅਣਜਾਣਾ ਚਿੱਠੀ ਆਉਣੀ ਜੋਰਾਵਾਦ ਦੀ ਭਰਿਆ ਤਰਿੰਜਣ ਛੱਡ ਜਾਣਾ, ਕੰਮ ਨਹੀਂ ਆਉਣਾ ਤੇਰੇ ਮਹਿਲਾਂ 'ਤੇ ਹਵੇਲੀਆਂ, ਛੱਡ ਜਾਣਾ ਸੰਘ ਤੇਰਾ ਮਿੱਤਰਾਂ 'ਤੇ ਵੇਲੀਆਂ, ਪਊ ਭਜਨ ਬਗੈਰ ਪਛਤਾਉਣਾ ਚਿੱਠੀ ਆਉਣੀ ਜੋਰਾਵਾਦ ਦੀ। ਹੁਣ ਮੈਂ ਇੱਕ ਲਿਖਿਆ ਕਹਿੰਦਾ, ਦੁਨੀਆਂ ਦੇ ਨਾਲ ਹੈਲੋ ਹੈਲੋ ਕਰਕੇ ਰਹਿਣਾ ਹੈ ਤੂੰ ਸਮੇਂ ਨੂੰ ਗੁਜ਼ਾਰਦਾ, ਤੈਨੂੰ ਸੁਣਦਾ ਨਹੀਂ, ਤੈਨੂੰ ਸੁਣਦਾ ਕਿਉਂ ਨਹੀਂ, ਰੱਬ ਤੈਨੂੰ ਨਿਸ ਕੌਲ ਮਾਰਦਾ। ਮੈਨੂੰ ਅਕਲ ਦੱਸੋ ਵੀ ਜਦੋਂ ਸੁਣਦਾ ਕਿਉਂ ਨਹੀਂ, ਤੁਸੀਂ 80-82 ਸਾਲ ਦੇ ਹੋ, ਸਮਾਂ ਬਹੁਤ ਬਦਲ ਗਿਆ, ਆਹ ਜਿਹੜੇ ਮੋਬਾਈਲ, ਆਹ ਇੰਟਰਨੈਟ, ਆਹ ਹੈਲੋ ਹੈਲੋ, ਆਹ ਪਿਆਰ ਮੁਹੱਬਤ ਜੋ ਦੁਨਿਆਵੀ ਆ, ਇਹ ਤਾਂ ਥੋੜ੍ਹੇ ਕੁ ਸਮੇਂ ਦੇ ਵਿੱਚ ਬਹੁਤ ਸਾਰਾ ਰੰਗ ਵਟਾ ਗਿਆ, ਤੁਸੀਂ ਇਸ ਉਮਰ ਦੇ ਵਿੱਚ ਵੀ ਉਹ ਅੰਗਰੇਜ਼ੀ ਦੇ ਸ਼ਬਦ ਵਰਤ ਕੇ ਕਿਵੇਂ ਗਾਣਾ ਲਿਖ ਲੈਂਦੇ ਹੋ? ਸੁਣੋ, ਮੈਂ ਗਾਣਾ ਲਿਖਿਆ ਜੀ ABC XYZ ਜਿਹਦੇ ਹਾਸਾ ਹੀ ਹਾਸਾ। ਸੁਣਾਓ, ABC ਨਹੀਂ ਤੂੰ ਕਿੱਥੇ ਗਈ ਸੀ, DEF ਮੇਰੀ ਰੋਲ ਦਿੱਤੀ, ਲੈਫ ਮੁਟਿਆਰੇ, ਲਾਰਾ ਲਪਾ ਲਾਈ ਰੱਖਦੀ, ਹੁਸਨ ਦੀ ਸਰਕਾਰ ਲਾਰਾ ਲਪਾ ਲਾਈ ਰੱਖਦੀ, ਉਹ ਕਹਿੰਦੀ GHI ਪਾਉਂਦਾ ਰਹਿਣਾ ਹੈ ਦੁਹਾਈ, ਜੇ ਕਿ ਐਡ ਖੜਕਾਉਂਦਾ ਰਹੇ ਬੈਡ ਨਿਤ ਮੇਰੀ, ਡੈਡੀ ਮੇਰਾ ਕੰਨੋਂ ਫੜ ਕੇ ਕਰੂ ਮਿੱਤਰਾ ਮੁਰੰਮਤ ਤੇਰੀ, ਉਹ ਕਹਿੰਦੀ MNO ਨਹੀਂ ਔਰ ਪਰੇ ਨੂੰ ਜ਼ਰਾ ਹੋ MNO ਪਰੇ ਨੂੰ ਹੋਰਾ ਹੋ PQ MNO ਉਹਦੇ ਨੂੰ ਜ਼ਰਾ ਹੋ PQR ਰਾਜਾ ਕਰੀਏ ਪਿਆਰ, ਰਹੇ ਦੂਰੋਂ ਦੂਰੋਂ ਕਰਦੀ ਇਸ਼ਾਰੇ ਡੈਰੂ ਡੈਡੀ ਮੇਰਾ, ਕਿਉਂਕਿ ਆਖਰ ਐਂਡ ਦੇ ਆਵੇ XYZ ਤੇਰਾ ਭਰ ਦਊਗੀ ਹੈਡ, ਗੱਲਾਂ ਕਰ ਦਊਗੀ ਡੈਡ, ਤੈਨੂੰ ਕਿਹਾ ਪਰਵਾਨਿਆ ਲੱਖ ਮੇਰੀ, ਡੈਡੀ ਮੇਰਾ ਕੰਨੋਂ ਫੜ ਕੇ ਕਰੂ ਮੈਂ ਤੇਰਾ ਮੇਰਾ। ਮੈਨੂੰ ਮਾਫ਼ ਕਰਨਾ, ਮੈਂ ਤੁਹਾਡੀ ਗੱਲ ਟੋਕ ਦਿੱਤੀ, ਪਰ ਤੁਸੀਂ ਵੈਸੇ ਪੜ੍ਹੇ ਕਿੰਨਾ ਹੋ? 10ਵੀਂ ਪਾਸ ਗਿਆਨੀ ਚੋਂ, ਫਿਰ ਗਿਆਨੀ ਚੋਂ ਕੰਪਾਰਟਮੈਂਟ। ਅੱਛਾ, ਹਾਂਜੀ, ਵਾਹ। ਉਸ ਤੋਂ ਬਾਅਦ ਵਰਸ਼ਾ ਕਿਹੜੇ ਸੰਨ ਦੇ ਵਿੱਚ 10ਵੀਂ ਕਰ ਲਈ ਸੀ? 10ਵੀਂ 1957। ਅੱਛਾ ਜੀ, 1957 ਜੀ, ਵਾਹ। ਧਾਰਮਿਕ ਬਹੁਤ ਲਿਖਿਆ, ਬਹੁਤ ਜ਼ਿਆਦਾ ਲਿਖਿਆ, ਇੰਨਾ ਲਿਖਿਆ ਕਿ ਬਹੁਤ ਜ਼ਿਆਦਾ। ਨਹੀਂ, ਪਹਿਲਾਂ ਉਸ ਗੱਲ ਦਾ ਉੱਤਰ ਦਿਓ ਵੀ ਜਿਹੜੇ ਤੁਸੀਂ ਇਹ ਅੰਗਰੇਜ਼ੀ ਵਾਲੇ ਗਾਣੇ ਲਿਖ ਦਿੰਦੇ ਹੋ, ਹਾਂਜੀ, ਇਹ ਤਾਂ ਗਾਣੇ ਅੱਜ ਦੇ ਰੈਪ ਸ਼ੈਪ ਦੇ ਵਿੱਚ ਚੱਲਦੇ, ਜਿਹੜੇ ਮੁੰਡੇ ਨਵੇਂ ਜੇ ਉੱਠੇ ਆ, ਤੁਸੀਂ ਇਹੋ ਜਿਹੇ ਰੂਪ ਬਣਾ ਦਿੰਦੇ ਹੋ ਗਾਣਿਆਂ ਦੇ, ਇਹ ਤੁਹਾਨੂੰ ਫੁਰਦੀਆਂ ਕਿਵੇਂ ਗੱਲਾਂ ਫਿਰ? ਉਹ ਫੁਰਦੀ ਆ ਵੀ ਉਸ ਦੌਰ 'ਚੋਂ ਲੰਘ ਕੇ ਆਇਆ, ਭਾਵੇਂ ਬੁਢੇਪਾ ਆ ਗਿਆ, ਪਰ ਉਹ ਜਿਹੜਾ ਜਵਾਨੀ ਦਾ ਯੁੱਗ ਹੈ ਉਹਦਾ ਅਸਰ ਮਿਲ। ਤੁਹਾਨੂੰ ਪਤਾ ਵੀ ਹੁਣ ਜਵਾਨੀ ਦਾ ਕਿਹੋ ਜਿਹਾ ਯੁੱਗ ਹੈ ਇਸ ਕਮਰੇ ਦੇ ਵਿੱਚ ਪਿਆ ਪਤਾ? ਮੈਂ ਅੱਜ ਕੱਲ੍ਹ ਕੀ ਕੁਛ ਚੱਲਦਾ, ਹੁਣ ਮੈਂ ਲਿਖਿਆ ਵੀ ਆ ਜਾਣੀ ਜਵਾਨੀ ਹੈ ਕਿ ਦੂਰ ਦੂਰ ਜਾਂਦੀ ਹੈ, ਆਉਂਦੀ ਨਹੀਂ ਹੈ, ਮੁੜਦੀ ਨਹੀਂ ਹੈ, ਆ ਜਾਣੀ ਜਵਾਨੀ ਕਿ ਦੂਰ ਦੂਰ ਜਾਂਦੀ ਹੈ, ਛੱਡ ਦੇਣੀ ਦਿਲ ਤੜ ਹੋਣਾ, ਖੜੀ ਹੋ ਕੇ ਗੱਲ ਸੁਣ ਜਾ, ਤੇਰੇ ਮਗਰ ਕਿਤੇ ਨਹੀਂ ਆਉਣਾ, ਉਮਰ ਨਿਆਣੀ ਵਿੱਚ ਰਹੀ ਮੈਥੋਂ ਦੂਰ, ਉਦੋਂ ਨਹੀਂ ਸੀ ਹੁੰਦਾ ਮੈਨੂੰ ਇਸ਼ਕ ਦਾ ਸਰੂਰ, ਜਦ ਤੋਂ ਜਵਾਨੀ ਨਹੀਂ ਮੇਰੇ ਉੱਤੇ ਆਈ, ਮੈਂ ਸਿੱਖ ਲਿਆ ਨੱਚਣ ਤੇ ਗਾਉਣਾ, ਖੜੀ ਹੋ ਕੇ ਗੱਲ ਸੁਣ ਜਾ, ਤੇਰੇ ਮਗਰ ਕਿਤੇ। ਕੀ ਬਾਤ ਹੈ, ਇੱਕ ਨਾ ਨਿੱਕਾ ਜਿਹਾ ਵਕਫਾ ਲੈਂਦੇ ਹਾਂ ਤੇ ਅਗਲੀ ਗੱਲ ਬਾਤ ਕਰੀਏ। ਜੱਜ ਦਾ ਵਿਚਾਰ। ਪਰਵਾਨਾ ਜੀ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਜਿਹੜੀਆਂ ਗਲਤੀਆਂ ਤੁਸੀਂ ਦੱਸਦੇ ਹੋ ਵੀ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਰਹੇ ਹੋ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਨੁਕਸਾਨ ਹੋਇਆ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਉਸ ਵੇਲੇ ਦੇ ਵਿੱਚ ਆਪਣਾ ਸੰਭਾਲਿਆ ਹੁੰਦਾ, ਦਾਰੂ ਨਾ ਪੀਤੀ ਹੁੰਦੀ ਤੇ ਅੱਜ ਬਾਦਸ਼ਾਹਾਂ ਵਾਲੀ ਜ਼ਿੰਦਗੀ ਜਿਉਂਦੇ ਹੋਣਾ ਸੀ? ਇਹ ਵੀ ਦਾਰੂ ਦਾ ਵੀ ਕਾਰਨ ਸੀ, ਪਰ ਇਸ ਤੋਂ ਬਿਨਾਂ ਮੈਂ ਤੁਹਾਨੂੰ ਦੱਸਣਾ, ਜਿਹਨੂੰ ਮੈਂ ਕੁਦਰਤ ਨੂੰ ਹਰ ਟਾਈਮ ਜਾਣੀ ਦੇਖਦਾ ਰਹਿੰਦਾ ਵੀ ਕੁਦਰਤ ਕੀ ਚੀਜ਼ ਆ, ਕੁਦਰਤ ਦੇ ਵਿੱਚ ਐਸੇ ਰੰਗ ਸੀ ਕਿ ਉਹ ਪੈਸਾ ਰਹਿ ਨਹੀਂ ਸੀ ਸਕਦਾ ਮੇਰੇ ਹੱਥੋਂ, ਇੱਕ ਸਟੇਜ ਦੇ ਉੱਤੇ ਮੈਨੂੰ 1000 ਦੀਆਂ ਗੁੱਥੀਆਂ ਗੜ ਸ਼ੰਕਰ ਦੇ ਕੋਲ ਮਹੰਤਾਂ ਨੇ ਮਾਰੀਆਂ। ਅੱਛਾ ਜੀ, ਹੁਣ ਤੁਸੀਂ ਨੋਟ ਕਰਿਓ ਉਹਦੇ ਕੋਲ ਹੁੰਦੀ ਹੈ ਕਿ ਨਹੀਂ, ਮੈਨੂੰ ਸਟੇਜ ਸੈਕਟਰੀ ਕਹਿੰਦਾ ਪਰਵਾਨਾ ਜੀ ਕਹਿੰਦਾ ਗਾਉਣਾ ਛੱਡ ਦੇ, ਉਹ ਜਾ ਕੇ ਬੈਗ ਭਰ ਲਾ ਆਪਣੇ, ਸਾਰਾ ਗਰਾਊਂਡ ਭਰਿਆ ਪਿਆ, ਪਰ ਮੇਰੀ ਹਿੰਮਤ ਨਹੀਂ ਪਾਈ, ਮੈਂ ਜਾ ਕੇ ਭਰ ਲਵਾਂ, ਮੈਂ ਗਾਏ ਗਿਆ
ਗਾਉਣ ਗਾਉਣ ਗਾਉਣਾ ਬੰਦ ਵੀ ਹੋ ਗਿਆ। ਸਾਹਮਣੇ ਇਸ਼ਾਰਾ ਜੋਕਾਂ ਨੂੰ ਘਰ ਬੈਠਿਆ, ਮੈਂ ਆਹ ਮੇਰੇ ਪੈਸੇ ਚੱਕ ਕੇ ਮੈਨੂੰ ਫੜਾਓ, ਇਕੱਠੇ ਕਰਕੇ ਦੇ ਦਿਓ। ਉਹਨਾਂ ਨੇ ਸੱਚਾ ਸਾਨੂੰ ਕਹਿੰਦੇ ਵੀ ਚੱਕ ਲਓ, ਉਹ ਚੱਕਣ ਵਾਸਤੇ ਉਹ ਸਾਰਾ ਗਰਾਊਂਡ, ਜਿੰਨੀ ਸੰਗਤ ਸੀ ਸਾਰੀ ਸੰਗਤ, ਜਿੰਨਾ ਪੈਸਾ ਸੀ ਸਾਰਾ ਗਰਾਊਂਡ ਚੱਕ ਕੇ, ਸਾਰੇ ਜਿਹੜੇ ਸਟੇਜ ਦੇ ਉੱਤੇ ਉਹਨਾਂ ਨੇ ਉਡਾ ਕੇ ਮਾਰੇ, ਉਹ ਬਣੇ ਸੀ 650, ਉਹ ਉਹਨੇ ਕਿ ਹਿੱਸੇ ਆਏ, ਉਹ ਸਾਰਾ ਹੀ ਉਹ ਇਸ ਤਰ੍ਹਾਂ ਦੇ ਇੱਕ ਚਮਤਕਾਰ ਨੇ ਕਈ ਹੋਏ। ਤੁਸੀਂ ਜਿਹੜੇ ਵੇਲਿਆਂ ਦੇ ਵਿੱਚ ਗੀਤਕਾਰੀ ਕਰਦੇ ਸੀ, ਤੁੱਤੀ ਬੋਲਦੀ ਹੁੰਦੀ ਸੀ, ਉਸ ਵੇਲੇ ਇੱਕ ਗੀਤ ਦੇ ਕਿੰਨੇ ਪੈਸੇ ਲੈਂਦੇ ਹੁੰਦੇ ਸੀ? ਉਸ ਵਕਤ ਪੈਸਾ ਜਿਹੜਾ ਪਹਿਲੀ ਪਿੱਛੇ 1000 ਵੀ ਹੋ ਗਿਆ ਸੀ, ਪਹਿਲਾਂ ਸਿਰਫ ਇੰਨਾ ਹੁੰਦਾ ਸੀ ਹਰਚਰਨ ਗਰੇਵਾਲ ਦੀ ਪੇਮੈਂਟ, ਜਿਹੜਾ ਇੰਨਾ ਬਹੁਤ ਵੱਡਾ ਕਰਾਕਾਰ ਸੀ, ਉਹਦੇ 400 ਸੀ। ਅੱਛਾ ਜੀ। ਉਹ ਵੀ ਜੋ ਆਪਣੇ ਬੀਕਾਨੇਰ ਇਸ ਇਲਾਕੇ 'ਚ ਗੰਗਾਨਗਰ ਇਸ ਪਾਸੇ, ਤਾਂ ਉਹ ਉਸ ਬਾਅਦ ਪੈਸੇ ਦੀ ਕੀਮਤ ਇਹ ਸੀ ਵੀ ਜਿਹੜਾ 1 ਰੁਪਈਆ ਉਹ ਹੁਣ ਦੇ 100 ਦੇ ਬਰਾਬਰ, ਇੰਨਾ ਫਰਕ ਹੈ। ਉਹ ਪੈਸਾ ਕੀ ਹੁਣ ਲੱਖਾਂ ਲੈ ਜਾਂਦੇ ਆ, ਉਹ ਲੱਖਾਂ ਵੀ ਥੋੜ੍ਹਾ। ਅਸੀਂ ਰਿਕਾਰਡ ਕਰਵਾਉਂਦੇ ਸੀ ਫਰੀ ਔਰ ਲੈਂਦੇ ਹੁੰਦੇ ਸੀ, ਹੁਣ ਅੱਜ ਕੱਲ੍ਹ ਲਿਖਣ ਵਾਲੇ ਕਹਿੰਦੇ ਸਾਤੋਂ ਪੈਸੇ ਲਓ ਜਿੰਨੇ ਲੈਣੇ, ਸਾਡਾ ਨਾਂ ਹੋਣਾ ਚਾਹੀਦਾ। ਪਰ ਪਰਵਾਨਾ ਜੀ, ਬਹੁਤ ਸਾਰੇ ਜਿਹੜੇ ਮੈਂ ਹੋਰ ਵੀ ਗੀਤਕਾਰਾਂ ਨੂੰ ਮਿਲਿਆ, ਪਿੱਛੇ ਜੇ ਆਪਾਂ ਜਾਣਦੇ ਮਿਰਜ਼ਾ ਸੰਗੋਵਾਲੀਆ ਦੀ ਮੌਤ ਹੋਈ ਆ, ਉਹਨਾਂ ਦੇ ਨਾਲ ਵੀ ਬੜੀ ਅਕਸਰ ਗੱਲਬਾਤ ਹੁੰਦੀ ਸੀ। ਜਿਹੜੇ ਲੋੜਵੰਦ ਗੀਤਕਾਰ ਗਾਇਕ ਆ ਉਹਨਾਂ ਨੂੰ ਕੋਈ ਛੱਤ ਵੀ ਦੇ ਸਕਦਾ, ਰੋਟੀ ਵੀ ਦੇ ਸਕਦਾ, ਪਰ ਇਹ ਕੰਮ ਬੜਾ ਔਖਾ ਵੀ ਉਹਨਾਂ ਨੂੰ ਦਾਰੂ ਵੀ ਦੇ ਦੇਈਏ, ਉਹਨਾਂ ਨੂੰ ਕੱਪੜੇ ਵੀ ਮਿਲ ਸਕਦੇ ਆ, ਪਰ ਉਹ ਇਹ ਹੋ ਗਈਆਂ ਮੁੱਢਲੀਆਂ ਜ਼ਰੂਰਤਾਂ ਪੂਰਤੀ, ਪਰ ਉਹ ਚੀਜ਼ਾਂ ਕਿਵੇਂ ਦੇਣ ਜਿਹੜੀਆਂ ਤੁਹਾਡੇ ਸ਼ੌਕਾਂ ਦੇ ਵਿੱਚ ਜੁੜੀਆਂ ਹੋਈਆਂ? ਪਰ ਇਹ ਆ ਵੀ ਮੈਨੂੰ ਜਿੰਨੀ ਕੁ ਲੋੜ ਹੈ ਉਨੀ ਕੁ ਪਤਾ ਨਹੀਂ ਉਹ ਕਿਹੜੇ ਪਾਸੋਂ ਭੇਜ ਦਿੰਦਾ, ਖਾਣੀ ਉਹ ਕਿਸੇ ਨੂੰ ਭੇਜ ਦਿੰਦਾ, ਕਦੇ ਕਿਸੇ ਨੂੰ ਭੇਜ ਦਿੰਦਾ, ਕਦੇ ਕਦੇ ਤੁਸੀਂ ਆ ਗਏ, ਕਦੇ ਕੋਈ ਹੋਰ ਮਦਦ ਕਰ ਗਏ ਆ, ਕਿਉਂਕਿ ਮੇਰੀ ਲੋੜ ਮੇਰੀ ਉਹ ਸਾਰਦਾ ਪਰਮਾਤਮਾ। ਅਤੇ ਪਹਿਲਾਂ ਦਾਰੂ ਜ਼ਿਆਦਾ ਸੀ, ਉਹ ਤਾਂ ਸੀ ਵੀ ਉਹ ਅਸੀਂ ਗਾਉਂਦੇ ਸੀ, ਅੰਬੈਸਟਰ ਕਾਰਡ ਸੀ, ਪ੍ਰੋਗਰਾਮ ਬਹੁਤ ਚੱਲਦਾ ਸੀ। ਹੁਣ ਮੈਨੂੰ ਪਤਾ ਵੀ ਮੈਂ 9 ਮਹੀਨੇ ਹੋ ਗਏ ਮੈਂ ਜਾਂਦਾ ਹੀ ਨਹੀਂ ਗਾਉਣ, ਅਤੇ ਮੈਂ ਜੇ ਮਾੜੀ ਮੋਟੀ ਨਾ ਸਰੇ ਚਲੋ ਰਾਤ ਨੂੰ ਠੰਡਾ ਪਾਣੀ ਇੱਧਰੋਂ ਰਿਹਾ, ਰੋਟੀ ਲਈ ਜਾਂ ਸੌਂ ਗਿਆ। ਪਰ ਮੈਂ ਤਾਂ ਹਰਮਨ ਜੀ ਤੁਹਾਨੂੰ ਬੇਨਤੀ ਵੀ ਕਰਾਂਗੇ ਵੀ ਇਸ ਕਮਰੇ 'ਚੋਂ ਭਾਵੇਂ ਕਿਸੇ ਇਸੇ ਮੁਹੱਲੇ ਦੇ ਵਿੱਚ ਕਿਤੇ ਹੋਰ, ਪਰ ਕੋਈ ਨਾ ਕੋਈ ਹੀਲਾ ਵਸੀਲਾ ਕਰੋ, ਜ਼ਰੂਰ ਕੋਈ ਹੀਲਾ ਕਰੋ, ਫਰਕ ਪਾਉਣਾ ਹੈ। ਕਿਉਂਕਿ ਮਾਫ ਕਰਨਾ ਇਹ ਗੱਲ ਥੋੜ੍ਹੀ ਕੌੜੀ ਹੈ, ਪਰ ਜੇ ਸਥਾਨ ਦੇ ਉੱਪਰ ਤੁਸੀਂ ਰਹਿੰਦੇ ਹੋਵੋ ਉਹ ਉਹਦੇ ਹਾਲਾਤ ਵੀ ਤੁਹਾਡੇ ਸਰੀਰ ਦੇ ਉੱਪਰ ਬਹੁਤ ਅਸਰ ਪਾਉਂਦੇ, ਬੰਦ ਕਮਰਾ ਤੇ ਹਵਾ ਵੀ ਬੰਦ ਜੀ, ਜੇ ਤਾਜ਼ੀ ਹਵਾ ਨਹੀਂ ਆਊਗੀ, ਰੋਸ਼ਨੀ ਨਹੀਂ ਆਊਗੀ, ਤੇ ਸਰੀਰ ਵੈਸੇ ਹੀ ਰਹਿੰਦਾ ਰਹਿ ਜੂਗਾ। ਇਸ ਲਈ ਤੁਹਾਨੂੰ ਜ਼ਰੂਰ ਇਹਦੇ ਵਿੱਚ ਪੈ ਕੇ ਦਿਨੇ ਪਿਆ ਰਹਾਂ, ਰਾਤ ਨੂੰ ਪੈ ਰਹਾਂ, ਜਾਂ ਮੈਂ ਉੱਠ ਕੇ ਬਾਹਰ ਨਿਕਲਣ ਵਾਲੀ ਹੁੰਦੀ ਲੱਤਾਂ ਚੱਲਦੀਆਂ ਨੇ, ਬੰਦ ਜਾਮ ਹੀ ਹੋ ਜਾਂਦੀਆਂ ਨੇ। ਜੇ ਬਾਹਰ ਘੁੰਮੀ ਜਾਵਾਂ ਤਾਂ ਫਿਰ ਕਦੇ ਠੀਕ ਹੋ ਜਾਂਦਾ। ਹੁਣ ਗੀਤ ਲਿਖੇ ਨੂੰ ਕਿੰਨਾ ਚਿਰ ਹੋ ਗਿਆ? ਹੁਣ ਮੈਂ ਲਿਖਣ ਨਾਲ ਦੀ ਨਾਲ ਵੀ ਲਿਖੀ ਜਾਂਦਾ ਸੀਗਾ। ਨਹੀਂ, ਆਖਰੀ ਗੀਤ ਹੁਣ ਕਿੰਨਾ ਮਹੀਨਾ ਹੋ ਗਿਆ, ਹਫ਼ਤਾ ਹੋ ਗਿਆ, ਪਰਸੋਂ ਲਿਖਿਆ ਕਦੋਂ? ਹੁਣ ਦੇਖੋ ਉਹ ਬੰਦੇ ਆਉਂਦੇ ਆ ਜਿਹੜੇ ਵਿਚਾਰੇ, ਇੱਕ ਮੁਕਸਰੀ ਆ ਉਹ ਗਰੀਬ ਬੰਦਾ, ਉਹਨੂੰ ਭਾਵੇਂ ਬਾਹਰੋਂ 50 ਬਣਦੇ, ਮੈਨੂੰ ਉਹ 500 ਦੇ ਕੇ ਜਾਂਦਾ। ਅੱਜ ਉਹਨੇ ਕਾਹਨੂੰ ਫਿਰ ਆ ਫੜਨਾ, ਜਾਂ ਪਰਸੋਂ ਜਾਂ ਨਾ ਆਊਗਾ ਹੋਰ 10 ਦਿਨ ਰਹਿ ਕੇ ਆਜੂਗਾ। ਇਸੇ ਤਰ੍ਹਾਂ ਹੀ ਇੱਥੇ ਜਾਂ ਸਰਪੰਚ ਸਾਹਿਬ ਨੇ ਸਾਡੇ ਇੱਕ, ਉਹ ਮੇਰਾ 100 ਗੀਤ ਗਾਉਂਦੇ ਆ, ਪਰ ਉਹਨਾਂ ਕੋਲ ਮੈਂ ਪੈਸੇ ਲੈਂਦਾ ਨਹੀਂ ਹੈ। ਉਹ ਸਰਪੰਚ ਨੇ ਮੇਰੇ, ਉਹਨਾਂ ਨੇ ਮੇਰੇ ਮੁੰਡੇ ਦਾ ਵਿਆਹ ਵੀ ਕੀਤਾ, ਉਹਨਾਂ ਨੇ ਰਿਸ਼ਤਾ ਕਰਾਇਆ, ਉਹਨਾਂ ਨੂੰ ਮੈਂ ਕਹਿੰਦਾ ਹੀ ਨਹੀਂ ਹੈਗਾ। ਪਰਸੋਂ ਆਏ ਮੈਂ ਮੈਨੂੰ ਗੀਤ ਦਿਖਾਏ, ਮੈਂ ਰੱਬ ਤੈਨੂੰ ਮਿਸ ਕਾਲ ਮਾਰਦਾ, ਇੱਕ ਸਰੀਕ ਦਾ ਰਿਕਾਰਡ ਹੁੰਦਾ ਸੀ ਗੀਤ, ਅਸੀਂ ਹਾਂ ਅਸੀਂ ਅਲੜ ਪੁਣੇ ਵਿੱਚ ਐਨੇ ਅੱਖੀਆਂ ਦਾ ਹਾਲ ਬੈਠੇ, ਮੈਂ ਲਿਖਿਆ ਅਸੀਂ ਮਾਲਕ ਦੇ ਚਰਨਾਂ ਨਾਲ ਪ੍ਰੀਤ ਲਗਾ ਬੈਠੇ, ਉਹਨੇ ਸੁੱਤਿਆਂ ਨੂੰ ਆਉਣ ਜਗਾਇਆ ਤੇ ਨੀਂਦ ਗਵਾ ਬੈਠੇ, ਕੰਨ ਪੱਕ ਜੱਗ ਚੱਲੋ ਚੱਲੀ ਦਾ ਮੇਲਾ, ਮਰਨੇ ਨੂੰ ਸੱਚ ਕਰ ਜਾਵੀਂ
ਕੰਨ ਪਕੜ ਪਕੜ ਕੇ ਕਹਿੰਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਨੱਕ ਰਗੜ ਰਗੜ ਕੇ ਕੀਤੇ ਪਾਪ ਮਿਟਾ ਬੈਠੇ, ਉਹਨੇ ਸੁੱਤਿਆਂ ਨੂੰ ਆਣ ਜਗਾਇਆ ਤੇ ਨੀਂਦ ਖਵਾਇਆ। ਇਹ ਮੈਂ ਚਾਹੁੰਦਾ ਵੀ ਸਦੀਕ ਨੂੰ ਜਾ ਕੇ ਸੁਣਾਵਾਂ ਵੀ ਤੁਹਾਡੇ ਗੀਤ ਦਾ ਮੈਂ ਉਲਫਾ ਕੀਤਾ। ਇਸ ਤਰ੍ਹਾਂ ਕਰਕੇ ਇਹ ਕਮਰੇ ਵਿੱਚ ਮੈਂ ਸੀਗਾ, ਮੈਂ ਉੱਠ ਕੇ ਜਦ ਦਿਨ ਰਾਤ ਆਇਆ ਕਿ ਬਾਹਰ ਨਿਕਲਦਾ ਮੇਰਾ ਮੇਰਾ ਸਰੀਰ ਸਾਰਾ ਐਂ ਹੁੰਦਾ ਵੀ ਜਿਵੇਂ ਜੁੜ ਗਿਆ, ਬਾਹਰ ਮੈਂ ਜਦ ਨਿਕਲ ਕੇ ਤੁਲਵਾ ਫਿਰਦਾ ਬਾਹਰਲੀ ਹਵਾ 'ਚ ਤਾਂ ਕੁਛ ਫਰਕ ਪੈ ਜਾਂਦਾ। ਜੀ ਤੁਸੀਂ ਆਪ ਹੀ ਦੇਖੋ ਇਸ ਚੀਜ਼ ਨੂੰ ਜਾਣ ਸਕਦੇ ਹੋ ਵੀ ਤਾਜ਼ੀ ਹਵਾ 'ਚ ਤੁਰਨ ਫਿਰਨ ਨਾਲ ਬਹੁਤ ਫਰਕ ਪੈਂਦਾ। ਇੱਥੇ ਕਲੇਰ ਦੇ ਕੋਲ ਮੈਂ ਸਵੇਰੇ ਗੁੱਡੀ ਚਾਹ ਬਣਾਉਂਦੀ ਹੈ, ਬਹੁਤ ਚੰਗੇ ਬੰਦੇ ਹੋ, ਚਾਹ ਵੀ ਪੀਣਾ ਇਹਨਾਂ ਕੋਲ, ਰਾਤ ਨੂੰ ਇਹਨਾਂ ਕੋਲ ਪਾਣੀ ਲੈ ਲੈਣਾ ਠੰਡਾ, ਅਤੇ ਇਹਨਾਂ ਦਾ ਸਹਾਰਾ ਉਹ ਕਲੇਰ ਦੇ ਕਰਕੇ ਇਹਨੂੰ ਦੇਖ ਕੇ ਮੈਂ ਕਮਰੇ ਇੱਥੇ ਰਿਹਾ। ਵਾਹ। ਮੈਂ ਜਦੋਂ ਆਇਆ ਤਾਂ ਸਰਪੰਚ ਕਹਿੰਦਾ ਵੀ ਇੱਥੇ ਕਲੇਰ ਰਹਿੰਦਾ, ਮੈਂ ਕਿੱਥੇ ਆ ਕਹਿੰਦਾ ਉਹ ਬੈਠਾ, ਮੈਂ ਕਮਰਾ ਮੈਂ ਮੂੰਹ ਬੰਦ ਸੀਗਾ ਮੈਨੂੰ ਚੰਗਾ ਨਾ ਲੱਗੇ, ਮੈਂ ਇਹ ਇਹਦੇ ਵੱਲ ਦੇਖ ਕੇ ਮੈਂ ਚੱਲ ਜਾ ਇੱਥੇ ਠੀਕ ਇਹਦੇ ਵੱਲ ਦੇਖ, ਇਹ ਸਾਹਮਣੇ ਬੈਠਾ ਸੀ, ਮੈਂ ਤਾਂ ਇੱਥੇ ਮੈਂ ਇੱਥੋਂ ਜਾਂਦਾ ਨਹੀਂ, ਮੈਂ ਇੱਥੇ ਇੱਥੇ ਇਹਦਾ ਮੈਨੂੰ ਥੋੜ੍ਹਾ ਜਿਹਾ ਸਹਾਰਾ ਮਿਲਦਾ। ਜ਼ਿੰਦਗੀ ਦੀਆਂ ਭੁੱਲਾਂ ਦੇ ਉੱਤੇ ਕਿੰਨਾ ਕੁ ਪਛਤਾਵਾ? ਭੁੱਲਾਂ ਬਹੁਤ ਜ਼ਿਆਦਾ ਨੇ, ਜੇ ਪਛਤਾਵਾ ਜ਼ਿਆਦਾ ਕਰਨਾ ਤਾਂ ਫਿਰ ਮੈਨੂੰ ਆਤਮ ਜਿਹੜਾ ਜਿਉਂਦਿਆਂ ਆਪੇ ਹੀ ਮੌਤ ਹੋ ਜਾਣ ਦਾ ਡਰ ਲੱਗਦਾ। ਜ਼ਿੰਦਗੀ ਦੀਆਂ ਪ੍ਰਾਪਤੀਆਂ ਦੀ ਕਿੰਨੀ ਖੁਸ਼ੀ ਹੈ? ਪ੍ਰਾਪਤੀਆਂ ਦੀ ਇੰਨੀ ਖੁਸ਼ੀ ਹੈ ਬਿਲਕੁਲ, ਮੈਨੂੰ ਜਦ ਮੈਂ ਸਟੇਜਾਂ 'ਤੇ ਹੁਣ ਜਾਂਦਾ ਮੈਂ ਪਿੱਛੇ ਜਾਂਦਾ ਰਿਹਾ ਨੱਚਦਾ ਸੀ, ਮੈਨੂੰ 50 ਕਲਾਕਾਰ ਬੈਠੇ ਤਾਂ ਉਹਨਾਂ ਨੇ ਦੁਨੀਆਂ ਨੇ ਰੌਲਾ ਪਾ ਲੈਣਾ, ਜਨਾਨੀਆਂ ਨੇ ਰੌਲਾ ਪਾ ਲੈਣਾ ਵੀ ਪਰਾਉਣੇ ਨੂੰ ਉਠਾਓ, ਸੈਕਟਰੀ ਨੇ ਕਹਿਣਾ ਫਿਰ ਜੰਗਾ ਹੋਰ ਥੋੜ੍ਹਾ ਇਕੱਠ ਹੋ ਜਾਣ ਦਿਓ, ਫਿਰ ਤੁਹਾਨੂੰ ਚੰਗਾ ਲੱਗੂਗਾ, ਵੀ ਥੋੜ੍ਹਾ ਹੋਰ ਇੱਕ ਘੰਟਾ ਇਹਨੂੰ ਬਹਿ ਜਾਣ ਦਿਓ। ਪਿੰਡਾਂ 'ਚੋਂ ਲੋਕਾਂ ਨੇ ਆਉਣਾ, ਬਹੁਤ ਕਹਿਣਾ ਵੀ ਪਰਵਾਨਾ ਜਦੋਂ ਲੱਗੂਗਾ ਤਾਂ ਉਹ ਅਸੀਂ ਆਏ ਹਾਂ ਵੀ ਸਾਡੇ ਬੈਠਿਆਂ 'ਤੇ ਲਾਇਓ, ਅਸੀਂ ਘੰਟੇ ਨੂੰ ਆਉਂਦੇ ਹਾਂ, ਫੋਨ ਆ ਜਾਣਿਆਂ ਵੀ ਇੱਥੋਂ ਚਮਕੀਲੇ ਦੇ ਮੇਲੇ ਤੋਂ ਮੈਨੂੰ ਫੋਨ ਆਇਆ ਕਹਿੰਦੇ ਆ ਜਾਓ, ਮੇਰੇ ਤੋਂ ਮੈਂ ਨਹੀਂ ਗਿਆ, ਹੋਰ ਐਸੇ ਮੇਲੇ ਭਲਵਾਨਾਂ ਦੇ ਕਈ DSP ਸੰਦੇਸ਼, ਮੈਂ ਉੱਥੇ ਵੀ ਨਹੀਂ ਗਿਆ, ਮੈਂ 9 ਮਹੀਨੇ ਹੋ ਗਏ, ਮੈਂ ਲਗਾਤਾਰ ਮੇਰੇ ਕੋਲ ਕਲੇਰ ਰੋਜ਼ ਆਉਂਦਾ, ਮੈਂ ਨਹੀਂ ਜਾਂਦਾ, ਮਨ 'ਚ ਆਉਂਦੀ ਹੈ ਗੁੱਸਾ ਆਉਂਦਾ ਮੈਂ ਕਿਉਂ ਨਹੀਂ ਜਾਂਦਾ, ਪਰ ਨਹੀਂ ਉਹ ਹਿੰਮਤ ਨਹੀਂ ਕਰਦੀ। ਬਾਪੂ ਜੀ ਮੰਨਦੇ ਹੋ ਵੀ ਸਮਾਂ ਬਹੁਤ ਬਲਵਾਨ ਹੁੰਦਾ, ਇਹਨੂੰ ਸਾਂਭਣਾ ਚਾਹੀਦਾ ਸੀ? ਸਾਂਭਣਾ ਚਾਹੀਦਾ ਸਭ ਨੂੰ, ਸਾਂਭਣਾ ਚਾਹੀਦਾ, ਸਾਂਭਣਾ ਤੁਹਾਨੂੰ ਵੀ ਸਾਂਭਣਾ ਚਾਹੀਦਾ ਸੀ, ਮੰਨਦੇ ਹੋ? ਸਾਂਭਣਾ ਚਾਹੀਦਾ, ਪਰ ਸੰਭਾਲ ਨਹੀਂ ਹੋਇਆ, ਹੁਣ ਸਿਰਫ ਮੈਨੂੰ ਮੌਤ ਚੇਤੇ ਰਹਿੰਦੀ ਹੈ, ਮੌਤ ਮੈਨੂੰ ਇੰਨੀ ਚੇਤੇ ਰਹਿੰਦੀ ਹੈ, ਇੱਕ ਸਾਹ ਦੇ ਨਾਲ ਜਿਵੇਂ ਕੋਈ ਵੀ ਆਸ ਕਰਨਾ ਉਹਦੇ ਨਾਲ ਹੀ ਮੇਰੇ ਅੰਦਰੋਂ। ਹੁਣ ਕੋਈ ਜਿਉਣ ਦੀ ਇੱਛਾ ਉੱਦਾਂ ਹੈਗੀ ਕਿ ਨਹੀਂ? ਜਿਉਣ ਦੀ ਇੱਛਾ ਤਾਂ ਹਰ ਬੰਦੇ ਨੂੰ ਹੁੰਦੀ ਹੈ, ਬੰਦਾ ਕਹਿੰਦਾ ਵੀ ਮੈਂ ਨਾ ਹੀ ਮਰਾਂ, ਪਰ ਮਨ ਦੇ ਵਿੱਚ ਇਹ ਵੀ ਹੈ ਵੀ ਹੁਣ ਇਸ ਤੋਂ ਗਾਹਾਂ ਜਿਹੜਾ ਸਮਾਂ ਆ ਰਿਹਾ ਮੇਰਾ ਉਹ ਐਸਾ ਆਊ, ਮੈਨੂੰ ਹੋ ਸਕਦਾ ਮੈਂ ਅੱਜ ਤਾਂ ਮੈਂ ਇੱਥੇ ਮੰਜੇ 'ਤੇ ਪਿਆ ਨਾ, ਹੋਰ ਮੈਂ ਸੜਕ 'ਤੇ ਲੜਦਾ ਹੋਵਾਂ, ਐਸਾ ਸਮਾਂ ਵੀ ਆ ਸਕਦਾ ਵੀ ਮੈਨੂੰ ਮਰ ਜਾਣਾ ਚਾਹੀਦਾ, ਮੇਰੇ ਮਨ 'ਚ ਇਹ ਆਉਂਦੀ ਹੈ ਵੀ ਮੈਂ ਹੁਣ ਖਤਮ ਹੋ ਜਾਵਾਂ, ਐਸਾ ਮਨ ਦੇ ਵਿੱਚ ਮੇਰੇ ਹਰ ਟਾਈਮ ਇੱਕ ਆਸ ਵਾਲੀ ਗੱਲ ਸੋਚਦਾ ਨਾਲ ਹੀ ਮੇਰੇ ਮਨ 'ਚ ਇਹ ਆਉਂਦੀ ਵੀ ਮਰਨਾ, ਫਿਰ ਮੈਂ ਸੋਚਦਾ ਵੀ ਬਾਣੀ 'ਚ ਲਿਖਿਆ ਵੀ ਜੋ ਜਨਮੈ ਸੋ ਜਨਮ ਮੁਕੋ, ਜਦੀ ਮਰ ਗਿਆ ਜਿਹੜਾ ਬੱਚਾ ਜਨਮ ਲੈ ਰਿਹਾ ਉਹ ਜਦੀ ਮਰ ਗਿਆ ਨਾਲੇ, ਆਖਿਆ ਵੀ ਇਹਦਾ ਇਹਦੀ ਮੌਤ ਵੀ ਨਾਲੇ ਲਿਖਤੀ ਉਹਨੇ, ਵੀ ਇਹ ਪਰਮਾਤਮਾ ਦੇ ਅੱਗੇ ਬੇਨਤੀ ਪਰ ਨਹੀਂ। ਬਾਪੂ ਜੀ ਮੈਂ ਤੁਹਾਨੂੰ ਇਹ ਸਲਾਹ ਜ਼ਰੂਰ ਦੇਣਾ ਚਾਹੁੰਦੀ ਹਾਂ ਵੀ ਜਿਵੇਂ ਸਮਾਂ ਪਹਿਲਾਂ ਸੀ
ਆਪਾਂ ਸਮੇਂ ਦਾ ਉਦੋਂ ਵੀ ਸਾਨੂੰ ਨਹੀਂ ਸੀ ਪਤਾ ਵੀ ਕਿਹੋ ਜਿਹਾ ਆਉਣਾ ਤੇ ਇਹ ਵੀ ਨਹੀਂ ਪਤਾ ਵੀ ਆਉਣ ਵਾਲਾ ਕਿਹੋ ਜਿਹਾ ਹੈ ਸੋ ਆਪਾਂ ਚੰਗੇ ਦੀ ਆਸ ਇਹ ਹੈਰਾਨ ਆ ਭਈ ਲੱਤਾਂ ਪੈਰਾਂ ਵਿੱਚ ਮੇਰੇ ਇੱਥੋਂ ਹੱਡੀ ਵੱਢਦੀ ਆ ਹਲਤਾਂ ਕਮਜ਼ੋਰੀ ਆ ਪਰ ਮੇਰੇ ਅੰਦਰ ਜਾਨੀ ਕੋਈ ਬਿਮਾਰ ਪਰਮਾਤਮਾ ਨੇ ਬਿਮਾਰੀ ਨਹੀਂ ਪਾਈ ਕੋਈ ਰੋਗੀ ਨਹੀਂ ਹੈ ਤੁਸੀਂ ਚੰਗਾ ਸੋਚਿਆ ਕਰੋ ਮੈਂ ਹੈਰਾਨ ਆ ਹਾਂ ਚੰਗਾ ਖਾਇਆ ਪੀਆ ਕਰੋ ਜ਼ਿੰਦਗੀ ਜ਼ਰੂਰ ਖੂਬਸੂਰਤ ਹੋਏਗੀ ਕੋਈ ਰੋਗ ਨਹੀਂ ਪਾਇਆ ਅਸੀਂ ਨਾ ਦੋ ਕਿਸ਼ਤਾਂ ਦੇ ਵਿੱਚ ਗੱਲਬਾਤ ਕਰਾਂਗੇ ਪਰ ਨਾ ਜਿਹੜੀ ਇਹ ਕਿਉਂਕਿ ਤੁਹਾਡਾ ਬਹੁਤ ਸਾਰਾ ਤਜਰਬਾ ਅਸੀਂ ਹੋਰ ਵੀ ਕਈ ਗੱਲਾਂ ਜਾਣਨੀਆਂ ਚਾਹੁੰਦੇ ਹਾਂ ਪਰ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਅਸੀਂ ਚਾਹੁੰਦੇ ਹਾਂ ਕਿਸੇ ਇੱਕ ਗੀਤ ਦੇ ਨਾਲ ਕਰ ਦਿਓ ਜਿਹੜਾ ਤੁਹਾਡੇ ਬਹੁਤ ਪਸੰਦੀਦਾ ਗੀਤ ਆ ਜਿਹੜਾ ਬਹੁਤ ਕਿਸੇ ਵੇਲੇ ਮਕਬੂਲ ਹੋਇਆ ਉਹਦੀ ਸਾਂਝ ਪਾ ਦਿਓ ਅੱਛਾ ਜੀ ਗੀਤ ਹੈ ਗੁਰਗੋਬਿੰਦ ਦੀ ਅਮਰ ਕਹਾਣੀ ਕੇਦੀਪ ਦੀ ਆਵਾਜ਼ ਹੈ ਕੇਦੀਪ ਪਿੱਛੇ ਮੇਰਾ ਮੈਨੂੰ ਕਹਿੰਦਾ ਸੀ ਮੈਂ ਮਦਦ ਕਰੂੰਗਾ ਹੁਣ ਪਤਾ ਨਹੀਂ ਉਹ ਕਿਉਂ ਰੁਕ ਗਿਆ ਇਹ ਪਤਾ ਨਹੀਂ ਉਹਨੂੰ ਕਿਹਨੇ ਜਾਂ ਉਹਦੇ ਦਿਮਾਗ 'ਚ ਗੱਲ ਪਾਤੀ ਇੱਕ ਠਗੋਲ ਔਰ ਇੱਕ ਥੀ ਬੋਲ ਉਹ ਗਾਉਂਦਾ ਹੁੰਦਾ ਸੀਗਾ ਫਿਲਮਿੰਗ 'ਤੇ ਹੁਣ ਮੇਰੇ ਤੋਂ ਦਿਖਾਉਂਦਾ ਹੁੰਦਾ ਸੀ ਇਸੇ ਤਰ੍ਹਾਂ ਹੀ ਸੁਭਾਅ 'ਤੇ ਸੌਂ ਰਿਹਾ ਹਿੰਦ ਨੂੰ ਬਚਾਉਣ ਉਹ ਹੈ ਮੈਂ ਕਹੀ ਕਵੀ ਨਾ ਬਣ ਜਾਊਂ ਉਹ ਸੁਭਾਅ 'ਤੇ ਸੌਂ ਰਿਹਾ ਹਿੰਦ ਨੂੰ ਬਚਾਉਣ ਸਾਨੂੰ ਸੰਖੇਪ ਵਿੱਚ ਸਥਾਈ ਸੁਣਾ ਦਿਓ ਇੱਕ ਕਿਹਦੇ ਦੀ ਕਿਸੇ ਦੀ ਵੀ ਗੁਰ ਗੋਬਿੰਦ ਦੀ ਅਮਰ ਕਹਾਣੀ ਧਰਮ ਤੋਂ ਚਿੰਦੜੀ ਵਾਰ ਗਏ ਹਿੰਦੀਆਂ ਦਾ ਦੁੱਖ ਦੂਰ ਕਰਨ ਲਈ ਸਿਰ 'ਤੇ ਕਸ਼ਟ ਸਹਾਰ ਗਏ ਗੁਰ ਗੋਬਿੰਦ ਦੀ ਅਮਰ ਕਹਾਣੀ ਬਾਬਾ ਬਹੁਤ ਖੂਬ ਬਹੁਤ ਪਰਵਾਨਾ ਜੀ ਤੁਸੀਂ ਨਾ ਜ਼ਿੰਦਾਬਾਦ ਰਹੋ ਤੁਸੀਂ ਕਈ ਵਾਰੀ ਹੋਰ ਜਿਉਂਦੇ ਰਹੋ ਤੁਸੀਂ ਤੰਦਰੁਸਤ ਰਹੋ ਇਹਦੀ ਅਸੀਂ ਹਮੇਸ਼ਾ ਅਰਦਾਸ ਕਰਾਂਗੇ ਬੰਦੇ ਦੀਆਂ ਜ਼ਿੰਦਗੀ ਦੇ ਵਿੱਚ ਗਲਤੀਆਂ ਬਹੁਤ ਸਾਰੀਆਂ ਹੁੰਦੀਆਂ ਮੈਂ ਵੀ ਹਰ ਰੋਜ਼ ਕਈ ਕਰਦਾ ਤੁਹਾਡੇ ਕੋਲੋਂ ਵੀ ਹੁੰਦੀਆਂ ਹੋਣਗੀਆਂ ਸਾਡੇ ਦਰਸ਼ਕਾਂ ਦੇ ਵਿੱਚੋਂ ਕੋਈ ਇੱਕ ਵੀ ਇਹੋ ਜਿਹਾ ਨਹੀਂ ਹੋਣਾ ਜਿਹਦੇ ਕੋਲੋਂ ਜ਼ਿੰਦਗੀ ਦੇ ਵਿੱਚ ਗਲਤੀ ਹੋਈ ਨਹੀਂ ਜਾਂ ਜਿਹੜਾ ਇਸ ਗੱਲ ਦਾ ਦਾਅਵਾ ਕਰੇ ਕਿ ਮੈਂ ਗਲਤੀ ਕਰਨੀ ਹੀ ਨਹੀਂ ਬਿਲਕੁਲ ਪਰ ਜਦੋਂ ਚੰਗਾ ਵੇਲਾ ਹੁੰਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੇਰੇ 'ਤੇ ਮਾੜਾ ਵੀ ਆ ਜਾਣਾ ਜਦੋਂ ਮਾੜਾ ਹੁੰਦਾ ਉਦੋਂ ਤਾਂ ਲੱਗਦਾ ਹੁੰਦਾ ਕਿ ਇਹ ਵੇਲਾ ਨਹੀਂ ਜਾਣਾ ਮੇਰੇ 'ਤੇ ਮਾੜਾ ਹੀ ਰਹਿਣਾ ਪਰ ਜੇਕਰ ਚੰਗਾ ਵੇਲਾ ਨਹੀਂ ਸੰਭਾਲ ਸਕੇ ਤਾਂ ਮਨੁੱਖ ਹੋਣ ਦੇ ਨਾਤੇ ਸਾਨੂੰ ਉਸ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ ਅਸੀਂ ਜਦੋਂ ਬੰਦਾ ਮਰ ਜਾਂਦਾ ਇਸ ਦੁਨੀਆਂ ਤੋਂ ਤੁਰ ਜਾਂਦਾ ਫਿਰ ਮੇਲੇ ਲਾਉਂਦੇ ਆ ਬਿਲਕੁਲ ਸਹੀ ਫਿਰ ਉੱਥੇ ਢੋਲਕੀਆਂ ਖੜਤਾਲਾਂ ਵਜਾਉਂਦੇ ਆ ਜੀ ਫਿਰ ਅਸੀਂ ਸ਼ਰਧਾਂਜਲੀਆਂ ਭੇਟ ਕਰਨ ਦਾ ਵੀ ਕੋਈ ਮੌਕਾ ਨਹੀਂ ਜਾਣ ਦਿੰਦੇ ਵੀ ਮੈਂ ਵੀ ਬੋਲ ਲਵਾਂ ਮੈਂ ਵੀ ਬੋਲ ਲਵਾਂ ਮੇਰੀ ਫੋਟੋ ਵੀ ਅਖਬਾਰ ਦੇ ਵਿੱਚ ਆ ਜਾਵੇ ਵੀ ਮੈਂ ਵੀ ਉੱਥੇ ਪਹੁੰਚਿਆ ਸੀ ਪਰ ਬਾਅਦ ਵਿੱਚ ਕੀਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਜੋ ਅੱਜ ਹੈ ਉਹ ਅੱਜ ਸਾਂਭਣਾ ਚਾਹੀਦਾ ਹਰੇਕ ਇਨਸਾਨ ਨੂੰ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਏ ਠੀਕ ਹੈ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਜ਼ਰੂਰ ਆਉਂਦੇ ਨੇ ਆਪਾਂ ਕਹਿੰਦੇ ਹਾਂ ਜ਼ਿੰਦਗੀ ਉਤਾਰ ਚੜ੍ਹਾਅ ਦਾ ਹੀ ਨਾਂ ਹੈ ਪਰ ਜੇਕਰ ਇਹੋ ਜਿਹੇ ਹਾਲਾਤ ਹੋ ਜਾਣ ਕਿਸੇ ਦੇ ਤਾਂ ਸਾਨੂੰ ਉਹਦੀ ਬਾਂਹ ਵੀ ਜ਼ਰੂਰ ਫੜ ਮੈਂ ਤੁਹਾਨੂੰ ਇੱਕ ਦੱਸਦਾ ਵੀ ਜੋ ਮੇਰੇ ਨਾਲ ਵਾਪਰਿਆ ਪੰਜਾਬ ਦਾ ਇੱਕ ਬੜਾ ਮਸ਼ਹੂਰ ਗਾਇਕ ਸੀ ਉਹਨਾਂ ਦੀ ਹੁਣ ਮੌਤ ਹੋ ਗਈ ਹੈ ਆਖਰੀ ਵੇਲਾ ਉਹਨਾਂ ਦਾ ਵੀ ਪਰਵਾਨਾ ਸਾਹਿਬ ਵਰਗਾ ਹੀ ਸੀਗਾ ਉਹਨਾਂ ਦੇ ਬਾਰੇ ਮੈਂ ਇੱਕ ਅਖਬਾਰ ਦੇ ਵਿੱਚ ਲਿਖ ਲਿਖਿਆ ਇੱਕ ਸੱਜਣ ਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਮੈਂ 1100 ਰੁਪਈਆ ਲੈਣਾ ਚਾਹੁੰਦਾ ਪਰ ਮੈਨੂੰ ਪਤਾ ਇਹ ਦਾਰੂ ਬਹੁਤ ਪੀਂਦੇ ਆ ਅੱਛਾ ਮੈਂ ਕਿਹਾ ਵੀ ਇਹ ਤਾਂ ਮੇਰੇ ਵੱਸ ਦੀ ਗੱਲ ਨਹੀਂ ਇਹ ਤਾਂ ਸ਼ਾਇਦ ਉਹਨਾਂ ਦੇ ਵੱਸ ਦੀ ਵੀ ਨਹੀਂ ਗੱਲ ਇਸ ਕਰਕੇ ਤਾਂ ਉਹਨਾਂ ਦਾ ਹਾਲ ਹੀ ਹੋਇਆ ਪਰ ਆਪਾਂ 1100 ਰੁਪਈਆ ਦੇਣ ਵੇਲੇ ਜੇਕਰ ਇਹ ਗੱਲ ਕਹੀਏ ਕਿ ਬੰਦਾ ਆਪਣੀਆਂ ਆਦਤਾਂ ਹੀ ਬਦਲ ਲਵੇ ਜੇ ਅਸੀਂ 1100 ਰੁਪਈਆ ਦੇਣ ਵੇਲੇ ਵੀ ਮੂਹਰੇ 100 ਤਰ੍ਹਾਂ ਦੀਆਂ ਸ਼ਰਤਾਂ ਰੱਖੀਏ ਹੈ ਤਾਂ ਉਹਨਾਂ ਦੀ ਸਿਹਤ ਵਾਸਤੇ ਬਾਹਲੀ ਗੱਲ ਛੱਡ ਦੇਣੀ ਚਾਹੀਦੀ ਆ ਪਰ ਅਸੀਂ ਸ਼ਰਤਾਂ ਦੇ ਆਧਾਰ ਦੇ ਉੱਤੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਬਿਲਕੁਲ ਅਸੀਂ ਗੋਲਕਾਂ ਦੇ ਵਿੱਚ ਜਦੋਂ ਪੈਸੇ ਪਾਉਂਦੇ ਹਾਂ ਕੀ ਸਾਨੂੰ ਪਤਾ ਹੁੰਦਾ ਵੀ ਭਾਈ ਉਹਨਾਂ ਪੈਸਿਆਂ ਦੀ ਸਹੀ ਵਰਤੋਂ ਹੋਣੀ ਹੈ ਬਿਲਕੁਲ ਜਦੋਂ ਅਸੀਂ ਕਿਸੇ ਦੀ ਹੋਰ ਮਦਦ ਕਰਦੇ ਧਾਰਮਿਕ ਥਾਂ ਦੇ ਉੱਤੇ ਜਾ ਕੇ
ਕੀ ਉਦੋਂ ਸਾਨੂੰ ਲੱਗਦਾ ਹੁੰਦਾ ਕਿ ਇਹ ਸਾਡੇ ਪੈਸੇ ਦੀ ਸੁਚੱਜੀ ਵਰਤੋਂ ਹੋਊਗੀ, ਸਾਡੇ ਦਾਨ ਦੀ ਸਹੀ ਦਿਸ਼ਾ ਦੇ ਵਿੱਚ ਜਾਊਗਾ ਇਹ? ਤੁਸੀਂ ਵੇਖੋ, ਵੈਸੇ ਵੀ ਕਿਤੇ ਜਦੋਂ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਦਾਨ ਪੁੰਨ ਕਰੀਏ, ਅਸੀਂ ਕਿਸੇ ਨੂੰ ਦਾਨ ਦੇਈਏ, ਤੇ ਜਦੋਂ ਅਸੀਂ ਕਿਸੇ ਨੂੰ ਕੋਈ ਵੀ ਚੀਜ਼ ਦਾਨ ਦੇ ਰੂਪ ਚ ਦਿੰਦੇ, ਤੁਹਾਨੂੰ ਪਹਿਲਾਂ ਇਹ ਥੋੜੀ ਪੁੱਛਦਾ ਵੀ ਤੂੰ ਸ਼ਰਾਬ ਪੀਨਾ, ਤੂੰ ਕੋਈ ਨਸ਼ਾ ਕਰਦਾ, ਤੈਨੂੰ ਕੋਈ ਮਾੜੀ ਆਦਤ ਤਾਂ ਨਹੀਂ, ਆਪਾਂ ਚੁੱਪ ਕਰਕੇ ਉਹ ਦਾਨ ਕਰਨ ਦੀ ਕਰੀ ਦੀ ਆ ਵੀ ਪਰਮਾਤਮਾ ਪੁੰਨ ਦੇ ਦੇਵੇ ਫਟਾਫਟ, ਨਾ ਪੁੰਨ ਦਾ ਫਲ ਜ਼ਰੂਰ ਮਿਲੇ ਸਾਨੂੰ। ਸੋ ਮੈਨੂੰ ਲੱਗਦਾ ਵੀ ਹਰੇਕ ਬੰਦੇ ਦੀ ਮਦਦ ਇਸੇ ਨਿਸ਼ਠਾ ਦੇ ਨਾਲ। ਸੋ ਸਾਡਾ ਨਾ ਇਹ ਸਾਰੀਆਂ ਗੱਲਾਂ ਕਹਿਣ ਦਾ ਮਕਸਦ ਇਹ ਹੈ ਵੀ ਜੇਕਰ ਕੋਈ ਵੀ ਸੱਜਣ ਪਰਵਾਨਾ ਸਾਹਿਬ ਦੀ ਮਦਦ ਕਰਨੀ ਚਾਹੇ ਤਾਂ ਉਹ ਕਰ ਸਕਦਾ, ਤੇ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ, ਅਸੀਂ ਇਹ ਨਹੀਂ ਗੱਲ ਕਰਦੇ ਕਿ ਮਦਦ ਕਰੋ ਹੀ ਕਰੋ, ਇਹ ਸਭ ਦੀ ਆਪਣੀ ਇੱਛਾ, ਬਿਲਕੁਲ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ। ਜਿਵੇਂ ਅਸੀਂ ਪਹਿਲੀ ਕਿਸ਼ਤ ਦੇ ਵਿੱਚ ਦੱਸਿਆ ਸੀ ਕਿ ਲੁਧਿਆਣੇ ਦੇ ਵਿੱਚ ਪ੍ਰਤਾਪਪੁਰਾ ਕਲੋਨੀ ਆ ਜਿੱਥੇ ਇਹ ਰਹਿੰਦੇ ਆ, ਤੇ ਗਲੀ ਦੇ ਵਿੱਚ ਕਿਸੇ ਨੂੰ ਵੀ ਪੁੱਛਿਆ ਜਾ ਸਕਦਾ ਕਿ ਚਤਰ ਸਿੰਘ ਪਰਵਾਨਾ ਕਿਹੜੇ ਕਮਰੇ ਦੇ ਵਿੱਚ ਰਹਿੰਦੇ ਆ, ਕਿਹੜੇ ਆਲਣੇ ਦੇ ਵਿੱਚ ਰਹਿੰਦੇ ਆ। ਪਰਵਾਨਾ ਸਾਹਿਬ, ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ ਕਿ ਲੋਕ ਨਾ ਮਦਦ ਕਰਦੇ ਸ਼ਰਤਾਂ ਦੇ ਨਾਂ 'ਤੇ, ਵੀ ਪਹਿਲਾਂ ਇਉਂ ਹੋਊਗਾ ਤਾਂ ਇਉਂ ਕਰਾਂਗੇ, ਜੇ ਐਂ ਨਹੀਂ ਤਾਂ ਇਉਂ ਨਹੀਂ ਕਰਨਾ। ਚੰਗੇ ਲੱਗਦੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਦੱਸਦਾ, ਉਹਨੂੰ ਗੋਡ ਬਾਰੇ ਜਾਂ ਰੱਬ ਬਾਰੇ ਕੁਛ ਵਿਸ਼ਵਾਸ ਨਹੀਂ ਹੈ, ਉਹ ਇਹ ਨਹੀਂ ਸੋਚਦੇ ਵੀ ਅਸੀਂ ਆਪਣੇ ਹੱਥੋਂ ਇੱਕ ਆਪਣਾ ਆਪਣੀ ਜ਼ਿੰਦਗੀ ਦਾ ਭਲਾ ਕਰ ਮੰਗਦੇ ਹੋਏ ਉਹਦੀ ਮਦਦ ਕਰਨੀ ਹੈ, ਉਹਦੀ ਜ਼ਿੰਦਗੀ ਉਹ ਅੱਛਾ ਕਹਿੰਦਾ ਯਾਰ ਦੀ ਯਾਰੀ ਵੱਲ ਨਾ ਜਾਈਏ ਉਹਦੇ ਗੁਣਾਂ ਔਗੁਣਾਂ, ਯਾਰ ਦੀ ਯਾਰੀ ਵੱਲ ਜਾਈਏ ਉਹਦੇ ਗੁਣਾਂ ਔਗੁਣਾਂ ਨਾ ਦੇਖੀਏ। ਮੇਰਾ ਸਮਾਂ ਜਿਹੜਾ ਸੀ ਉਹ ਹੋਰ ਸੀ, ਹੁਣ ਸਮਾਂ ਇੰਨਾ ਖਤਰਨਾਕ ਚੱਲ ਰਿਹਾ, ਹੁਣ ਇਸ ਟਾਈਮ ਭੈੜੀ ਐਡੀ ਭੈੜੀ ਹਾਲਤ ਹੈ ਜਿਹੜਾ ਮੈਂ ਬਿਆਨ ਨਹੀਂ ਕਰ ਸਕਦਾ, ਪਰ ਅਜੇ ਵੀ ਉਹਦਾ ਮੈਂ ਸ਼ੁਕਰ ਗੁਜ਼ਾਰ ਹਾਂ ਪਰਮਾਤਮਾ ਦਾ ਵੀ ਉਹਨੇ ਮੈਨੂੰ ਮੇਰੇ ਰੋਗ ਨਹੀਂ ਕੋਈ ਪੈਦਾ ਕੀਤਾ, ਉਹ ਕਮਜ਼ੋਰੀ ਹੈ ਪਰ ਰੋਗ ਨਹੀਂ। ਜਿਹੜੇ ਲੋਕ ਇਹ ਸੋਚਦੇ ਆ ਬਈ ਅਸੀਂ ਵੱਧ ਕਰਨੀ ਹੈ ਕਿਨੇ, ਉਹ ਉਹਨਾਂ ਨੂੰ ਦਮ ਨਹੀਂ ਕਹਿ ਸਕਦੇ, ਉਹ ਗੁਣਾ ਉਗਾਉਣ ਦੇਖ ਰਹੇ ਸਰ ਬਈ ਗੁਣ ਕਿਹੜੇ ਹੈ। ਮੈਂ ਇਹ ਸੋਚਦੇ ਵੀ ਇਹ ਦਾਰੂ ਮੈਂ ਦੱਸ ਚੁੱਕੀ ਹਾਂ ਕਿ ਪਹਿਲਾਂ ਸਮਾਂ ਸੀ ਮੈਂ ਗਾਉਂਦਾ ਸੀ, ਮੈਂ ਮੇਰੀ ਗੁੱਡੀ ਸੀ, ਤਿੰਨ ਤਿੰਨ ਪ੍ਰੋਗਰਾਮ ਖਾੜੇ ਮੈਂ ਰੋਜ਼ ਗੰਗਾਨਗਰ ਯੂਪੀ ਮਦਰਾਸ ਤੱਕ ਪਹੁੰਚਿਆ, ਔਰ ਪਹਾੜੀ ਇਲਾਕਾ ਮੈਂ ਕੋਈ ਨਹੀਂ ਛੱਡਿਆ, ਇੰਡੀਆ ਤੋਂ ਬਾਹਰ ਨਹੀਂ ਗਿਆ, ਇੰਡੀਆ ਤੋਂ ਬਾਹਰ ਮੇਰੇ ਅਖਬਾਰਾਂ ਗਈਆਂ, ਮੇਰੇ ਗੀਤ ਗਏ, ਪੰਜਾਬੀ ਟ੍ਰਿਬਿਊਨ ਸਾਰੀਆਂ ਅਖਬਾਰਾਂ ਵਿੱਚ ਮੇਰੀਆਂ ਖਬਰਾਂ ਗਈਆਂ, ਪਰ ਲੇਕਿਨ ਮੈਂ ਬਾਹਰ ਇੰਡੀਆ ਤੋਂ ਨਹੀਂ ਨਿਕਲਿਆ। ਜੀ ਹੁਣ ਜਿਹੜੇ ਜਿਹਨਾਂ ਨੇ ਮੈਨੂੰ ਦਾਨ ਕਰਨਾ ਹੁੰਦਾ ਉਹ ਇਹ ਨਹੀਂ ਦੇਖਦੇ ਵੀ ਪਰਵਾਨਾ ਕੀ ਹੈ, ਮੈਂ ਹੁਣ ਦਾਰੂ ਨਹੀਂ ਹੈ, ਹੁਣ ਤਾਂ ਇਹ ਕਿਸਮ ਦਾ ਇੱਕ ਮਜਬੂਰੀ ਹੈ ਬਈ ਜਦੋਂ ਸਾਰੀ ਦਿਹਾੜੀ ਆਪਾਂ ਮੈਂ 8 ਵਜੇ ਤੱਕ ਖਤਮ ਕਰਦਾ, ਉਸ ਟਾਈਮ ਜਿਵੇਂ ਸੋਚਦਾ ਵੀ ਮੈਂ ਉੱਦਾਂ ਹੀ ਰੋਟੀ ਖਾ ਕੇ ਪੈ ਜਾਵਾਂ, ਉਹਦੇ ਨਾਲ ਚੱਲ ਥੋੜ੍ਹਾ ਜਿਹਾ ਦਿਮਾਗ ਨੂੰ ਖੁਸ਼ ਥੋੜ੍ਹਾ ਜਿਹਾ ਫਰੈਸ਼ ਹੋ। ਪੁਰਾਣਾ ਸਾਹਿਬ ਜਿਹੜੀ ਨਾ ਆਪਾਂ ਪਹਿਲੀ ਕਿਸ਼ਤ ਕੀਤੀ ਸੀ ਉਹਦੇ ਵਿੱਚ ਤੁਸੀਂ ਇਹ ਗੱਲ ਦੱਸੀ ਕਿ 5 ਪੁੱਤ ਆ ਤੁਹਾਡੇ, ਹਾਂਜੀ, ਉਹਨਾਂ ਦੇ ਵਿੱਚੋਂ ਸਾਂਭ ਸੰਭਾਲ ਕਰਨ ਵਾਲਾ ਇੱਕ ਹੀ ਆ ਬਬਲੂ, ਜਿੰਨੀ ਕੁ ਉਹਦੀ ਸਮਰੱਥਾ, ਜਿੰਨੀ ਕੁ ਉਹਦੇ ਵੱਸ ਦੇ ਵਿੱਚ ਆ, ਜਿੰਨੇ ਕੁ ਉਹਦੇ ਵਸੀਲੇ ਆ, ਉਨੀ ਕੁ ਉਹ ਤੁਹਾਡੀ ਮਦਦ ਕਰ ਰਿਹਾ, ਆਪਣੇ ਪਿਓ ਦੀ ਸਾਂਭ ਸੰਭਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਵੀ ਕਈ ਤਰ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ ਨਾਲ ਜੁੜਿਆ, ਮੈਂ ਗੱਲਬਾਤ ਕੀਤੀ ਉਹਨਾਂ ਦੇ ਨਾਲ, ਬਾਕੀ ਪੁੱਤਾਂ ਬਾਰੇ ਕੀ ਕਹੋਗੇ, ਤੁਹਾਨੂੰ ਸੰਭਾਲਦੇ ਕਿਉਂ ਨਹੀਂ? ਤੁਸੀਂ ਕਹਿੰਦੇ ਹੋ ਕਿ ਸਾਰਾ ਕੁਝ ਉਹਨਾਂ ਨੂੰ ਦਿੱਤਾ, ਡੇਰੀਆਂ ਦਿੱਤੀਆਂ, ਆਹ ਵੀ ਪੈਸੇ ਦਿੱਤੇ, ਆਹ ਵੀ ਪੈਸੇ ਦਿੱਤੇ, ਫਿਰ ਉਹ ਤੁਹਾਡੇ ਹੋਏ ਕਿਉਂ ਨਹੀਂ? ਵੰਡੀ ਗਈ ਆ ਉਹਨਾਂ ਵਿੱਚੋਂ, ਇਹ ਮੱਛਾ ਇੱਕ ਐਸਾ ਇਹ ਕੁਦਰਤ ਵੱਲੋਂ ਐਸੀ ਮੈਨੂੰ ਇਹਦੇ ਡਿਊਟੀ ਕੁਦਰਤ ਜਿਹਨੂੰ ਕਹਿੰਦੇ ਵੀ ਨਜ਼ਰ ਨਹੀਂ ਆਉਂਦਾ ਕੋਈ, ਇਹ ਗੀਤ ਮੈਂ ਦੱਸਦਾ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਕਰ ਝੋਲੀਆਂ ਭਰ ਜਾਂਦਾ, ਇਹ ਬੱਚੇ ਉੱਤੇ ਡਿਊਟੀ ਕੁਦਰਤ ਵੱਲੋਂ ਲੱਗੀ ਹੋਈ ਹੈ, ਇਹਨੂੰ ਜ਼ਿਆਦਾ ਲੱਗੀ ਆ, ਮੈਂ ਇਹਦੇ ਕੋਲ ਇੱਥੇ ਰਹਿਣਾ, ਸਿਹਤ ਇਹਦੀ ਕਮਜ਼ੋਰ ਆ, ਵੈਸੇ ਪਹਿਲਾਂ ਐਕਸੀਡੈਂਟ ਵੀ ਹੋਇਆ, ਬਾਕੀ ਜਿਹੜਾ ਇਸ ਤੋਂ ਛੋਟਾ ਡੈਂਪਲ ਉਹ ਮਿਸਤਰੀ ਆ, ਕਿਤੇ ਮਦਦ ਕਰ ਵੀ ਜਾਂਦਾ, ਕਿਤੇ ਦੋ ਤਿੰਨ ਮਹੀਨੇ ਉਦੋਂ ਨਹੀਂ ਵੀ ਹੁੰਦੀ, ਇਸੇ ਤਰ੍ਹਾਂ ਹੈਪੀ ਆ ਇੱਕ ਹੋਰ ਆ, ਉਹ ਪਿੱਛੇ ਆਇਆ ਸੀ, ਉਹ ਇੱਕ ਨਾ ਉਹ 'ਤੇ ਕੋਈ ਬਲੇਮ ਜਿਹਾ ਸੀਗਾ ਕੋਈ, ਉਹ 'ਤੇ ਕੋਈ ਐਕਸ਼ਨ, ਉਹਦਾ ਮਾਫ਼ ਹੋ ਗਿਆ ਸਰਕਾਰ ਵੱਲੋਂ, ਉਹ 1000 ਰੁਪਏ ਗਿਆ ਸੀਗਾ।
ਇਸੇ ਤਰ੍ਹਾਂ ਹੋਰ ਮੁੰਡੇ ਆ। ਨਹੀਂ ਨਹੀਂ, ਪਰ ਇਹ ਤਾਂ ਕੋਈ ਪ੍ਰਾਪਤੀ ਨਹੀਂ ਨਾ ਕਿ ਮੇਰੀ ਮਾਂ ਜਿਹੜੀ ਉਹ ਕਿਤੇ ਰੁੜ ਰਹੀ ਹੋਵੇ ਤੇ ਮੈਂ ਤੁਰਿਆ ਜਾਂਦਾ ਉਹਨੂੰ 1500 ਰੁਪਈਆ ਫੜਾ ਜਾ, ਮੈਂ ਉਹਨਾਂ ਨੂੰ 1000 ਰੁਪਈਆ ਹਫ਼ਤੇ ਬਾਅਦ ਫੜਾ ਜਾ, ਇਹ ਤਾਂ ਕੋਈ ਮਦਦ ਨਹੀਂ ਗੀ। ਇਹ ਬਬਲੂ ਮੁੰਡਾ ਉਹ ਹੈ ਜਿਹੜਾ ਕਿ ਘਰ ਜਵਾਈ ਹੋਣ ਦੇ ਨਾਤੇ ਇਹਨੂੰ ਥੋੜ੍ਹਾ ਬਹੁਤਾ ਉਹਨਾਂ ਦੇ ਵਿੱਚ ਨਿਯਮ ਅੱਖ ਰੱਖਣੇ ਪੈਂਦੇ। ਬਿਲਕੁਲ ਸਰ, ਜਿਹਦੀ ਮਰਜ਼ੀ ਆਪਣੀ ਹੋਵੇ ਤਾਂ ਜ਼ਿਆਦਾ ਵੀ ਕਰ ਸਕਦਾ। ਇਹ ਉਹਨਾਂ ਦੇ ਘਰ ਜਵਾਈ ਰਹਿਣਾ ਕਰਕੇ ਇਹਨਾਂ ਨੇ ਸੱਸ ਤੋਂ ਵੀ ਇਹਨੇ ਡਰਨਾ ਤੇ ਘਰਦਿਆਂ ਤੋਂ ਵੀ ਉਹਨਾਂ ਦਾ ਭੈ ਮੰਨਣਾ, ਉਹ ਮਹਿਸੂਸ ਨਾ ਕਰਨ। ਪਰ ਪਰਵਾਨਾ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਵੀ ਜਦੋਂ ਤਾਂ ਮਾਪਾ ਹੁੰਦਾ ਉਹ ਤਾਂ ਆਪਣੇ ਬੱਚਿਆਂ ਨੂੰ ਬਾਹਰ ਛੱਡ ਕੇ ਨਹੀਂ ਨਾ ਆਉਂਦਾ ਵੀ ਮੇਰੇ ਤਾਂ ਇੰਨੇ ਪੁੱਤ ਨੇ, ਮੇਰੀਆਂ ਤਾਂ ਇੰਨੀਆਂ ਧੀਆਂ ਨੇ ਤੇ ਮੈਂ ਇਕੱਲੇ ਇਕੱਲੇ ਨੂੰ ਕਿਵੇਂ ਸਾਂਭ ਲਵਾਂ, ਕਿਵੇਂ ਖਰਚੇ ਚੁੱਕ ਲਵਾਂ। ਪਰ ਇੰਨੇ ਬੱਚੇ ਹੋਣ ਦੇ ਬਾਵਜੂਦ ਵੀ ਜੇ ਕੋਈ ਇੱਕ ਪਿਓ ਨੂੰ ਨਾ ਸਾਂਭ ਸਕੇ ਤੇ ਇਹ ਤਾਂ ਗੱਲ ਕਿਤੇ ਨਾ ਕਿਤੇ ਗਲਤ ਹੈ। ਇਹ ਵੀ ਕਿਸੇ ਸ਼ਾਹ ਜੀ ਨੇ ਪੁੱਛਿਆ, ਇਹਨਾਂ ਆਖਿਆ ਸੀ ਕਹਿੰਦਾ ਮੈਂ ਸਰਪੰਚ ਵੀ ਹਾਂ, ਮੈਂ ਪੱਠਿਆਂ ਲਵਾਉਂਦੀ ਹਾਂ ਤੇ ਕਹੇ ਤਾਂ ਮੈਂ ਤੇਰੇ 5 ਮੁੰਡਿਆਂ ਨੂੰ ਬਿਠਾ ਕੇ ਇਹਨਾਂ ਨੂੰ ਇਹ ਡਿਊਟੀ ਲਾਵਾਂ ਵੀ ਦੇਖੋ ਕੁਛ ਥੋੜ੍ਹਾ ਧਿਆਨ ਕਹੋ, ਰੱਬ ਤੁਸੀਂ ਵੀ ਬੁੜੇ ਹੋਣਾ, ਤੁਸੀਂ ਵੀ ਮਰਨਾ, ਮਰਨਾ ਸਭ ਨੇ ਬਈ। ਅੱਜ ਇਹ ਬੜੇ ਪਹਿਲੇ 82 ਸਾਲ ਦੀ ਉਮਰ ਦੇ ਵਿੱਚ ਅਗਰ ਇਹ ਜ਼ਿੰਦਗੀ ਵਧੀਆ ਦੇਖੀ ਹੈ, ਅੱਜ ਇਹ ਥਾਂ 'ਤੇ ਫਸ ਕੇ ਹੁਣ ਡਿੱਗਿਆ ਪਿਆ, ਇਸ ਇਹੋ ਜਿਹੇ ਕਮਰੇ 'ਚ ਹੈ, ਕੱਪੜੇ ਵੀ ਮੇਰੇ ਗੰਦੇ ਹੋਏ ਪਏ, ਸਾਰੇ ਕੱਪੜੇ ਮੇਰੇ ਬਹੁਤ ਖਰਾਬ ਨੇ, ਉਹ ਵੀ ਜਿੱਥੇ ਮੈਂ ਪਿਆ ਉਹ ਵੀ ਮੈਂ ਜਿਹੜੀ ਬੇਟੀ ਮੇਰੀ ਨੂੰਹ ਹੈ ਬਹੂ ਦੇ ਘਰ ਵਾਲੀ, ਉਹ ਕਿਤੇ ਯਾਰ ਕੱਪੜੇ ਲੈ ਵੀ ਜਾਂਦੀ ਹੈ, ਕਿਤੇ ਉਹ ਵੀ ਮਹਿਸੂਸ ਕਰ ਜਾਂਦੀ ਹੈ ਮੈਂ ਨਹੀਂ। ਪਰ ਉਹ ਤੁਹਾਨੂੰ ਕਿਉਂ ਨਹੀਂ ਘਰ ਦੇ ਵਿੱਚ ਰੱਖ ਕੇ, ਕਿਉਂ ਨਹੀਂ ਸੰਭਾਲਦੇ, ਕੀ ਤੁਸੀਂ ਉਹਨਾਂ ਨੂੰ ਦਾਰੂ ਪੀ ਕੇ ਤੰਗ ਕਰਦੇ ਸੀ ਜਾਂ ਕੋਈ ਹੋਰ ਗੱਲ? ਇਹ ਤੰਗ ਤਾਂ ਮੈਨੂੰ ਕੋਈ ਕਹਿ ਨਹੀਂ ਸਕਦਾ ਕਿਉਂਕਿ ਮੇਰੀ ਆਦਤ ਹੀ ਐਸਾ ਹੈ ਵੀ ਜੇ ਮੈਂ ਰਾਤ ਨੂੰ ਦਾਰੂ ਦਿਨ ਦਾ ਪੀਂਦਾ ਹੀ 8 ਵਜੇ ਤੱਕ ਗੱਲ ਹੀ ਖਤਮ ਹੈ, ਜੇ ਮੈਂ ਪੀ ਕੇ ਰੋਟੀ ਖਾ ਵੀ ਲਈ ਆ ਥੋੜ੍ਹੇ ਬਹੁਤ ਕਿਤੋਂ ਪੈ ਕੇ ਲਾ ਵੀ ਲਏ ਆ, ਤਾਂ ਮੇਰੀ ਐਸੀ ਆਦਤ ਹੈ ਇਹਨਾਂ ਦਾ, ਇਹ ਗਵਾਹ ਬੈਠੇ ਨੇ ਬਈ ਉਹ ਇਸ ਪਰਵਾਨੇ ਨੇ ਰਾਤ ਨੂੰ ਉੱਠਣਾ ਨਹੀਂ ਹੈ। ਫਿਰ ਕੋਈ ਵਜ੍ਹਾ ਤਾਂ ਹੋਊਗੀ ਨਾ ਜਿਹਦੇ ਕਰਕੇ ਚਾਰ ਪੁੱਤ ਬਿਲਕੁਲ ਦੂਰ ਨਾ ਬਣਾ ਗਏ? ਮੈਂ ਦੱਸਦਾ ਉਹਨਾਂ ਦੀ ਜਿਹੜੀ ਮੰਮੀ ਆ ਉਹ ਥੋੜ੍ਹਾ ਸੁਭਾਅ ਸਖਤ ਹੈ, ਸਖਤ ਸੁਭਾਅ ਹੋਣ ਕਰਕੇ ਥੋੜ੍ਹਾ ਨਾ ਇਸ ਕਰਕੇ ਉਹ ਥੋੜ੍ਹਾ ਜਿਹਾ ਵਿਚਾਰ ਨਹੀਂ ਜਾਣਦੇ। ਇੱਕ ਇਹ ਹੈ ਵੀ ਇਹ ਘਰ ਜਵਾਈ ਹੈ, ਘਰ ਜਵਾਈ ਦੇ ਇੱਕ ਘਰ ਦੇ ਵਿੱਚ ਇਹਦਾ ਬਾਪ ਵੀ ਮੁੰਡਾ ਤਾਂ ਬੈਠਾ ਹੀ ਹੈ, ਬਾਪ ਵੀ ਆ ਬੈਠੇ। ਅਸੀਂ ਤੁਹਾਡੇ ਇਕੱਲੇ ਇੱਕ ਪੁੱਤ ਦੀ ਗੱਲ ਨਹੀਂ ਕਰ ਰਹੇ, ਉਹ ਤਾਂ ਫੇਰ ਵੀ ਜਿੰਨਾ ਸਰ ਦਾ ਬਣਦਾ ਉਹ ਤੁਹਾਡੀ ਸਾਰ ਲੈਂਦਾ ਹੈ, ਬਾਕੀ ਚਾਰ ਪਰ ਜੇ ਬਾਕੀ ਦੇ ਚਾਰਾਂ ਦੀ ਗੱਲ ਕਰੀਏ ਤਾਂ ਉਹ ਤਾਂ ਘਰ ਜਵਾਈ ਨਹੀਂ ਹੈਗੇ, ਉਹ ਘਰ ਜਵਾਈ ਨਹੀਂ ਹੈਗੇ, ਉਹ ਕਰ ਸਕਦੇ ਆ ਜੀ। ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਾਰੇ ਹੀ, ਕਈ ਕਹਿੰਦੇ ਪੁਲਿਸ ਵਾਲਿਆਂ ਨੇ ਇੱਕ ਵਾਰੀ ਅਫਸਰਾਂ ਨੇ ਆਖਿਆ, ਮੈਂ ਮੇਲੇ 'ਤੇ ਸੀ, ਕਹਿੰਦੇ ਤੈਨੂੰ ਮੇਲਿਆਂ 'ਤੇ ਭੱਜਣ ਦੀ ਕੀ ਲੋੜ ਆ, ਮੈਂ ਕਹਿੰਦਾ ਪਰਵਾਨੇ ਢੇ 5 ਮੁੰਡੇ, ਮੈਂ ਹਾਂ, ਕਹਿੰਦਾ ਸਾਨੂੰ 5 ਦਿਖਾ ਤਾ ਸੀ ਵੀ ਉਹਨੂੰ ਪੁੱਛੀ ਸੀ ਤੁਹਾਡਾ 5 ਦਾ ਪਿਓ ਹੈ ਬਈ, ਤੁਸੀਂ ਕੋਈ ਆਪ ਤੋਂ ਤੁਸੀਂ ਮੁੰਡੇ ਨਹੀਂ ਹੋਣਾ, ਉਹ ਕਹਿੰਦੇ ਸੀ, ਪਰ ਮੈਂ ਇਹਦਾ ਜਵਾਬ ਦੇ ਨਹੀਂ ਸਕਿਆ। ਤੁਹਾਡਾ ਜੀ ਕਰਦਾ ਵੀ ਤੁਹਾਨੂੰ ਤੁਹਾਡੇ ਪੁੱਤ ਲੈ ਜਾਣ? ਹਾਂਜੀ, ਭਾਵੇਂ ਐਂ ਕਰਨ ਵੀ 4 ਜਾਣੇ 5 ਜਾਣੇ, ਇਹ ਇਉਂ ਕਰਨ ਵੀ ਬਾਪੂ ਜੀ ਮਹੀਨਾ ਸਾਡੇ ਕੋਲੇ ਰਹੂ, ਮਹੀਨਾ ਸਾਡੇ ਕੋਲੇ ਰਹੂ, ਇਸ ਗੱਲ ਦੀ ਲੜਾਈ ਕਰਨ ਵੀ ਅਸੀਂ ਬਾਪੂ ਲੈ ਕੇ ਜਾਣਾ, ਤੁਹਾਡਾ ਮਨ ਕਰਦਾ ਇਸ ਗੱਲ ਨੂੰ? ਮਨ ਤਾਂ ਕਰਦਾ, ਪਰ ਮੈਂ ਕਹਿੰਦਾ ਬਈ ਜਾਂ ਇੱਦਾਂ ਹੋਵੇ ਵੀ ਵੱਖਰਾ ਰੱਖਣਾ ਤਾਂ ਇੱਕ ਅੱਧੀ ਕੋਹੜੀ ਐਸੀ ਲੈ ਦੇਣਾ, ਆਹ ਸਾਫ ਨਹੀਂ ਸਾਫ ਲੈ ਦੇਣਾ, ਉਹ ਫਿਰ ਰਲ ਕੇ ਮਾੜਾ ਮੋਟਾ ਜਿਸ ਤਰ੍ਹਾਂ ਸੰਭਾਲਣਾ ਕਰੀ ਜਾਣ, ਸਵਾਲ ਕਰੀ ਜਾਣ। ਫੋਨ 'ਤੇ ਗੱਲ ਕਰਦੇ ਉਹਨਾਂ ਦੇ ਨਾਲ? ਕਰਨ ਦੀ ਕੋਸ਼ਿਸ਼ ਕਰਦਾ, ਕਈ ਵਾਰੀ ਫੋਨ ਨਹੀਂ ਵੀ ਚੱਕਦੇ ਉਹ ਅਤੇ ਕਈ ਵਾਰੀ ਚੱਕਣ ਲੱਗ ਪੈਂਦੇ ਆ, ਚੱਕਣ ਲੱਗ ਵੀ ਪੈਂਦੇ ਆ। ਬਾਪੂ ਜੀ ਕਿੰਨਾ ਚਾਅ ਸੀ ਵੀ ਰੱਬ ਪੁੱਤ ਦੇਵੇ, ਪੁੱਤ ਦੇਵੇ, ਮੈਂ ਕਹਿੰਦਾ ਹੱਦ ਹੋ ਗਈ, ਕਿੰਨੀਆਂ ਸੁੱਖਾਂ ਸੁੱਖੀਆਂ ਸੀ, ਬਿਲਕੁਲ ਬਹੁਤ ਸੁੱਖਾਂ ਸੁੱਖਦਾ ਬੰਦਾ, ਪਹਿਲਾਂ ਹੋਇਆ 7.5 ਸਾਲ ਜਵਾਕ ਨਹੀਂ ਸੀ ਹੋਇਆ, ਵੱਡਾ ਮੁੰਡਾ 7 ਸਾਲਾਂ ਬਾਅਦ ਹੋਇਆ, ਅੱਜ ਉਹਦੇ ਕੋਲ ਮੇਰੀ ਮਦਦ ਨਹੀਂ ਹੋ ਰਹੀ, ਪਹਿਲਾਂ ਉਹ ਬਿਮਾਰ ਰਹਿੰਦਾ ਰਿਹਾ, ਉਹਦੀ ਤਸਾ ਬਹੁਤ ਲੱਗਿਆ, ਬੇਅੰਤ ਲੱਗਿਆ, ਹੁਣ ਉਹ ਕਹਿੰਦਾ ਮੈਂ ਅਗਲੇ ਮਹੀਨੇ ਤੋਂ ਕੁਛ, ਕਹਿੰਦਾ ਐਤਕੀ ਮੈਂ ਔਖਾਂ, ਐਤਕੀ ਮੈਂ ਅੰਮ੍ਰਿਤਸਰ ਜਾ ਕੇ ਆਇਆ ਦਰਬਾਰ ਸਾਹਿਬ, ਕਹਿੰਦਾ ਬਾਬਾ ਮੈਂ ਤੁਹਾਨੂੰ ਅਗਲੇ ਮਹੀਨੇ ਕੁਛ ਨਾ ਕੁਛ ਕਰੂੰਗਾ।
ਚਲੋ ਜੀ, ਅਸੀਂ ਚਾਹੁੰਦੇ ਹਾਂ ਹਰਮਨ ਜੀ ਕਿ ਸੱਚੀ ਮੁੱਚੀ ਅਸਲ ਦੇ ਵਿੱਚ ਮਦਦ ਨਹੀਂ ਵੀ ਅਸੀਂ, ਮੈਂ ਆਪਣੀ ਮਾਂ ਦੀ, ਮੈਂ ਆਪਣੇ ਬਾਪ ਦੀ ਮਦਦ ਨਹੀਂ ਕਰਦਾ, ਉਹ ਮੇਰੀ ਹੁਣ ਤੱਕ ਕਰਦੇ ਰਹੇ ਆ ਹਰ ਤਰ੍ਹਾਂ ਦੀ ਮਦਦ, ਕਿਉਂਕਿ ਮੇਰਾ ਤਾਂ ਫਰਜ਼ ਆ, ਮੇਰੀ ਤਾਂ ਨੈਤਿਕ ਜ਼ਿੰਮੇਵਾਰੀ ਆ, ਜਿਨ੍ਹਾਂ ਦੇ ਸਰੀਰ ਦੇ ਵਿੱਚੋਂ ਮੈਂ ਨਿਕਲਿਆ ਉਹਨਾਂ ਦੇ ਪ੍ਰਤੀ ਮੇਰੇ ਫਰਜ਼ ਬਣਦੇ, ਮੇਰੀਆਂ ਜ਼ਿੰਮੇਵਾਰੀਆਂ ਬਣਦੀਆਂ, ਜਿੰਨਾ ਚਿਰ ਮੈਂ ਮਰਦਾ ਨੀਗਾ ਉਹ ਮੈਂ ਕੁਛ ਨਾ ਕੁਛ ਕਰਦਾ ਰਹਾਂ। ਜੱਜ ਦਾ ਵਿਚਾਰ। ਬਾਪੂ ਜੀ, ਤੁਸੀਂ ਪਹਿਲਾਂ ਇੱਕ ਗਾਇਕ ਹੋ ਜਾਂ ਪਹਿਲਾਂ ਇੱਕ ਗੀਤਕਾਰ? ਇਹਨਾਂ ਦੇ ਕਹਿਣ ਦਾ ਭਾਵ ਵੀ ਪਹਿਲਾਂ ਤੁਸੀਂ ਗੀਤ ਲਿਖਣੇ ਸ਼ੁਰੂ ਕੀਤੇ ਸੀ ਜਾਂ ਪਹਿਲਾਂ ਤੁਸੀਂ ਗਾਉਣਾ ਸ਼ੁਰੂ ਕੀਤਾ ਸੀ? ਪਹਿਲਾਂ ਗਾਉਣ ਦੀ ਸਟਾਰਟਿੰਗ ਹੋਈ ਗੁਰਦੁਆਰੇ ਵਿੱਚ, ਰਾਏਪੁਰ ਦੀ ਸਟੇਜ ਦੇ ਉੱਤੇ ਟੂਰਨਾਮੈਂਟ 'ਤੇ ਮੈਂ ਪਹਿਲੀ ਵਾਰੀ ਗਾਇਆ, ਜਦ ਮੈਂ ਤਾਪ ਤੋਂ ਬਾਹਰ ਜਾਂਦਾ ਸੀਗਾ, ਪਰ ਲੇਕਿਨ ਇਨਾਮ ਮੈਨੂੰ ਹੋਇਆ ਉਦੋਂ। ਬਖਸ਼ੀ ਰਾਮ ਕੌਸ਼ਲ, ਪਰਮਿੰਦਰ ਸੋਢੀ, ਉਹਨਾਂ ਨੂੰ ਪਤਾ। ਉਦੋਂ ਬਾਅਦ ਹੌਲੀ ਹੌਲੀ ਮੈਨੂੰ ਐਸਾ ਝਿੜਕ ਪੈ ਗਈ ਲਿਖਣ ਦੀ, ਮੈਂ ਕਹਿੰਦਾ ਵੀ ਲਿਖਣ ਦੇ ਵਿੱਚ ਨਾਮ ਜ਼ਿਆਦਾ ਆਉਂਦਾ। ਮੈਂ ਜਸਵੰਤ ਭੌਂਰੇ ਨੂੰ ਮਿਲਣ ਲੱਗ ਪਿਆ, ਰਜਿੰਦਰ ਰਾਜਨ, ਮੇਰੀ ਭੈਣ ਦੀ ਜਿਹੜੀ ਆ ਉਹ ਟੀਚਰ ਰਿਟਾਇਰ ਆ, ਪਹਿਲਾਂ ਉਹ ਸੈਕਿੰਡ ਹੈਡ ਮਿਸਟਰ ਰਿਟਾਇਰ ਆ, ਉਹ ਜਿੰਦਾ ਹੈ, ਦੁਗਰੀ ਹੈਗੀ। ਉਸਦੀ ਉਹ ਸਵੇਰ ਸੀ, ਉੱਥੋਂ ਹਟ ਕੇ ਗਈ ਸੀ, ਉਹ ਦਸਵੀਂ ਪਾਸ ਹੋ ਗਏ, ਉੱਥੇ ਉਹ ਗਾ ਰਹੀ ਸੀ, ਰਾਜਨ, ਰਜਿੰਦਰ ਰਾਜਨ, ਜਿਹਨੇ ਗਾਇਆ ਸਾਹਮਣੇ 'ਚ ਬੜੇ ਖੇਡਾਂ ਗੀਟੀਆਂ, ਅਤੇ ਅਨੀਆਂ ਖਿੱਚ ਕਾਂਟਾ ਬੋਲਿਆ ਹੋਰ ਵੀ ਉਹਦਾ ਉਹਦੇ ਉਹਨੂੰ ਮਿਲਣ ਕਰਕੇ ਮੇਰੇ ਉਹਨੇ ਸ਼ੌਕ ਪੈਦਾ ਕਰਤਾ, ਕਹਿੰਦੇ ਤੁਸੀਂ ਲਿਖੋ, ਮੈਂ ਰਿਕਾਰਡ ਚਲਾਉਣੀ ਆ। ਸੱਤ ਕੋਟਣੀ ਸੰਦੂਕਾਂ ਓਹਲੇ ਮੇਰੇ ਜਿਹੜੀ ਫੇਰ ਸੱਤ ਕੋਟਣੀ ਸੰਦੂਕਾਂ ਓਹਲੇ ਮੇਰੇ ਫੇਰ ਨਾਲ ਬਰਾਬਰ ਬੋਲੇ, ਨਿਯਮਾਂ ਦਾ ਲਿਆ ਦੇ ਘੋਟਣਾ, ਇਹ ਉਹਦੀ ਆਵਾਜ਼ 'ਚ ਰਿਕਾਰਡ ਹੋਇਆ। ਅੱਛਾ ਜੀ। ਨਾਲ ਰਮਲਾ ਸੀ, ਇਸੇ ਗੀਤ ਨੂੰ ਫਿਰ ਬਾਅਦ ਨੂਰੀ ਜਿਹੜਾ ਆਪਣੇ ਖੰਨੇਵਾਲ ਸਦੂਰ ਹੈ, ਉਹਦੀ ਘਰਵਾਲੀ ਨੂਰੀ ਨੇ ਉਹਨੂੰ ਸੋਲੋ ਕਰਤਾ, ਮੇਰਾ ਡਿਊਰ ਸੀ, ਉਹ ਸੋਲੋ ਹੋ ਰਿਹਾ ਹੁਣ ਟੀਵੀ 'ਤੇ ਪਾਤਾ, ਸੱਸ ਕੁੱਟਣੀ ਕੁੱਟਣੀ ਸੰਦੂਕ ਕਾਹਨੂੰ ਬੋਲੇ। ਆਹ ਪਰ ਪਰਵਾਨਾ ਸਾਹਿਬ, ਦੱਸੋ ਵੀ ਜਿਹੜੀ ਵੇਲੇ ਦੇ ਵਿੱਚ ਤੁਹਾਡੇ ਰਿਕਾਰਡ ਆਉਂਦੇ ਹੁੰਦੇ ਸੀਗੇ, ਉਦੋਂ ਗੀਤਕਾਰ ਨੂੰ ਵੀ 2.5% ਰਾਇਲਟੀ ਆਉਂਦੀ ਹੁੰਦੀ ਸੀ, ਉਹ ਰਾਇਲਟੀ ਕਿੱਧਰ ਗਈ ਜਿਹੜਾ ਤੁਹਾਨੂੰ ਮਿਹਨਤ ਨਾ ਹੁੰਦਾ ਸੀ? ਬਹੁਤ ਚਿਰ ਐਸਾ ਲੰਘ ਗਿਆ, ਮੈਨੂੰ ਰਾਇਲਟੀ ਸਿਰਫ 10 ਰੁਪਏ ਆਉਂਦੀ ਰਹੀ। ਉਦੋਂ ਜਾ ਕੇ 2-3 ਸਾਲ ਤੋਂ 4 ਸਾਲ ਤੋਂ ਬਾਅਦ ਮੈਂ ਰੌਲਾ ਪੈ ਗਿਆ ਗੀਤਾਂ ਦਾ, ਸੋਨੇ ਸ਼ਾਪ ਕਰਾ ਦੇ ਔਰ ਸੁਣਦਾ ਪਿੱਪਲ ਸਾਡੇ ਜਿੱਦਣੀ ਆ ਗਈ ਸ਼ਾਮ ਕੋਲੇ, ਉਹ ਕਰਾਉਣੇ ਸੀਗੇ ਚੰਨ ਗਰੇਵਾਲ ਨੇ ਕਰਾਇਆ ਆ, ਰਮੇਸ਼ ਜੀ ਦਾ ਸਵਰ ਲਤਾ, ਇਸ ਰੌਲੇ ਵਿੱਚ ਮੈਨੂੰ ਫਿਰ ਜਾਣਾ ਪਿਆ। ਉੱਥੇ ਜਾਂਦਿਆਂ ਰਿਕਾਰਡਿੰਗ ਹੋ ਰਹੀ ਸੀ ਜਮਰੇ ਜੱਟ ਦੀ, ਅੱਜ ਮੇਰੀ ਦਾਤਿਆ ਕਰ ਕਬੂਲ ਲਈ ਜਾਏਗੀ, ਉਸ ਨੇ ਕਹਿੰਦਾ ਫੈਸਲਾ ਕੀਤਾ ਵੀ ਦੋਨਾਂ ਪਾਰਟੀਆਂ ਦੇ ਕੱਢ ਦਿਓ, ਉਹ ਮੇਰੇ ਉੱਥੇ ਜਾਣ ਦੇ ਬਹਾਨੇ ਮੇਰੀ ਡਾਇਰੈਕਟੀ ਮਨਜ਼ੂਰ ਹੋਊਗੀ। ਨੂਡਲ ਸਾਹਿਬ ਨੇ ਕਰਵਾਈ, ਕਹਿੰਦੇ ਗਰੀਬ ਬੰਦਾ ਕਿਸ ਉਸ ਨੂੰ ਲੋੜ ਦਾ, ਉਹਨੇ ਕਹਿ ਕੇ ਕਰਵਾਈ। ਹੁਣ ਵੀ ਥੋੜ੍ਹੀ ਬਹੁਤੀ ਰਾਇਲਟੀ ਆਉਂਦੀ ਕਿ ਨਹੀਂ? ਹੁਣ ਖਤਮ ਹੋ ਗਈ ਹੈ, 300-400 ਰੁਪਈਆ ਪਿਆ ਉੱਥੇ ਕਲਕੱਤੇ, ਉਹ ਬਸ ਉਹ ਵੀ ਮੈਂ ਮੰਗਵਾਉਂਦਾ ਹੀ ਨਹੀਂ, ਮੈਂ ਇੰਨਾ ਇੰਨਾ ਕੁ ਆ ਕੇ ਕੀ ਕਰੂੰਗਾ ਮੇਰਾ। ਭੈਣ ਜੀ ਨੂੰ ਆਖਿਆ, ਕਹਿੰਦੇ ਮੰਗਵਾ ਦਿਓ, ਉਹਨੇ ਪਿਆ ਪਏ ਕਿਹੜੇ ਭੈਣ ਜੀ? ਭੈਣ ਜੀ ਮੇਰੀ, ਉਹਨਾਂ ਮੇਰੀ ਭੈਣ ਵਾਲੀ ਸਕੀ ਜਿਹੜੀ ਸੈਕਿੰਡ ਹੈਡਮਾਸਟਰ ਰਿਟਾਇਰ ਆ, ਉਹਦੇ ਕੋਲ ਨੰਬਰ ਨੇ ਉਹਨਾਂ ਦੇ, ਉਹ ਆਪਣੇ ਕਲਕੱਤੇ ਦੇ ਕਲਕੱਤਾ ਡਾਮਡਾਂ ਵੀ ਐਸਰ ਰੋਡ, ਉਹ ਕਹਿੰਦੀ ਆਹ ਥੋੜ੍ਹੇ 300-300 ਹੋ ਗਿਆ ਕਿਉਂ ਆ ਜੂਗਾ ਪਿਆ ਰਹਿਣ ਦੇ, ਅਤੇ ਪਹਿਲਾਂ ਬਹੁਤ ਆਇਆ, ਬੇਅੰਤ ਆਇਆ। ਕਿੰਨਾ ਵੱਧ ਤੋਂ ਵੱਧ ਕਿੰਨਾ? ਵੱਧ ਤੋਂ ਵੱਧ 1,00,000 ਵੀ, 20,000, 25,000, ਇੱਕ ਵਾਰੀ ਸ਼ਿੰਦਰ ਸ਼ਿੰਦੇ ਨੇ ਤਾਂ ਕਹਿ ਕੇ ਦਵਾਇਆ 25,000, ਬਹੁਤ ਵਾਰੀ ਪਹਿਲਾਂ ਬਹੁਤ ਪੈਸਾ ਆਇਆ, ਪਲਾਟ ਲਏ, ਮਕਾਨ ਲਏ, ਵਰਕਸ਼ਾਪਾਂ ਬਣਾਈਆਂ, ਪੁੱਛੋ ਨਾ, 40 ਕੁਆਟਰ ਭਾਈਆਂ ਦੇ ਬਣਾਏ ਅਰੋੜਾ ਪੈਸੇ ਕੋਲ। ਪਰ ਇੱਕ ਤੁਹਾਡੇ ਪੂਰ ਦੀ ਜਿਹੜੀ ਮੈਂ ਸੋਚਦਾ ਕਿ ਸਭ ਤੋਂ ਵੱਡੀ ਨਾਕਾਮੀ ਇਹ ਵੀ ਰਹੀ ਆ, ਕਈ ਗੀਤਕਾਰ ਇਹੋ ਜਿਹੇ ਆ ਜਿਨ੍ਹਾਂ ਦੇ ਬਾਬਤ ਇਹ ਗੱਲ ਮਸ਼ਹੂਰ ਆ ਕਿ ਉਹ ਗੀਤ ਬਹੁਤ ਖੂਬਸੂਰਤ ਲਿਖਦੇ ਸੀ ਪਰ ਗਾਉਣ ਵਾਲੇ ਉਹਨਾਂ ਦੀਆਂ ਕਮੀਆਂ ਨੂੰ ਫੜ ਗਏ, ਉਹਨਾਂ ਦੀਆਂ ਕਮਜ਼ੋਰੀਆਂ ਨੂੰ ਫੜ ਗਏ, ਉਹ ਕਹਿੰਦੇ ਸੀ ਵੀ ਆਹ ਫੜ ਬੋਤਲ ਅਤੇ ਆਪਣਾ ਗੀਤ ਦੇ। ਤੁਹਾਡੇ ਨਾਲ ਇੱਦਾਂ ਹੁੰਦਾ ਰਿਹਾ ਕਿ ਨਹੀਂ? ਮੈਂ ਵੈਸੇ ਤਕਰੀਬਨ ਪਹਿਲਾਂ ਮੈਨੂੰ ਕਮਾਈ ਇੰਨੀ ਸੀ, ਮੈਂ ਦਾਰੂ ਪੀਂਦਾ ਸੀ,
ਹੁਣ ਮੈਨੂੰ ਮੈਂ ਇਹ ਕੰਮ ਹੁਣ ਨਹੀਂ ਕਰਦਾ, ਹੁਣ ਵੀ ਮੈਂ ਜੇ ਜਿਹੜਾ ਮਾਰੂੰ ਜਾਂ ਰਾਤ ਨੂੰ ਮੈਂ ਉਸ ਵੇਲੇ ਮੈਨੂੰ ਸੁਭਾਅ ਆਇਆ ਵੀ ਮੈਂ ਰੋਟੀ ਖਾਣ ਲੱਗਿਆ ਕੁਛ ਲੈ ਲਵਾਂ ਚਾਹੇ ਥੋੜ੍ਹੀ ਵੈਲਡੀ ਚਾਹੇ ਕੋਈ, ਉਹ ਫਿਰ ਮੈਨੂੰ ਨੀਂਦ ਆਉਣੋਂ ਹਟ ਗਈ ਸੀ ਪਿੱਛੇ, ਨੀਂਦ ਆਉਂਦੀ ਨਹੀਂ ਸੀ ਅਤੇ ਹੁਣ ਉਹ ਨੀਂਦ ਦੀ ਵਜ੍ਹਾ ਹੋਈ। ਜਦੋਂ ਮੇਲਿਆਂ 'ਤੇ ਨੱਚ ਨੱਚ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹੋ, ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ ਉਹਨਾਂ ਵਿੱਚ? ਕਈ ਵਾਰੀ 100 ਵੀ ਨਹੀਂ ਬਣਦਾ, ਕਈ ਵਾਰੀ ਕਦੇ ਕਲੇਰ ਵੀ ਦੱਸਦਾ ਤਾਂ ਕਹਿੰਦਾ ਕਿਰਾਏ ਪੂਰਾ ਹੋਇਆ, ਕਈ ਵਾਰੀ ਐਸਾ ਹੁੰਦਾ ਵੀ ਹਜ਼ਾਰਾਂ ਵੀ ਹੋ ਜਾਂਦਾ। ਜਦੋਂ ਜੇ ਜਿੱਥੋਂ ਹਜ਼ਾਰਾਂ ਹੋ ਜਾਣਾ ਉੱਥੇ ਕਈ ਵਾਰੀ ਮੈਂ ਛੁੱਟੇ ਆਉਣੇ ਨੇ ਮੋਬਾਈਲ ਮੈਂ 20 ਛੁੱਟੇ, ਘੱਟੋ ਘੱਟ 20 ਮੋਬਾਈਲ ਛੁੱਟੇ ਆ ਜੀ। ਅਤੇ ਉਦੋਂ ਉਹ ਦੱਸਿਆ ਤੁਹਾਨੂੰ ਮੈਂ ਕਿ ਮੇਲੇ 'ਤੇ ਮੈਂ ਗਿਆ ਸੀ ਉੱਥੇ ਮਹੰਤਾਂ ਨੇ ਢੇਰੀਆਂ ਛੁੱਟੀਆਂ ਹਜ਼ਾਰਾਂ ਦੀਆਂ, ਉਹ ਮੈਂ ਤਾਂ ਚੱਕ ਨਹੀਂ ਹੋਈਆਂ ਸਾਰਾ ਸੰਤ ਸੰਗ ਦੀ ਚੱਕ ਦਾ ਕਿਸੇ ਇੱਕ ਗੀਤ ਦੇ ਬੋਲ। ਬਿਲਕੁਲ, ਮੈਂ ਫਿਰ ਪੁੱਛਦੀ ਹਾਂ, ਕੋਈ ਇੱਕ ਜਿਹੜਾ ਤੁਹਾਡਾ ਮਸ਼ਹੂਰ ਗੀਤ ਹੋਇਆ, ਹਾਂਜੀ ਜਿਹੜਾ ਪੰਜਾਬੀ ਗੀਤ ਮਸ਼ਹੂਰ, ਅੱਛਾ ਜੀ, ਉਹਦੇ ਬੋਲ ਹੋ ਜਾਣ ਸਾਂਝੇ। ਅੱਛਾ, ਹਾਂ ਮੈਂ ਇੱਕ ਐਸਾ ਗੀਤ ਦੇ ਰਿਹਾ ਜਿਹੜਾ ਕਿ ਪਰਮਿੰਦਰ ਸੰਧੂ ਨੇ ਰਿਕਾਰਡ ਕਰਾਇਆ, ਜਿਹਨੂੰ ਲੋਕ ਸੱਤ ਕਹਿੰਦੇ ਆ, ਵੀ ਪਹਿਲਾਂ ਜਦੋਂ ਖਤਮ ਹੁੰਦਾ ਉਹਦੇ ਆਉਂਦਾ ਬੰਦੇ ਦਾ ਬਣਦਾ ਕੀ ਬਣਦਾ, ਇੱਕ ਲੋਕ ਤੱਤ ਹੈ, ਉਸ ਨੇ ਰਿਕਾਰਡ ਕਰਾਇਆ, ਉਸ ਨੂੰ ਮੇਰੇ ਗੀਤਾਂ ਨੂੰ ਇਹਦੀਆਂ ਲਾਈਨਾਂ ਨੂੰ ਲੋਕਾਂ ਨੇ ਵੀ ਕੱਟਿਆ, ਫਿਰ ਉਸ ਤੋਂ ਬਾਅਦ 2 ਵਾਰੀ ਲੋਕਾਂ ਨੇ ਹੋਰ ਵੀ ਸਾਗਰ ਨੇ ਕਰਵਾ ਦਿੱਤਾ, ਹੋਰ ਵੀ ਕਿਸੇ ਨੇ ਕਰਵਾ ਦਿੱਤਾ, ਮੈਂ ਉਹ ਗੀਤ ਕਹਿ ਰਿਹਾ। ਉਹ ਮਿੱਤਰ ਪਿਆਰ ਕਰੀ ਜੇ ਥੋੜ ਨਾ ਹੋਵੇ ਨੋਟਾਂ ਦੀ, ਪੈਂਦੀ ਜਦੋਂ ਗਰੀਬੀ ਕੋਈ ਨਹੀਂ ਲੱਗਦਾ ਨੇੜੇ, ਉਹ ਵੀ ਚੁੱਪ ਚਪੀਤੇ ਚੜ ਗਏ ਗੱਡੀ ਰਾਤ ਦੀ, ਜਿਹੜੇ ਕਹਿੰਦੇ ਸੀ ਅਸੀਂ ਨਾਲ ਮਰਾਂਗੇ ਤੇਰੇ ਪਰਵਾਨੇ, ਨਾਲ ਮਰਾਂਗੇ ਤੇਰੀ ਜ਼ਿੰਦਗੀ ਦਾ ਕੀ ਪਰਵਾਸਾ, ਜੋ ਪਾਣੀ ਵਿੱਚ ਪਤਾਸਾ, ਚੱਕ ਲਓ ਹੋ ਜੂਗੀ ਜਦ ਉੜ ਗਿਆ ਭੌਰ, ਭੌਰ ਬਈ ਵਜੂ ਖੜਕਣ ਆਪੋ ਵਿੱਚੀ ਸੋਟੇ ਸਕਿਆਂ ਭਾਈਆਂ ਦੇ, ਵੰਡਣ ਜਦੋਂ ਜ਼ਮੀਨਾਂ ਪੈਂਦੇ ਬੜੇ ਪਵਾੜੇ, ਬੰਦਾ ਉਦੋਂ ਚੇਤੇ ਕਰਦਾ ਹੈ ਮਾਂ ਪਿਓ ਜਾਇਆਂ ਨੂੰ, ਜਦ ਕੋਈ ਪੁੱਤ ਵਗਾਨਾ ਮੂਹਰੇ ਤੋਂ ਬਲਕਾਰੇ ਕਹਿੰਦਾ ਨਿਕਲ, ਧੀਆਂ ਉਸੇ ਵੇਲੇ ਚੇਤੇ ਕਰਦੀਆਂ ਮਾਪਿਆਂ ਨੂੰ, ਸਹੁਰੇ ਗਈ ਨੂੰ ਜੇਕਰ ਘਰ ਵਾਲਾ ਦੁਰਕਾਰੀ, ਜਿਹਦੀ ਭੈਣ ਕੋਈ ਨਹੀਂ ਉਹ ਵੀ ਅੱਖਾਂ ਭਰ ਲੈਂਦਾ, ਜਿੱਦਣ ਰੱਖੜੀਆਂ ਵਧਾਉਂਦੇ ਲੋਕੀ ਸਾਰੇ, ਕਹਿੰਦਾ ਪਿਓ ਨੂੰ ਇਸੇ ਗੁਰੋਂ ਪੁੱਤ ਪਿਆਰੇ ਹੁੰਦੇ ਨੇ, ਕਿ ਦੁਨੀਆਂ ਔਤਰਿਆਂ ਦੀ ਥਾਂ 'ਤੇ ਮੱਲਾਂ ਮਾਰੇ, ਮਾਤਾ ਪੁੱਤਰ ਨੂੰ ਕੁਲਦੀਪ ਪੁੱਤਰ ਨੂੰ ਮਾਤਾ ਪੁੱਤਰ ਨੂੰ ਮਾਰ ਕੇ ਵੀ ਨਹੀਂ ਵਿਸਰਦੀ, ਬਾਕੀ ਦੁਨੀਆਂ ਵਾਲੇ ਭੁੱਲ ਜਾਣਗੇ ਸਾਰੇ, ਕਿਉਂ ਕਰਦਾ ਮੇਰੀ ਮੇਰੀ ਤੂੰ ਅੰਤ ਖਾਕ ਦੀ ਢੇਰੀ, ਚੱਕ ਲਓ ਹੋ ਜੂਗੀ ਜਦ ਉੜ ਗਿਆ ਭੌਰ, ਭੌਰ ਬਈ ਵਜੂ। ਅਗਲੀ ਗੱਲ ਐ, ਪਰ ਹੁਣ ਤਾਂ ਉਹ ਵੀ ਪਤਾ ਜ਼ਮਾਨਾ ਲੰਘ ਗਿਆ, ਰਹੀ ਵੇਖੀ ਦੁਨੀਆਂ ਦੇ ਵਿੱਚ ਐਸੀ ਅਜਬ ਕਹਾਣੀ, ਵੇਖੀ ਕਾਲਯੁਗ ਦੇ ਵਿੱਚ ਐਸੀ ਅਜਬ ਕਹਾਣੀ, ਰਹਿੰਦੀ ਦੁਨੀਆਂ ਵਿੱਚੋਂ ਪਿਆਰ ਉਡਾਰੀ ਮਾਰ ਗਿਆ, ਆਪਣੇ ਹੋਏ ਪਰਾਏ ਖੂਨ 'ਚ ਪੈ ਗਿਆ ਪਾਣੀ, ਆਪਣੇ ਹੋਏ ਪਰਾਏ ਖੂਨ 'ਚ ਪੈ ਗਿਆ ਪਾਣੀ, ਹੁਣ ਪਰਵਾਨਿਆਂ ਤੇਰਾ ਇੱਕੋ ਹੀ ਰੱਬ ਸਹਾਰਾ ਏ, ਝੂਠੀ ਦੁਨੀਆਂ ਦੀ ਭੁੱਲ ਜਾ ਪ੍ਰੀਤ ਪੁਰਾਣੀ, ਕੋਈ ਹੈ ਨਹੀਂ ਤੇਰਾ ਬੇਲੀ, ਆਖਰ ਨੂੰ ਜਾਂਦਾ ਹਕੇਲੀ, ਕਿਉਂ ਕਰਦਾ ਮੇਰੀ ਮੇਰੀ ਤੂੰ ਅੰਧ ਖਾਕ ਦੀ ਢੇਰੀ, ਚੱਕ ਲਓ ਹੋ ਜੂਗੀ ਜਦ ਉੜ ਗਿਆ ਭੌਰ, ਭੌਰ ਬਈ ਵਜੂ। ਕਿਆ ਬਾਤ ਹੈ ਪਰਵਾਨਾ ਸਾਹਿਬ, ਸੱਚੀ ਮੁੱਚੀ ਨਾ ਤੁਹਾਡੇ ਜਜ਼ਬੇ ਨੂੰ ਤਾਂ ਮੈਂ ਵਾਰ ਵਾਰ ਸਲਾਮ ਹੀ ਕਰ ਸਕਦਾ ਜੀ, ਪਰ ਮੈਂ ਨਾ ਇੱਕ ਹੋਰ ਚੀਜ਼ ਦੀ ਦਾਤ ਦੇਣਾ ਚਾਹੁੰਦੀ ਹਾਂ ਵੀ ਚਾਹੇ ਉਮਰ ਅੱਜ 80 ਤੋਂ ਉੱਪਰ ਹੈ ਪਰ ਫਿਰ ਵੀ ਜਿਹੜੀ ਯਾਦ ਸ਼ਕਤੀ ਹੈ, ਜਿਸ ਹਿਸਾਬ ਦੇ ਨਾਲ ਗੀਤ ਇਹਨਾਂ ਨੇ ਜਜ਼ਬ ਕੀਤੇ ਹੋਏ ਨੇ ਆਪਣੇ ਅੰਦਰ, ਜਿਸ ਹਿਸਾਬ ਦੇ ਨਾਲ ਗੀਤਾਂ ਦੇ ਬੋਲ ਚੇਤੇ ਨੇ, ਵਾਕਈ ਕਮਾਲ ਕਰ ਤੇ ਜਿਹੜਾ ਭੌਰ ਉੱਡਣ ਤੋਂ ਪਹਿਲਾਂ ਕੁਝ ਸੋਚ ਲੈ ਗਈ, ਵਾਕਈ ਸੋਚ ਤੇ ਬਹੁਤ ਸਾਰੇ ਭੌਰ ਉੱਡ ਗਏ ਆ ਤੇ ਇਹ ਉੱਡਣ ਦੀ ਤਿਆਰੀ ਦੇ ਵਿੱਚ ਆ, ਮਾਫ ਕਰਨਾ ਇਹ ਗੱਲ ਕੌੜੀ ਆ, ਕੋਈ ਵੀ ਬੰਦਾ ਇਸ ਦੁਨੀਆਂ ਤੋਂ ਜਾਣਾ ਨਹੀਂ ਚਾਹੁੰਦਾ, ਪਤਾ ਮੇਰਾ ਵੀ ਨਹੀਂ ਕਿ ਮੈਂ ਅਗਲੇ 5 ਮਿੰਟਾਂ ਦੇ ਵਿੱਚ ਰਹਿਣਾ ਜਾਂ ਨਹੀਂ ਰਹਿਣਾ, ਇਹ ਪ੍ਰੋਗਰਾਮ ਚੱਲਣ ਤੱਕ ਮੇਰਾ ਕੀ ਹੋਣਾ ਮੈਨੂੰ ਕੀ ਪਤਾ, ਪਰ ਦਿਸ ਰਿਹਾ
ਜੋ ਕੁਝ ਅਸੀਂ ਦੇਖਿਆ, ਤੇ ਜੇ ਕਿਸੇ ਨੂੰ ਵੀ ਕੋਈ ਸ਼ੱਕ ਆ ਤਾਂ ਆ ਕੇ ਪ੍ਰਤਾਪਪੁਰੇ ਵਾਲੀ ਕਲੋਨੀ ਦੇ ਵਿੱਚ ਇਹਨਾਂ ਦੇ ਕਮਰੇ ਨੂੰ ਦੇਖ ਲਿਓ, ਤੇ ਉਸ ਤੋਂ ਬਾਅਦ ਤੁਸੀਂ ਆਪਦਾ ਫੈਸਲਾ ਆਪੇ ਕਰ ਲਿਓ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ, ਸਾਨੂੰ ਜ਼ਰੂਰ ਸੋਝੀ ਤੋਂ ਫੈਸਲਾ ਲੈਣਾ ਚਾਹੀਦਾ ਹੈ, ਬਾਅਦ ਵਿੱਚ ਪਛਤਾਵਾ ਕਰਨ ਦੇ ਗੱਲਾਂ ਕਰਨ ਦੇ ਕੋਈ ਫਾਇਦਾ ਨਹੀਂ ਹੁੰਦਾ। ਅੱਗੇ ਮੈਟਣਾ ਜੀ ਦੱਸਣ ਲੱਗਿਆ ਗੱਲ, ਇਸ ਇਲਾਕੇ ਵਿੱਚ ਇਹ ਜਿੱਥੇ ਮੈਂ ਹੋਰ ਵੀ ਰਿਹਾ ਸ਼ਮਲਾਪੁਰੀ, ਇੱਥੇ ਹੋਰ ਵੀ ਜਿੱਥੇ ਜਿੱਥੇ ਕਿਰਾਏ ਦੇ ਮੈਂ ਧੱਕੇ ਖਾਧੇ ਆ, ਉੱਥੇ ਇਹ ਪਤਾ ਕਰੋ ਵੀ ਇਹ ਕਦੇ ਤੁਸੀਂ ਇਹਦੀ ਪੀਤੀ ਦੇਖੀ ਹੈ ਜਾਂ ਕਿਸੇ ਨੇ ਇਹ ਕਦੇ ਕੁਛ ਦੇਖੀ ਹੈ ਵੀ ਇਹ ਕਿਸੇ ਨੂੰ ਉੱਚਾ ਹੋਏ ਕਹਿ ਗਿਆ, ਜੇ ਇਹਨੂੰ ਗਾਲਾਂ ਨਹੀਂ ਕੋਈ ਗਾਲ ਕੇ ਕੱਢ ਗਿਆ ਇਹਨੇ ਮਾਫ਼ੀ ਮੰਗੀ ਆ। ਅੱਛਾ ਭਰਾ, ਮੈਂ ਅੱਗੇ ਵਾਸ ਤੇ ਤੋਂ ਮਾਫ਼ੀ ਮੰਗਦਾ, ਤੂੰ ਤਕੜਾ ਮੈਂ ਮਾੜਾ, ਔਰ ਕਦੇ ਵੀ ਮੈਂ ਜੇ ਮੈਂ ਇੰਨਾ ਕੁ ਪੀ ਕੇ ਸੌਂ ਗਿਆ ਰੋਟੀ ਦਾ ਮਹਾਰਾਜਾ ਸਹਾਰਾ ਲੈ ਕੇ, ਤਾਂ ਕਲੇਰ ਜਾਂ ਕੁਲਦੀਪ ਦੱਸ ਦੇਵੇ ਮੈਂ ਰਾਤ ਨੂੰ ਪਰਵਾਨਾ ਕਦੇ ਉੱਠਿਆ ਬੈਠੇ ਜਾਇਆ, ਉੱਠਦਾ ਹੀ ਨਹੀਂ ਮੈਂ, ਸਵੇਰ ਨੂੰ ਚਾਹ ਪੀਣਾ ਆ ਕੇ ਆ ਲਓ ਭਾਈ ਗਲਾਸ ਅਤੇ ਪਰਮ ਸ਼੍ਰੀ ਵਾ ਚਲੋ ਬਸ। ਇਸ ਤੋਂ ਬਿਨਾਂ ਨਹੀਂ ਹੋਰ ਕੋਈ ਸ਼ਿਕਾਇਤ, ਹੋਰ ਆਰੰਭ ਆ ਇਸ ਇਲਾਕੇ 'ਚ ਬਤਾਸ ਦੇ ਇਲਾਕੇ ਦੇ ਵਿੱਚੋਂ ਦੱਸ ਦਿਓ ਵੀ ਪਰਵਾਨਿਆਂ ਦੇ ਬਾਰੇ ਕੋਈ ਸ਼ਿਕਾਇਤ ਕਿਸੇ ਨੂੰ, ਕੋਈ ਇਹਨੇ ਟਾਈਮ ਦਿੱਤਾ ਪਰਵਾਨਾ ਜੀ ਕਿੰਨਾ ਚਿਰ ਹੋ ਗਿਆ ਮੇਲੇ ਦੇ ਉੱਤੇ ਨੱਚਿਆਂ ਨੂੰ? ਬਸ ਇੰਨਾ ਹੀ ਹੋ ਗਿਆ, ਜਿੰਨੇ 9 ਮਹੀਨੇ ਨੂੰ ਮੇਲੇ 'ਤੇ ਨਹੀਂ ਗਿਆ ਉਨਾ ਹੀ ਨੱਚਿਆਂ ਨੂੰ ਜੀ ਕਰਦਾ ਜੰਪ ਮੈਂ 20 ਮਾਰੇ ਯਾਰ ਨੌਨ ਸਟੋਪ। ਅੱਛਾ, ਉਹ ਮੈਂ ਕਹਿੰਦਾ ਬਈਆਂ ਹੈਰਾਨ ਹਾਂ ਵੀ ਇੱਕ ਬੁੱਢਾ ਇਨਸਾਨ ਪਰਵਾਨਾ ਵੀ ਇਸ ਤਰ੍ਹਾਂ ਇਹ ਇੰਨੇ ਜੰਪ ਕਿਵੇਂ ਲੈ ਜਾਂਦਾ। ਟਾਈਮ ਵੀ ਐਂ ਮਿਲਦਾ ਰਿਹਾ ਕਿ ਇੱਕ ਸਟੇਜ ਦੇ ਉੱਤੇ 3-3 ਵਾਰੀ ਮੇਰੀ ਵਰਦੀ ਦੇ ਲਾਹੀ ਹੋਈ ਲੋਕਾਂ ਨੇ ਪਵਾਈ ਆ ਵੀ ਫਿਰ ਲਾਓ ਫਿਰ ਆਓ, ਅਤੇ ਹੁਣ ਨੱਚਣ ਨੂੰ ਜੀ ਕਰਦਾ ਪਰ ਮੇਰੀ ਮੈਂ ਇਸ ਕਮਰੇ ਵਿੱਚ ਦਿਨੇ ਦਾ ਪੈ ਕੇ ਜਦ ਬਾਹਰ ਨਿਕਲਦਾ ਤਾਂ ਲੱਤਾਂ ਵੀ ਖੜ ਜਾਂਦੀਆਂ ਨੇ, ਇੱਥੋਂ ਵੀ ਪੈਰਾਂ ਵਿੱਚ ਨੁਕਸ ਪੈਂਦੇ ਆ, ਆਹ ਜੁੱਤੀ ਮੈਂ ਤਾਂ ਲਾਉਣਾ ਇਹ ਰਬੜ ਦੀ ਜੁੱਤੀ ਆਹ ਕੀ ਹੋਣ ਲੱਗਿਆ, ਇਹ ਇਹਨਾਂ ਨੇ ਪੁੱਛੇ ਵੀ ਕਿਉਂ ਨਹੀਂ ਪਾਉਂਦਾ ਆਹਦੇ ਕੀ ਹੋਇਆ, ਇਹ ਪੈਰ ਸੁੱਜਾ ਜਾਂਦਾ ਦੋਨੋਂ ਪਹਿਲਾਂ ਨੂੰ ਇਹਦੇ ਨਾਲ ਆਉਂਦਾ ਕੱਪੜੇ ਪਾਉਣਾ ਉਹਦੇ ਨਾਲ। ਤੁਹਾਨੂੰ ਇਉਂ ਨਹੀਂ ਲੱਗਦਾ ਕਿ ਜਿਹੜੇ ਅਸੀਂ ਪੰਜਾਬੀ ਸਰੋਤੇ ਹਾਂ, ਪੰਜਾਬੀ ਲੋਕ ਹਾਂ, ਦਰਸ਼ਕ ਹਾਂ, ਪਾਠਕ ਹਾਂ, ਉਹ ਹੱਲਾਸ਼ੇਰੀ ਬਹੁਤ ਦਿੰਦੇ ਹਾਂ ਵੀ ਸਿਰਾ ਲਾਤਾ ਕਮਾਲ ਕਰਤੀ ਹੋਰ ਕੁਛ ਨਹੀਂ ਕਰੋ ਹੋਰ ਗੀਤ ਗਾਓ, ਮੈਂ ਸਮਝਦਾ ਬਸ ਉਹ ਰਹਿ ਦੇਣ ਜੋਗੇ ਆ, ਤੁਹਾਨੂੰ ਇਹ ਨਹੀਂ ਲੱਗਦਾ? ਪੈਸਾ ਕਈ ਵਾਰੀ ਐਸਾ ਹੁੰਦਾ ਜੀ ਪੈਸੇ ਵਾਲੇ ਹੁੰਦੇ ਆ ਉੱਥੇ ਢੇੜੀਆਂ ਲਾ ਦਿੰਦੇ ਆ, ਪਰ ਇਹ ਵੀ ਕਈ ਵਾਰੀ ਐਸਾ ਹੁੰਦਾ ਤਾੜੀਆਂ ਬੋਲੇ ਤੇ ਤਾੜੀਆਂ ਦੇ ਨਾਲ ਢਿੱਡ ਨਹੀਂ ਚੱਲਦਾ ਕਦੇ ਵੀ ਨਹੀਂ, ਤਾੜੀਆਂ ਦੇ ਨਾਲ ਪੀਪੇ ਦੇ ਵਿੱਚ ਆਟਾ ਨਹੀਂ ਹੁੰਦਾ, ਤਾੜੀਆਂ ਦੇ ਨਾਲ ਬਿਜਲੀ ਦਾ ਬਿੱਲ ਨਹੀਂ ਜਾਂਦਾ, ਕਮਰੇ ਦਾ ਕਿਰਾਇਆ ਨਹੀਂ ਦਿੰਦਾ, ਇਹ ਲੋਕ ਇੱਕ ਬਹਾਨਾ ਕਰਦੇ ਆ ਵੀ ਜੇ ਤੁਸੀਂ ਸੁਣੋਗੇ ਕਹਿੰਦਾ ਵੀ ਉਹ ਦਾਰੂ ਇਹਨੂੰ 10,000 ਰੁਪਏ ਦੇ ਦਿੰਦੇ ਉਹ ਪੀ ਜਾਊਗਾ, ਇਹ ਉਹਨਾਂ ਨੂੰ ਉਹ ਸਿਰਫ ਕਈ ਐਸੇ ਵੀ ਮੇਰੇ ਮਿੱਤਰ ਨੇ ਗਾਉਣ ਵਾਲੇ ਜਿਹੜੇ ਮੇਰੀ ਕਲਾ ਤੋਂ ਖਿੱਚਦੇ ਆ, ਉਹ ਉਸ ਗੁੱਸੇ 'ਚ ਕਹਿ ਜਾਂਦੇ ਵੀ ਇਹਨੂੰ ਇਹਦੀ ਮਦਦ ਹੋਣੀ ਨਹੀਂ ਚਾਹੀਦੀ, ਪਰ ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿਤਾ ਵੀ ਮੈਂ 6 ਮਹੱਲੇ ਬਦਲ ਚੁੱਕੇ ਹਾਂ, ਕੋਈ ਇਹ ਸਾਬਤ ਕਰੇ ਵੀ ਇਹਨੇ ਇਸ ਬੰਦੇ ਨੇ ਕਦੇ ਦਿਨੇ ਦੇ ਟੱਚ ਕੀਤੀ ਆ ਜਾਂ ਕਿਸੇ ਨੂੰ ਉਹ ਕਹਿ ਗਿਆ ਜਾਂ ਇਹਦਾ ਮੁਸ਼ਕ ਵੀ ਆ ਗਿਆ ਜਿਵੇਂ ਸੌਣ ਲੱਗਿਆ ਉਹ ਵੀ ਜੇ ਨਹੀਂ ਪੈਸੇ ਨਾ ਸੀ। ਦੇਖੋ ਟਾਣਾ ਸਾਹਿਬ, ਮੈਂ ਨਾ ਇੱਕ ਚੀਜ਼ ਦੇ ਨਾਲ ਜ਼ਰੂਰ ਸਹਿਮਤ ਹੁੰਦੀ ਹਾਂ ਜ਼ਿੰਦਗੀ ਦੇ ਵਿੱਚ, ਠੀਕ ਆ ਮੈਂ ਬਾਰ ਬਾਰ ਇਹ ਗੱਲ ਕਹਿੰਦੀ ਹਾਂ ਵੀ ਨਸ਼ਾ ਕੋਈ ਨਹੀਂ ਕਰਨਾ ਚਾਹੀਦਾ, ਸ਼ਰਾਬ ਬੇਹੱਦ ਮਾੜੀ ਚੀਜ਼ ਆ, ਉਹ ਨਹੀਂ ਪੀਣੀ ਚਾਹੀਦੀ, ਪਰ ਚੰਗਾ ਪੂਰਨ ਤੌਰ 'ਤੇ ਇਸ ਦੁਨੀਆਂ 'ਚ ਕੋਈ ਵੀ ਨਹੀਂ, ਔਰ ਇਹਨਾਂ ਦੀ ਇਹ ਗੱਲ ਬਿਲਕੁਲ ਸਹੀ ਹੈ ਵੀ ਉਹ ਤਾਂ ਜ਼ਿਆਦਾ ਮਾੜੀ ਹੋਏਗੀ ਜੇਕਰ ਇਹ ਪੀ ਕੇ ਖਰਾਬਾ ਕਰਦੇ ਹੋਣ ਕਿਸੇ ਨੂੰ ਤੰਗ ਪਰੇਸ਼ਾਨ। ਕਿਸੇ ਇਲਾਕੇ ਵਿੱਚ ਵੀ ਕੋਈ ਰਿਪੋਰਟ ਲੈ ਲਓ ਵੀ ਇਹਦੇ ਉੱਤੇ ਅੱਜ ਤੱਕ ਕਿਸੇ ਥਾਣੇ ਵਿੱਚ ਕਿਤੇ ਸਤਗੁਣਾ ਦੀ ਦਰਖਾਸਤ ਹੈ ਕੋਈ? ਆਪਾਂ ਇੱਕ ਵਕਫਾ ਲੈ ਕੇ ਜੀ ਆਪਾਂ ਵਕਫਾ ਲੈ ਲਈਏ, ਬਾਕੀ ਦੀ ਗੱਲ ਫਿਰ ਅੱਗੇ ਤੋਰਦੇ ਹਾਂ। ਜੱਜ ਦਾ ਵਿਚਾਰ। ਬਾਪੂ ਜੀ ਮੈਨੂੰ ਇੱਕ ਗੱਲ ਦੱਸਿਓ ਵੀ ਤੁਸੀਂ ਸਟੇਜ ਜਦੋਂ ਕਰਦੇ ਸੀ, ਜਦੋਂ ਜਿਸ ਵੇਲੇ ਮੇਲਿਆਂ ਦੇ ਵਿੱਚ ਸਟੇਜਾਂ ਦੇ ਉੱਪਰ ਤੁਸੀਂ ਭੰਗੜਾ ਪਾਉਂਦੇ ਸੀ, ਨੱਚਦੇ ਸੀ, ਤੁਸੀਂ ਘੁੰਡ ਕੱਢ ਕੇ ਵੀ ਨੱਚਦੇ ਰਹੇ ਹੋ? ਘੁੰਡ ਕੱਢ ਕੇ ਨੱਚਦੇ ਰਹੇ ਹਾਂ, ਦੁਨੀਆਂ ਨੂੰ ਮੈਂ ਖੁਸ਼ ਕੀਤਾ ਇੰਨਾ ਬਹੁਤ ਜ਼ਿਆਦਾ। ਜੀ ਕਿਸ ਕਿਸ ਤਰ੍ਹਾਂ ਦਾ ਨਾਚ ਪੇਸ਼ ਕਰਦੇ ਹੁੰਦੇ ਸੀ?
ਉਹ ਸੀ ਪੀੜ ਦਾ ਗੀਤ ਹੁੰਦਾ ਸੀ। ਮੈਨੂੰ ਫਿਕਰ ਇਹ ਆ ਵੀ ਵਿਚਾਰੇ ਉਹ ਬੈਠੇ ਆ ਕਲੇਰ ਅਤੇ ਇਹਨਾਂ ਦਾ ਪਰਿਵਾਰ ਆ ਵਿਚਾਰੇ, ਇਹਨਾਂ ਦੇ ਬੈਠਿਆਂ ਕਰਕੇ ਮੈਨੂੰ ਦੁੱਖ ਹੁੰਦਾ ਹੈ। ਮੈਨੂੰ ਆਪਣੀ ਟਾਈਮ ਦੀ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਟਾਈਮ ਲੱਗ ਜਾਵੇ। ਉਹ ਕੀ ਸੀ ਆ, ਸ਼ਰਧਾ ਦੇ ਨਾਲ ਦੋਵੇਂ ਹੱਥ ਜੋੜ ਕੇ ਚਰਨਾਂ 'ਤੇ ਸੀਸ ਨਿਵਾਜਾ, ਇਹ ਸਾਰੇ ਦੁੱਖ ਮੁੱਕ ਜਾਣਗੇ ਮੇਰੇ ਪੀਰ ਦੇ, ਇਸ ਪੀਰ ਦੇ ਦੁਆਰੇ ਉੱਤੇ ਆ ਜਾ, ਸਾਰੇ ਦੁੱਖ ਮੁੱਕ ਜਾਣਗੇ। ਗਾਹਾਂ ਨਾਲ ਹੀ ਫਿਰ ਬਦਲ ਜੋਗੀਆਂ ਦੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਹੋਏ 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 ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਵਿੱਚ ਦੀ ਚੰਨਾਂ ਵੀ ਤੇਰਾ ਮੂੰਹ ਦਿਸਦਾ, ਜਿੱਧਰੋਂ ਦੀ ਵੇਖ ਭਮੇਰੀ ਬਾਲਾ ਭਮੇਰੀ ਭਮੇਰੀ ਬਹੁਤ ਜ਼ਿਆਦਾ, ਜਿੱਧਰੋਂ ਦੀ ਵੇਖਾਂ ਮੈਨੂੰ ਤੂੰ ਦੱਸਦਾ, ਤਾਰਾ ਅੰਬਰਾਂ 'ਤੇ ਕੋਈ ਕੋਈ ਹੈ, ਬਾਬਾ ਮੇਰੇ ਫਿਰੇ ਹੰਝੂ ਪੂੰਝਦਾ, ਜਿਹੜਾ ਮਹਾ ਮਹੰਤ ਬੈਠਾ ਅੱਖ ਤੇਰੀ ਵੀ ਰੋਈ ਹੋਈ ਹੈ, ਉਹ ਫਿਰ ਨੋਟ ਸੁਣਦਾ। ਉਹਦੇ ਬਾਅਦ ਇਸ ਤੋਂ ਬਾਅਦ ਐਂਡ ਆਉਂਦਾ, ਐਂਡ ਦੇ ਵਿੱਚ ਮੈਂ ਇਸ ਸਟੈਪ ਹਾਂ, ਐਂਡ ਦੇ ਉੱਤੇ ਕਈ ਜਾਣੀ ਤਰਜ਼ਾਂ ਬਦਲੀ ਜਾਂਦੀਆਂ, ਇਸ ਗੀਤ ਤਰਜ਼ਾਂ ਬਦਲ ਜਾਂਦੀਆਂ। ਮੈਂ ਨੱਚ ਕੇ ਲੋਕਾਂ ਭਮੇਰੀ ਬਣਦਾ, ਕਦੇ ਕਦੇ ਨਖਰੇ ਕਰਦਾ, ਕਿੰਨੀ ਵਧੀਆ ਗੱਲ ਹੈ, ਕਦੇ ਕਦੇ ਮੈਂ ਨਖਰੇ ਕਰਦਾ, ਨਖਰੇ ਕਰ ਨਖਰਾ ਬਹੁਤ ਨਖਰਾ ਬਹੁਤ ਨਖਰਾ। ਇਸ ਗੱਲ ਨੂੰ ਦੇਖ ਕੇ ਕੁਛ ਇੰਨੀਆਂ ਬੁੜੀਆਂ ਜਵਾਨੀਆਂ ਕੁੜੀਆਂ ਤਾੜੀਆਂ, ਉਹ ਤਾੜੀਆਂ ਇੰਨਾ, ਇਹ ਜਿਹੜਾ ਨੱਚਣ ਦਾ ਹੁਨਰ ਆ, ਹੁਣ ਮੈਂ ਗਾਣਾ ਵੇਲੇ ਇਹ ਵੈਸੇ ਦੇਖ ਦੇਖ ਕੇ ਹੌਲੀ ਹੌਲੀ ਗਿਝਦਿਆਂ ਹੋ ਗਿਆ, ਗਿਝਦਿਆਂ ਗਿਝਦਿਆਂ ਹੋ ਗਿਆ। ਹੁਣ ਮੈਂ ਮੇਲਿਆਂ 'ਤੇ ਜਾਣ ਤੋਂ ਵੈਸੇ ਸਿਹਤ ਵੀ ਨਹੀਂ ਹੈ, ਦਿਲ ਨਹੀਂ ਕਰਦਾ, ਅਤੇ ਉੱਦਾਂ ਵੀ ਤੰਦਰੁਸਤ ਵੀ ਨਹੀਂ ਹੈ। ਇੱਕ ਇਹ ਮੈਂ ਤਾਂ ਨਹੀਂ ਜਾਂਦਾ ਵੀ ਜਦ ਮੈਂ ਆ ਕੇ ਨੱਚਦਾ ਸੀਗਾ ਭੰਗੜੇ ਪਾਉਂਦਾ ਸੀ, ਤਾਂ ਹੁਣ ਮੈਂ ਜਾ ਕੇ ਮੇਰੇ ਤੋਂ ਖੜ੍ਹਾ ਨਹੀਂ ਹੋ ਹੋਣਾ, ਅਤੇ ਲੋਕ ਮੈਨੂੰ ਮਜ਼ਾਕ ਮੇਰਾ ਨਹੀਂ ਨਹੀਂ। ਚਲੋ ਉਹ ਤਾਂ ਬਾਪੂ ਜੀ, ਸਾਰੀ ਉਮਰ ਤਾਂ ਕਿਸੇ ਤੋਂ ਨੱਚਿਆ ਨਹੀਂ ਜਾਂਦਾ, ਕਿਸੇ ਤੋਂ ਗਾਇਆ ਨਹੀਂ ਜਾਂਦਾ, ਲੋਕਾਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਆ, ਉਹਦੀ ਤਾਂ ਬੜੀ ਪਰਵਾਹ ਕਰਿਆ ਕਰੋ। ਬਸ ਆਹ ਹੈ, ਲੋਕੀਆਂ ਕੋਲ ਲੋਕੀ ਜਿਵੇਂ ਤੁਹਾਨੂੰ ਕਹਿੰਦੇ ਬਈ ਉਸਨੂੰ ਅਸੀਂ ਮਦਦ ਜਿਹਨਾਂ ਕਰਨੀ ਆ ਉਹ ਉਹਨਾਂ ਨੇ ਕਰ ਜਾਣੀ। ਪਰ ਬੇਨਤੀ ਮੇਰੀ ਇਹ ਆ ਵੀ ਜਿਹੜੇ ਵੱਖ ਵੱਖ ਸਮਾਜਿਕ ਸੰਸਥਾਵਾਂ ਜਾਂ ਲੁਧਿਆਣੇ ਦੇ ਵਿੱਚ ਇੰਨੀਆਂ ਸੱਭਿਆਚਾਰਕ ਸੰਸਥਾਵਾਂ ਬਣੀਆਂ, ਉਹਨਾਂ ਨੇ ਨਹੀਂ ਕਦੇ ਆਖਿਆ ਵੀ ਤੁਸੀਂ ਇੰਨੇ ਗੀਤ ਲਿਖੇ ਆ ਅਤੇ ਆਓ ਤੁਹਾਡਾ ਅਸੀਂ ਸਨਮਾਨ ਕਰਦੇ ਹਾਂ, ਨਹੀਂ ਗਾਇਆ ਜਾਂਦਾ ਨਾ ਗਾਓ, ਤੁਸੀਂ ਆ ਹੀ ਜਾਓ। ਇਹ ਤੁਸੀਂ ਕਹਿੰਦੇ ਸਾਰੇ ਹੀ ਆ, ਜਿਹੜਾ ਕਿਸਮਤ 'ਚ ਨਹੀਂ ਉਹ ਨਹੀਂ ਹੁੰਦਾ। ਇੱਥੇ ਦਿਲਦਾਰ ਵੀ ਆਇਆ ਘਰ ਮੇਰੇ ਆਇਆ, ਬਾਕੀ ਰਵਨੀਕ ਬਿੱਟੂ ਆ, ਇਹਨੇ ਅਨਾਊਂਸ ਕੀਤਾ ਪਿੱਛੇ ਆਪਣੇ ਇੱਕ ਪਿੰਡ ਬੱਗੇ ਵੀ ਜੇ ਅਸੀਂ ਪ੍ਰਜਾਤਾ ਸਿੰਘ ਪਰਵਾਨੇ ਦਾ ਸਨਮਾਨ ਕਰਨਾ ਚਾਹੁੰਦੇ ਹਾਂ, ਵੀ ਜੇ ਇੱਥੇ ਹੈਗਾ ਤਾਂ ਪਹੁੰਚ ਜਾਵੇ। ਮੈਨੂੰ ਪਤਾ ਨਹੀਂ ਲੱਗਿਆ ਮੈਂ ਗਿਆ ਨਹੀਂ, ਫਿਰ ਤੁਸੀਂ ਪਤਾ ਜਦੋਂ ਲੱਗ ਜਾਂਦਾ ਤੁਸੀਂ ਫਿਰ ਵੀ ਨਹੀਂ ਜਾਂਦੇ ਗਏ, ਤਾਂ ਮਾੜੀ ਗੱਲ ਤੁਹਾਡੇ ਲਈ ਪਹੁੰਚ ਨਹੀਂ ਹੁੰਦਾ। ਹੁਣ ਸਿਹਤ ਦੀ ਲੱਤਾਂ ਦੀ ਪੈਰਾਂ ਦੀ ਕਮਜ਼ੋਰੀ ਆ। ਮੈਨੂੰ ਰਵਨੀਕ ਦਾ ਬਿੱਟੂ ਨੇ ਆਖਿਆ ਸਾਡੇ ਦਫ਼ਤਰ ਪਹੁੰਚ ਜਾ, ਮੈਂ ਹਜੇ ਮੇਰੀ ਲੱਤਾਂ ਪੈਰਾਂ ਵਿੱਚ ਮੈਂ ਭੱਜਣ ਦੀ ਆਦਤ ਨਹੀਂ ਹੈ, ਕਹਿੰਦੇ ਅਸੀਂ ਜਿੱਦਣ ਅਸੀਂ ਆਵਾਂਗੇ ਤੈਨੂੰ ਮਿਲ ਦਾਂਗੇ। ਪਰ ਆਹ ਸਰਪੰਚ ਨੂੰ ਆਖਿਆ, ਇਹ ਘੋਲ ਕਰੀ ਜਾਂਦਾ ਉਹਨਾਂ ਨੂੰ ਕਹਿਣ ਦੀ, ਮੇਰੀ ਬੇਨਤੀ ਦੇ ਹੈ, ਬੇਨਤੀ ਉਹਨਾਂ ਦੇ ਦਫ਼ਤਰ 'ਚ ਪਈ ਹੈ ਮੇਰੀ, ਵੀ ਆਹ ਹਾਲਤ ਹੈ, ਇਹ ਹੈ, ਉਹ ਕਹਿੰਦੇ ਉਹ ਕਹਿੰਦੇ ਅਸੀਂ ਮਦਦ ਕਰਾਂਗੇ ਆਵਾਂਗੇ, ਪਰ ਉਹ ਨਹੀਂ ਪਹੁੰਚੇ ਨਹੀਂ ਪਹੁੰਚੇ। ਇੱਕ ਦਿਨ ਆਏ ਆ, ਮੈਂ ਘਰ ਨਹੀਂ ਸੀ, ਮੈਂ ਗਿਆ ਸੀ ਕਿਤੇ। ਕੋਈ ਬੁਢਾਪਾ ਪੈਨਸ਼ਨ ਵਗੈਰਾ ਲੱਗੀ ਕਿ ਨਹੀਂ? ਨਹੀਂ ਲੱਗੀ, ਕੈਸੀ ਗੱਲ ਹੈ, ਬਸ ਇੱਕ ਉਹਦਾ ਆਧਾਰ ਕਾਰਡ ਹੈਗਾ ਔਰ ਬਬਲੂ ਆਏ ਬੈਠਾ, ਇਹਦੇ ਪਿੰਡ ਵਿੱਚ ਸਰਪੰਚ ਹੈ, ਉਹ ਕਹਿੰਦਾ ਮੈਂ ਫਾਰਮ ਭਰਾਉਣਾ, ਉਹਦੇ ਕੋਲ ਵੀ ਇਹਨੂੰ ਕਹਿੰਦੇ ਕੁਦਰਤ ਨਹੀਂ, ਟਾਈਮ ਨਹੀਂ, ਈਦ ਪਿੱਛੋਂ ਕਿ ਤੰਬਾ ਫੂਕਣਾ, ਬਿਲਕੁਲ ਲੋੜ ਤਾਂ ਹੋਣ ਟਾਈਮ, ਉਦੋਂ ਉਹਨੂੰ ਵੀ ਟਾਈਮ ਨਹੀਂ ਲੱਗਦਾ, ਮੈਨੂੰ ਨਹੀਂ ਲੱਗਦਾ ਵੀ ਮੈਂ ਆਪਣੀ ਪੈਨਸ਼ਨ ਲਵਾ ਲਵਾਂ, ਪੈਨਸ਼ਨ ਨਹੀਂ ਹੁਣ ਤੱਕ ਲੱਗੀ, ਕੈਸੀ ਕਰਦਾ ਨਹੀਂ, ਹੋ ਫੋਰ ਜਾਂ 1500-2000 ਹੋ ਜਾਂਦੀ ਆ, ਉਹ ਵੀ ਨਹੀਂ ਲਵਾ ਹੋਏ, 82 ਸਾਲ ਦੀ ਉਮਰ ਹੋ ਗਈ।
ਜਿਹੜੇ ਤੁਹਾਨੂੰ ਹੁਣ ਤੱਕ ਸਨਮਾਨ ਮਿਲਦੇ ਰਹੇ ਆ, ਵੱਡੇ ਵੱਡੇ ਸ਼ੀਲਡਾਂ, ਵੱਡੀਆਂ ਵੱਡੀਆਂ ਟਰੋਫੀਆਂ, ਮੈਂ ਲੋਕਾਂ ਨੂੰ ਵੰਡ ਦਿੰਦਾ ਰਿਹਾ, ਕੋਈ ਸੰਭਾਲੀ ਨਹੀਂ। ਫੋਟੋਆਂ ਦੇਖੀਆਂ ਸਟੇਜਾਂ ਦੀਆਂ, ਮੈਂ ਤਾਸ਼ਾਂ ਦੀਆਂ ਤਾਸ਼ਾਂ ਮੈਂ ਉਹ ਵੀ ਨਹੀਂ ਸੰਭਾਲੀ ਕੋਈ, ਮੇਰੇ ਕੋਲ ਤਾਂ ਸਾਨੂੰ ਫੋਟੋ ਨਹੀਂ ਲੱਭਣੀ। ਤੁਹਾਡਾ ਕੋਈ ਰਿਕਾਰਡ ਤੁਹਾਡੇ ਕੋਲ ਹੈ ਸੰਭਾਲਿਆ? ਬਾਪ ਜੀ ਲੋਕਾਂ ਕੋਲ ਹੈਗੇ ਆ, ਆ ਨਾਲ ਹੀ ਠੇਕੇ ਦੇ ਉਰਲੇ ਪਾਸੇ ਉੱਥੇ ਰਿਕਾਰਡਾਂ ਵਾਲਾ ਹੈ, ਉਹਦੇ ਕੋਲ ਮੇਰੇ ਰਿਕਾਰਡ ਪਏ ਆ। ਅੱਛਾ ਬਾਪੂ ਜੀ, ਹੁਣ ਤੁਸੀਂ ਜੇ ਗਿਣਤੀ ਕਰਨੀ ਹੋਏ ਕਿੰਨੀਆਂ ਸਟੇਜਾਂ 'ਤੇ ਗਾ ਚੁੱਕੇ ਹੋ? ਗਿਣਤੀ ਹੈ ਹੀ ਨਹੀਂ, ਲੋਕਾਂ ਨੂੰ ਇਹ ਭੁਲੇਖਾ ਹੈ ਵੀ ਇਹਨੇ ਚਮਕੀਲੇ ਨੇ ਇਹਨੂੰ ਮਸ਼ਹੂਰ ਕੀਤਾ, ਨਹੀਂ ਪਹਿਲਾਂ ਛਿੰਦਾ ਗਾ ਚੁੱਕਿਆ, ਛਿੰਦੇ ਤੋਂ ਪਹਿਲਾਂ ਮੈਂ ਇਹਦੇ ਨਾਲ ਗਾਇਆ, ਮੈਂ ਇਹਦੀ ਟਰਾਈ ਲਵਾਈ ਐਚ ਐਮ ਬੀ ਜਹੀਰ ਅਹਿਮਦ ਸੀ ਉੱਥੇ, ਇਹਦੀ ਆਵਾਜ਼ ਆ ਗਈ। ਅਸੀਂ ਗਏ ਸੀ ਨੈਣੀਤਾਲ, ਉੱਥੇ ਅਸੀਂ ਗਏ, ਉੱਥੇ ਇਹਦੀ ਟਰਾਈ ਦਵਾਈ ਇਹਦੇ ਗਲ 'ਚ ਰੇਸ਼ਾ ਆ ਗਿਆ। ਜਹੀਰ ਅਹਿਮਦ ਕਹਿੰਦਾ ਵੀ ਕੁੜੀ ਦੀ ਆਵਾਜ਼ ਠੀਕ ਨਹੀਂ ਹੈ, ਕੋਈ ਹੋਰ ਲੈ ਆਈ ਕੁੜੀ, ਪਰਵਾਨਾ ਤੇਰੀ ਆਵਾਜ਼ ਠੀਕ ਹੈ। ਉਦੋਂ ਬਾਅਦ ਛੰਦੇ ਦੇ ਨਾਲ ਗਾਏ, ਉਦੋਂ ਬਾਅਦ ਛੰਦੇ ਤੋਂ ਬਾਅਦ ਫਿਰ ਚਮਕੀ ਆਉਂਦੀ ਹੈ। ਇੱਕ ਦੱਸੋ ਵੀ ਚਮਕੀਲੇ ਕੋਲ ਚਮਕੀਲਾ ਕਿਹੋ ਜਿਹਾ ਬੰਦਾ ਸੀਗਾ, ਤੁਸੀਂ ਤਾਂ ਮਿਲਦੇ ਗਿਲਦੇ ਰਹੇ ਹੋ। ਚਮਕੀਲਾ ਠੀਕ ਹੈ, ਪਹਿਲਾਂ ਨਰਮ ਜਿਹਾ ਮੁੰਡਾ ਸੀਗਾ, ਪਤਲਾ ਜਿਹਾ ਸੀਗਾ, ਮੇਰੀ ਬੱਸ ਸਟੈਂਡ ਦੇ ਉੱਤੇ ਖੋਖਿਆਂ 'ਤੇ ਦਾ ਬੋਲਡ ਗਿਆ ਸੀਗਾ, ਦਫ਼ਤਰ ਵੀ ਨਹੀਂ ਸੀਗੇ, ਕੀ ਹੈ ਧਿਆਨ ਸਿੰਘ ਕਮਲਕਸ਼ ਵੀ ਨਹੀਂ ਸੀਗਾ, ਪੁਲ ਵੀ ਨਹੀਂ ਸੀਗਾ, ਕੀ ਹੈ ਮਿਨੀ ਬੱਸ ਅੱਡਾ ਸੀਗਾ, ਮਿਨੀ ਮਹਿਲ ਉੱਥੇ ਮੇਰਾ ਦਫ਼ਤਰ ਸੀ, ਉੱਥੇ ਮੇਰੇ ਕੋਲ ਸੰਦੂਰ ਸਿਕੰਦਰ ਆਇਆ, ਉਹਦੇ ਉੱਥੇ ਮੇਰੇ ਤੋਂ ਮੇਰੇ 'ਤੇ ਇੱਕ ਮਿਸਟੇਕ ਹੋਈ ਬਹੁਤ ਤਕੜੀ, ਉਦੋਂ ਉਹਦਾ ਨਾਂ ਨਹੀਂ ਸੀ, ਪਰ ਉਹ ਮੇਰੇ ਕੋਲ ਚਮਕੀਲੇ ਦਾ ਨਾ ਸੰਦੂਰ ਸਿਕੰਦਰ। ਅੱਛਾ ਉਹ ਕਹਿੰਦਾ ਮੈਨੂੰ ਪਰਾਉਣੇ ਨੂੰ ਕਹੋ ਵੀ ਮੈਨੂੰ ਨਾਲ ਲੈ ਜਾਵੇ ਪ੍ਰੋਗਰਾਮ 'ਤੇ, ਉਹਨਾਂ ਮੇਰੀ ਵਾਪਸੀ ਦਿਓ, ਮੈਂ ਉਹਨੂੰ ਲੈ ਗਿਆ, ਗਏ ਵਿਹਲੇ, ਉੱਥੇ ਐਸੀ ਗਲਤੀ ਹੋਈ, ਮੈਂ ਕਿਹਾ ਵੀ ਮੁੰਡਾ ਨਵਾਂ ਹੈ, ਨਵਾਂ ਮੁੰਡਾ ਹੈ, ਕੋਈ ਹੋਰ ਕੌਣ ਹੈ ਕੌਣ ਨਹੀਂ, ਦੋ ਗੀਤ ਗਾ ਕੇ ਆਪੇ ਪਹੁੰਚ ਜਾਊਗਾ, ਮੈਂ ਉਹਨੂੰ ਵਹਾ ਕੇ ਵੀ ਲਿਆ, ਵਹਾ ਕੇ ਵੀ ਨਹੀਂ ਲੈ ਜਾ। ਅੱਛਾ ਉਹ ਕੁੜੀਆਂ ਨੂੰ ਵਹਾ ਲਿਆ, ਉਹ ਵਿਚਾਰਾ ਗਿੱਲਾਂ ਦੇ ਸਟੇਸ਼ਨ ਤੱਕ ਤੁਰ ਕੇ ਆਇਆ, ਉਹ ਇਹੀ ਗੱਲ ਉਹਨੇ ਜਾ ਕੇ ਫਿਰ ਟੀ ਵੀ 'ਤੇ ਆਖੀ ਹੈ ਮੇਰੇ ਵੱਲ, ਬਈ ਪਰਵਾਨੇ ਨੇ ਮੇਰੇ ਨਾਲ ਅੱਛੀ ਨਹੀਂ ਕੀਤੀ। ਹੁਣ ਮੈਂ ਉਹਦੇ ਕੋਲ ਜਾ ਕੇ ਆਇਆ, ਮੈਂ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਪਰਵਾਨਾ ਜੀ ਤੁਸੀਂ ਸਾਡੇ ਬਜ਼ੁਰਗ ਹੋ, ਮਾਫ਼ੀ ਨਾ ਮੰਗੋ, ਮੈਨੂੰ ਕਹਿੰਦਾ ਹੁਣ ਉਹ ਇੰਨਾ ਕਾਮਯਾਬ ਹੈ, 20 ਨੌਕਰ ਰੱਖੇ ਆ। ਉਹਦੇ ਨਾਲ ਨਹੀਂ, ਮੈਂ ਇੱਕ ਕੁੜੀ ਨਾਲ ਗਾ ਕੇ ਆ ਰਿਹਾ ਸੀਗਾ ਭਾਰਤ ਨਗਰ ਚੌਂਕ 'ਤੇ, ਮੇਰੀ ਕਾਰ ਮੂਹਰੇ ਸੀ ਉਹਦੀ ਪਿੱਛੇ ਸੀ, ਮੈਨੂੰ ਕਿਸੇ ਨੇ ਦੱਸਿਆ ਸੁੰਦਰ ਸੋਹਣੀਆਂ ਉਹਦੇ ਨਾਲ ਪਹਿਲੀ ਵਾਰੀ ਉਹ ਲੈ ਗਿਆ ਸੀਗਾ, ਮੇਰੇ ਨਾਲ ਕੁੜੀਆਂ ਹੋਰ ਸੀ ਦੋ, ਮੈਂ ਕਹਿੰਦੇ ਪਰਵਾਨਾ ਜੀ ਇੱਕ ਪਿੱਛੇ ਮੁੰਡਾ ਕਾਮਯਾਬ ਹੋ ਰਿਹਾ ਅੱਜ, ਕਹਿੰਦੇ ਕਿਹੜਾ, ਮੈਂ ਕਿਹੜਾ, ਕਹਿੰਦੇ ਅਮਰ ਚਮਕੀਲਾ, ਮੈਂ ਕਿੱਥੇ ਆ, ਕਹਿੰਦੇ ਪਿੱਛੇ ਚੱਕੋ, ਪਰਸੋਲਾ ਛੱਡਿਆ। ਉਦੋਂ ਬਾਅਦ ਉਹ ਕਾਮਯਾਬ ਹੋਣ ਲੱਗ ਪਿਆ, ਮੇਰੀਆਂ ਲੱਤਾਂ ਖੜਨ ਲੱਗ ਗਈਆਂ, ਮੈਂ ਬਿਮਾਰ ਪੈ ਗਿਆ, 2 ਸਾਲ ਮੈਂ ਭਾਰਤ ਆਪਣੇ ਕਿਹੜਾ ਟਾਈਗਰ ਕਲੋਨੀ ਵਿੱਚ ਮੈਂ ਦੋ ਢਾਈ ਸਾਲ ਮਤਲਬ ਲੱਤਾਂ ਲੱਤਾਂ ਦੇ ਖੜ ਗਈਆਂ, ਉਹ ਕਾਮਯਾਬ ਹੁੰਦਾ ਗਿਆ, ਜਿੱਦਣ ਉਹ ਮਰ ਗਿਆ ਉਦੋਂ ਬਾਅਦ ਮੈਂ ਉੱਠ ਕੇ ਕਾਮਯਾਬ ਹੋਣ ਲੱਗ ਪਿਆ, ਪਤਾ ਲੱਗ ਗਿਆ ਕਹਿੰਦੇ ਮੈਂ ਅੱਜ ਉਹਦੇ ਉੱਥੇ ਜਿੱਥੇ ਉਹ ਮਰੇ ਆ ਉੱਥੇ ਮੈਨੂੰ ਫਿਲਮ ਵਾਲੇ ਲੈ ਕੇ ਗਏ ਨੇ, ਉਹ ਮਹਿਸਮਪੁਰ ਉਸ ਥਾਂ 'ਤੇ ਮੈਂ ਗਾ ਕੇ ਆਇਆ, ਉੱਥੇ ਮੈਂ 2-3 ਵਾਰੀ ਮੈਨੂੰ ਲਿਜਾ ਚੁੱਕੇ, ਉੱਥੇ ਮੇਰੇ ਵਰਦੀਆਂ ਪਵਾ ਕੇ ਮੇਰਾ ਸਭ ਕੁਝ ਇੱਥੇ ਮਾਰਿਆ, ਆਹ ਕਣਕਾਂ ਸੀਗੀਆਂ ਇੱਥੇ, ਪਰ ਤੁਹਾਡੀ ਕੋਈ ਬਹੁਤੀ ਸਾਂਝ ਨਹੀਂ ਰਹੀ ਕਹਿਣ ਦਾ ਭਾਵ? ਹਾਂ ਨੇੜੇ ਨੇ ਜਿਹਾ ਉਹਦੇ ਚਮਕੀਲੇ ਦੇ ਮੇਲੇ ਆ, ਅਤੇ ਮੈਂ ਬਹੁਤ ਗਾਇਆ, 3 ਸਾਲ ਦਾ ਮੇਲਾ ਹੁਣੇ ਇੰਟਰਨੈਟ 'ਤੇ ਗਾਓ,
ਤੁਸੀਂ ਨਰਿੰਦਰ ਬੀਬਾ ਦੇ ਨਾਲ ਵੀ ਗਾਇਆ, ਭਾਵੇਂ ਥੋੜ੍ਹਾ ਸਮਾਂ ਗਾਇਆ, ਨਰਿੰਦਰ ਬੀਬਾ ਦੇ ਸੁਭਾਅ ਦੀਆਂ ਕੁਛ ਗੱਲਾਂ ਕਿਵੇਂ ਸੀ, ਉਹਨਾਂ ਦੇ ਬਾਰੇ ਕੋਈ ਜਾਣਕਾਰੀ ਦਿਓਗੇ? ਸੁਭਾਅ ਬਹੁਤ ਅੱਛਾ ਸੀ, ਹੇਕ ਬਹੁਤ ਤਕੜੀ ਸੀ, ਗਾਉਂਦੀ ਬਹੁਤ ਜ਼ਿਆਦਾ ਬਹੁਤ। ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲ ਕੋਈ ਯਾਦ ਜੁੜੀ ਹੋਵੇ ਜਿਹੜੀ ਕਦੇ ਭੁੱਲ ਨਾ ਸਕਦੇ ਹੋ? ਹਾਸਾ ਮਜ਼ਾਕ ਚੱਲਦਾ ਸੀ ਬਹੁਤ, ਖਾਨ ਜਿਵੇਂ ਵਧਿਆ ਅਤੇ ਉਦੋਂ ਮੇਰੇ ਨਾਲ ਟੱਪੇ ਵੀ ਗਾਉਂਦੇ ਸੀ ਉਹ, ਕੀਮਾ ਮਲਕ ਵੀ ਮੇਰੇ ਨਾਲ ਗਾਉਂਦੀ ਰਹੀ ਆ, ਅਤੇ ਅੱਡੀ ਮਾਰ ਝਾਂਜਰ ਛਣਕਾਈ ਮਿੱਤਰਾਂ ਦਾ ਬੂਹਾ ਲੰਘ ਕੇ, ਨੀਂਦ ਕਟਕਾਂ ਦੀ ਆਈ ਮਾਰ ਗਈ ਮੈਂ ਖੰਘ ਖੰਘ ਕੇ, ਮੇਰੇ ਨਾਲ ਉਹ ਟੱਪੇ ਕੋਠੇ 'ਤੇ ਕਾਂ ਬੋਲ ਲਏ, ਚਿੱਠੀ ਮੇਰੇ ਮਾਹ ਗਈ ਵਿੱਚ ਮੇਰਾ ਹੀ ਨਾਂ ਬੋਲ ਲਏ, ਜਾਂ ਕੋਠੇ 'ਤੇ ਮੰਜਾ ਏ ਨੋਕ ਵਾਲੀ ਭਗਵਾਨ ਦਾ ਪ੍ਰਵਾਨਾ ਸਿਰੋਂ ਕੰਜਾ ਏ, ਉਹ ਕਹਿੰਦੇ ਹੁੰਦੇ ਸੀ। ਅੱਛਾ, ਤਖ਼ਤ ਦੀ ਚੌਥੀ ਏ ਤੇਰੇ ਨਾਲ ਕੀ ਗਾਉਣਾ, ਤੇਰੀ ਸੁੱਕੀ ਹੋਈ ਬੂਥੀ ਏ, ਮੈਂ ਉਹਨੂੰ ਕਹਿੰਦਾ ਹੁੰਦਾ ਸੀ। ਹਾਸੇ ਦੇ ਜਿਹੜੇ ਟੱਪੇ ਸੀ ਵੱਲੋਂ ਵਾਈਏ ਸੀ ਗਾਉਂਦੇ ਸੀ। ਨਹੀਂ ਤਾਂ ਕੋਈ ਇਹੋ ਜਿਹੀ ਕੋਈ ਕਦੇ ਗੁੱਸੇ ਗਿਲੇ ਦੀ ਕੋਈ ਬਹੁਤ ਹਾਸੇ ਠੱਠੇ ਦੀ ਕੋਈ ਯਾਰ ਜਿਹੜੀ ਸਰਮਾਇਆ ਬਣ ਗਈ ਹੋਵੇ? ਗੁੱਸਾ ਤਾਂ ਉਹਨੂੰ ਮੈਂ ਕਦੇ ਨਹੀਂ ਦਿਖਾਇਆ, ਗੁੱਸਾ ਤਾਂ ਨਹੀਂ, ਵੈਸੇ ਹਾਸਾ ਪ੍ਰੇਮ ਪਿਆਰ ਬਹੁਤ ਚੱਲਦਾ ਰਿਹਾ। ਬੀਬਾ ਨੇ ਮੇਰੇ ਗੀਤ ਲਿਖੇ, ਹੋਰ ਵੀ ਬਹੁਤ ਲੋਕਾਂ ਨੇ ਦੇ ਨਾਲ ਗਾਏ ਆ, ਬੜਾ ਪਵਾੜਾ ਪਾਇਆ ਨਹੀਂ। ਮੰਗਲ ਅਤੇ ਸ਼ੁੱਕਰਵਾਰ ਨੇ ਠੇਕੇ ਬੰਦ ਹੋਣ ਲੱਗ ਪਏ ਸੀ, ਮੰਗਲ ਸ਼ੁੱਕਰਵਾਰ ਠੇਕੇ ਰਹਿੰਦੇ ਬੰਦ, ਸ਼ਰਾਬੀ ਰੋਂਦੇ ਭਾਹਾਂ ਮਾਰਨੇ, ਬੜਾ ਪਵਾੜਾ ਪਾਇਆ ਨਹੀਂ ਮੰਗਲ ਅਤੇ ਸ਼ੁੱਕਰਵਾਰ ਨੇ, ਉਹ ਕਹਿੰਦੇ ਥਾਣੇ ਵਾਲੇ ਮਾਹੀ ਆ ਗਏ ਤੈਨੂੰ ਪੁੱਤ ਬਣਾ ਕੇ ਛੱਡਣਗੇ, ਲੋਕਾਂ ਦੇ ਨਾਮ ਮੇਰੇ ਉਹਨੇ ਗੀਤ ਬਹੁਤ ਗਾਇਆ ਜੀ। ਬੀਬਾ ਦੀ ਜਿਹੜੀ ਗਾਇਕੀ ਬਹੁਤ ਤਕੜੀ ਸੀ, ਆਖਰ ਐਂਡ ਸੀ, ਐਂਡ ਵਿੱਚ ਉਹਦਾ ਆਵਾਜ਼ ਘੱਟ ਚੱਲੀ ਸੀਗੀ, ਦੰਦਾਂ ਵਿੱਚ ਟਰੈਵਲ ਆ, ਮੇਰੀ ਦੰਦਾਂ ਦੀ ਟਰੈਵਲ ਹੈ ਪਰ ਇਹ ਕਦੇ ਮਹਿਸੂਸ ਨਹੀਂ ਹੋਈ, ਉਹਦੀ ਜਾਣੀ ਐਂ ਸੀ ਆਵਾਜ਼ ਫਰਕ ਆ ਗਿਆ ਸੀ ਜੀ। ਆਪਾਂ ਇੱਥੇ ਇੱਕ ਨਿੱਕਾ ਜਿਹਾ ਵਕਫਾ ਲੈ ਲਈਏ, ਬਾਕੀ ਦੀ ਗੱਲ ਫਿਰ ਕਰਦੇ ਹਾਂ। ਜੱਜ ਦਾ ਵਿਚਾਰ। ਬਾਪੂ ਜੀ, ਬਹੁਤ ਸਾਰੇ ਗਾਇਕ ਗੀਤਕਾਰ ਤੁਹਾਡੇ ਸਮਕਾਲੀ ਵੀ ਰਹਿ ਚੁੱਕੇ ਨੇ, ਉਹਨਾਂ 'ਚੋਂ ਕੋਈ ਤੁਹਾਡੇ ਨਾਲ ਰਾਬਤੇ 'ਚ ਹੈ ਇਸ ਵੇਲੇ? ਆਈਨਸਟਾਈਨ ਵੇਲਜੋ, ਉਹਨਾਂ ਵਿੱਚੋਂ ਜੋ ਜਿਹਨਾਂ ਸੀ ਉਹ ਸਾਰੇ ਗੁਜ਼ਰ ਚੁੱਕੇ ਆ। ਅੱਛਾ ਜੀ। ਨਵੇਂ ਹੈਗੇ ਆ, ਉਹਨਾਂ ਦੇ ਨਾਲ ਸਟੇਜਾਂ ਉੱਤੇ ਮੇਲਿਆਂ 'ਤੇ ਅਸੀਂ ਮਿਲਦੇ ਰਹੇ ਹਾਂ, ਜਾਂ ਗਾਇਆ ਸੀਮਾ ਅਡਵਾਨੀ, ਜਾਂ ਇੱਕ ਸੰਤੋਸ਼ ਲਤਾ ਸੀ, ਹੋਰ ਉਹਨਾਂ ਨੇ ਮੇਰੇ ਨਾਲ ਬਹੁਤ ਪ੍ਰੋਗਰਾਮ ਜ਼ਿਆਦਾ ਕੀਤਾ, ਅਤੇ ਬਾਕੀ ਜਿਹੜੇ ਨਵੇਂ ਜਿਹੜੇ ਮਸ਼ਹੂਰ ਨੇ ਉਹਨਾਂ ਵਿੱਚੋਂ ਤਕਰੀਬਨ ਬੀਬਾ ਵੀ ਗੁਜ਼ਰ ਗਈ ਹੈ, ਸਵਰਨਤਾ ਗੁਜ਼ਰ ਗਈ ਹੈ, ਸ਼ਰਲ ਕੌਰ ਗੁਜ਼ਰ ਗਈ ਹੈ, ਜਗਮੋਹਨ ਗੁਜ਼ਰ ਗਈ ਹੈ, ਤਕਰੀਬਨ ਸਾਰੇ ਹੀ ਹੋਣ। ਹੋਰ ਕਿਸੇ ਗਾਇਕ ਦੇ ਨਾਲ, ਗੀਤਕਾਰ ਦੇ ਨਾਲ ਕੋਈ ਯਾਦ ਤੁਹਾਡੀ ਜੁੜੀ ਹੋਵੇ ਉਹ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ? ਕੋਈ ਜਵਾਨੀ ਦੀ, ਕੋਈ ਗੀਤਾਂ ਦੀ, ਕੋਈ ਪ੍ਰੋਗਰਾਮ ਲਾਉਣ ਜਾਂਦੇ ਸੀ ਕਿਸੇ ਮੇਲੇ ਦੀ, ਕੋਈ ਹੋਰ? ਉਹ ਤਾਂ ਸੰਤੋਸ਼ ਲਤਾ ਇੱਕ ਮਧਰਲੀ ਕੁੜੀ ਸੀ, ਉਹਦਾ ਕਹਿ ਸਕਦੇ ਹਾਂ, ਕਿਉਂਕਿ ਉਹ ਥੋੜ੍ਹਾ ਮੇਰੇ ਨਾਲ ਬਹੁਤਾ ਜ਼ਿਆਦਾ ਉਹਨੇ ਪ੍ਰੋਗਰਾਮ ਕੀਤਾ, ਅਤੇ ਸਿੰਧ ਸੋਨੀਆ ਦੇ ਨਾਲ ਅਸੀਂ ਇਕੱਠੇ ਆਉਂਦੇ, ਇਕੱਠੇ ਖਾਂਦੇ, ਇਕੱਠੇ ਪੀਂਦੇ ਵੀ ਰਹੇ ਹਾਂ ਸਿੰਧ ਸੋਨੀਆ ਦੇ ਨਾਲ, ਅਤੇ ਮੈਂ ਜਿਹੜੀ ਉਹ ਦਾਇਰੇ ਤੋਂ ਗਾਹਾਂ ਅੱਗੇ ਨਹੀਂ ਵਧਿਆ। ਪਰ ਉਦਾਂ ਪ੍ਰਵਾਨਾ ਸਾਹਿਬ, ਜਵਾਨੀ ਦੇ ਵਿੱਚ ਕੋਈ ਪਿਆਰ ਮੁਹੱਬਤ ਤਾਂ ਕਿਸੇ ਨਾਲ ਹੋਈ ਪਊ? ਸਾਂ ਵਿਆਹ ਤੋਂ ਪਹਿਲਾਂ ਸੀ, ਸੀਗਾ ਖਾਨਪੁਰ। ਅੱਛਾ, ਉੱਥੇ ਹੋਇਆ ਸੀ ਜਦੋਂ ਉਹ ਪਿਆਰ ਟੁੱਟ ਗਿਆ, ਉਸ ਵਕਤ ਉਹਦੀ ਮੈਰਿਜ ਹੋ ਗਈ, ਮੈਂ ਉਸੇ ਵੇਲੇ ਮਕਾਨ ਘਰਦਿਆਂ ਨੇ ਵੇਚਤਾ ਸੀ ਲੁਧਿਆਣਾ। ਬਸ ਗਾਇਕੀ ਦੇ ਵਿੱਚ ਵਿਚਰਦਿਆਂ ਕੁਛ ਇੱਦਾਂ ਦੀ? ਇਹਦੇ ਵਿੱਚ ਕੋਈ ਖਾਸ ਨਹੀਂ, ਇਹਦੇ ਵਿੱਚ ਕੋਈ ਖਾਸ ਮਿਸਟੇਕ ਨਹੀਂ ਹੈ, ਐਂ ਹਾਸਾ ਮਜ਼ਾਕ ਜ਼ਿਆਦਾ ਹੈ, ਇਹਦੇ ਵਿੱਚ ਜਾਣੀ ਬਹੁਤਾ ਇਹੋ ਜਿਹਾ ਕੁਛ ਨਹੀਂ ਹੈਗਾ। ਜਿਹੜੇ ਤੁਹਾਡੀ ਔਲਾਦ ਆ, ਤੁਹਾਡੇ ਪੁੱਤ ਆ, ਤੁਹਾਡੀਆਂ ਧੀਆਂ, ਕਿਸੇ ਨੂੰ ਗਾਉਣ ਦਾ ਜਾਂ ਲਿਖਣ ਦਾ ਸ਼ੌਕ ਹੈ ਉਹਨਾਂ ਦੇ ਵਿੱਚੋਂ ਕਿ ਨਹੀਂ? ਹੈ, ਬੋਲੂ ਵੀ ਹੈ, ਪਰ ਇਹਦੀਆਂ ਜ਼ਿੰਮੇਵਾਰੀਆਂ ਬਹੁਤੀਆਂ ਵੱਧ ਗਈਆਂ, ਕੁਛ ਮੈਂ ਇਹਨੂੰ ਤੰਗ ਬਹੁਤਾ ਕਰ ਰਿਹਾ, ਮੇਰਾ ਇਹਦੇ ਦਿਮਾਗ 'ਤੇ ਜਿਹੜਾ ਲੋਡ ਆ ਉਹ ਬਹੁਤ ਜ਼ਿਆਦਾ ਪਿਆ ਹੈ, ਅਤੇ ਦੂਜਾ ਇਹ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ, ਅਤੇ ਸੱਸ ਹੈ ਉਹਦਾ ਸੁਭਾਅ ਥੋੜ੍ਹਾ ਸਖਤ ਹੋਣ ਕਰਕੇ ਉਹ ਇਹਨੂੰ ਫਿਰ ਪਰੇਸ਼ਾਨੀ ਰਹਿੰਦੀ ਹੈ, ਅਤੇ ਬਾਕੀ ਜਿਹੜਾ ਵੱਡਾ ਮੁੰਡਾ ਉਹਦੀ ਆਵਾਜ਼ 'ਚ ਮੇਰੇ ਵਾਲਾ ਗੜਸ ਹੈਗਾ,
ਪਰ ਉਹ ਧਾਰਮਿਕ ਮਾੜਾ ਮੋਟਾ ਗਾਉਂਦਾ ਰਿਹਾ, ਲੇਕਿਨ ਉਹ ਨਹੀਂ ਇਸ ਪਾਸੇ ਉਹ ਵਧਿਆ ਨਹੀਂ ਹੈ। ਜੇ ਤੁਹਾਡੀ ਔਲਾਦ ਗਾਉਂਦੀ ਜਾਂ ਲਿਖਦੀ ਤੁਹਾਨੂੰ ਚੰਗਾ ਲੱਗਦਾ, ਤੁਹਾਡੀ ਇੱਛਾ ਸੀ ਕਿ ਇਹ ਅੱਗੇ ਵਧਾਉਣ ਕਲਾ ਨੂੰ? ਇਹਦੇ ਵਿੱਚ ਮੈਨੂੰ ਸ਼ੱਕ ਸੀ ਬਈ, ਕਈ ਵਾਰ ਤਾਂ ਜਿਹੜੀ ਕਲਾ ਬੰਦੇ ਨੂੰ ਬਹੁਤ ਜ਼ਿਆਦਾ ਉੱਚਾ ਲੈ ਜਾਂਦੀ ਹੈ, ਐਸ਼ਾਂ ਕਰਵਾ ਦਿੰਦੀ ਹੈ ਵੱਡਾ, ਕਈ ਵਾਰੀ ਐਸਾ ਭੁੱਖਾ ਮਾਰਦੀ ਹੈ ਕਿ ਬੁਰਾ ਹਾਲ ਕਰਵਾਉਂਦੀ ਹੈ। ਮੈਂ ਤਾਂ ਡਰਦਾ ਸੀ ਵੀ ਆਪਣੇ ਕੋਈ ਹੋਰ ਕੰਮ ਕਰ ਦੇਣ ਤਾਂ ਠੀਕ ਹੈ, ਮੇਰੇ ਮਨ 'ਚ ਇਹ ਡਰ ਸੀ। ਜਿਹੜੇ ਧਿਆਨ ਸਿੰਘ ਕੰਪਲੈਕਸ ਦੇ ਵਿੱਚ ਤੁਸੀਂ ਬਹਿੰਦੇ ਰਹੇ ਹੋ, ਜਿੱਥੇ ਤੁਹਾਡਾ ਫੱਟਾ ਟੱਗਿਆ ਹੁੰਦਾ ਸੀ, ਅੱਜ ਕੱਲ੍ਹ ਉੱਥੇ ਸੁਣਨਾ ਸੁਣਦਾ, ਉੱਥੇ ਕੋਈ ਕਲਾਕਾਰ ਨਹੀਂ ਲੱਭਦਾ ਇੱਕ ਦੋ ਨੂੰ ਛੱਡ ਕੇ, ਪਰੋਂ ਮਿਲਦੇ ਨਹੀਂ। ਦੁੱਖ ਹੁੰਦਾ ਦੇਖ ਕੇ ਵੀ ਇਹ ਸਾਰਾ ਬਾਗ ਉਜੜਿਆ ਪਿਆ, ਹੁਣ ਉਜੜਿਆ ਪਿਆ, ਦੁੱਖ ਹੁੰਦਾ ਇਸ ਗੱਲ ਦਾ? ਦੁੱਖ ਤਾਂ ਹੁੰਦਾ, ਦੁੱਖ ਤਾਂ ਹੁੰਦਾ। ਅੱਜ ਪੈਸਾ ਪੈਸੇ ਵਗੈਰ ਬੰਦਾ ਤੁਰ ਨਹੀਂ ਸਕਦਾ, ਔਰ ਨਵੇਂ ਕਲਾਕਾਰ ਜਿਹੜੇ ਪੁਰਾਣੇ ਕਲਾਕਾਰ ਸਾਰੇ ਉੱਡ ਗਏ, ਕਿਹਨੇ ਇਹ ਡੀਜੇ ਆ ਗਿਆ, ਡੀਜੇ ਇੱਥੋਂ ਹੋ ਗਿਆ ਕੰਮ, ਹੁਣ ਵਿਆਹ ਖਾਊਂਗਾ ਇਹਨਾਂ ਨੂੰ ਮੌਕਾ ਨਹੀਂ ਆਉਂਦਾ। ਤੁਸੀਂ ਪਾਣੀ ਦੀਆਂ ਦੋ ਘੁੱਟਾਂ ਭਰੋ ਅਤੇ ਫਿਰ ਆਪਾਂ ਤੁਹਾਡੇ ਕੋਲ ਗਾਣਾ ਸੁਣਨਾ। ਮੈਂ ਗਾਣਾ ਤੁਹਾਨੂੰ ਇਹੀ ਦੱਸਣ ਲੱਗਿਆ ਹਾਂ ਵੀ ਕਲਾਕਾਰ ਕਿੱਦਾਂ ਕਿੱਦਾਂ ਭੱਜੇ ਆ। ਅੱਲਾ ਬਿਸਮਿਲ੍ਲਾ ਤੇਰੀ ਜੁਗਣੀ 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 ਪਹਿਲਾਂ ਕੀ ਸੀ ਅਤੇ ਹੁਣ ਜੁਗਣੀ ਕੀ ਆ? ਆ ਕਲਾਕਾਰ ਸਾਰੇ ਮੇਲਿਆਂ 'ਤੇ ਆ ਗਏ ਵੱਡੇ ਵੱਡੇ ਵੀ। ਅੱਲਾ ਬਿਸਮਿਲ੍ਲਾ ਤੇਰੀ ਜੁਗਣੀ, ਚੰਨ ਮੱਖਣਾ ਵੇ ਤੇਰੀ ਜੁਗਣੀ, ਪੈਰ ਪੈਰ 'ਤੇ ਗਿਰਗਟ ਵਾਂਗੂ ਕਲਯੁਗ ਦੇ ਇਸ ਸਮੇਂ ਦੇ ਅੰਦਰ, ਬਹੁਤੇ ਰੰਗ ਵਟਾਉਂਦੀ ਹੈ ਤੇਰੀ ਜੁਗਣੀ, ਬੜੇ ਪਵਾੜੇ ਪਾਉਂਦੀ ਹੈ ਤੇਰੀ ਜੁਗਣੀ। ਪਹਿਲਾਂ ਕਹਿੰਦਾ ਤੁੰਬੀ ਦੇ ਨਾਲ ਜੰਮ ਲਿਆ ਚੱਟਾ, ਤੂੰ ਜੁਗਣੀ ਨੂੰ ਗਾਉਂਦਾ ਸੀ, ਉਸ ਮਾਲਕ ਨੂੰ ਚੇਤੇ ਰੱਖੋ ਦੁਨੀਆਂ ਨੂੰ ਸਮਝਾਉਂਦਾ ਸੀ, ਪਰ ਹੁਣ ਪੂਛਾਂ ਵਾਲਾ ਸਰਮਾ ਪਾ ਕੇ ਪੈਲਸ ਦੇ ਵਿੱਚ ਲੱਕ ਹਿਲਾ ਕੇ ਮੋਟੇ ਨੋਟ ਕਮਾਉਂਦੀ ਹੈ ਤੇਰੀ ਜੁਗਣੀ। ਉੱਤੋਂ ਰਹੀ ਨਿੰਦਰ ਵੀ ਵਾਸੀ ਜੁਗਣੀ ਨੂੰ ਗਾਉਂਦੀ, ਕੰਨਾਂ ਉੱਤੇ ਹੱਥ ਲਾ ਕੇ ਲੰਮੀਆਂ ਹੇਕਾਂ ਲਾਉਂਦੀ, ਅੱਜ ਵੇਖ ਸ਼ਰਾਬੀ ਲੋਕਾਂ ਨੂੰ ਹੱਥੀਂ ਪੈਗ ਲਵਾਉਂਦੀ ਹੈ ਪੈਲਸ ਦੇ ਵਿੱਚ ਨੋਟਾਂ ਦੀ ਖਾਤਰ। ਤੇਰੀ ਜੁਗਣੀ ਅੱਲਾ ਬਿਸਮਿਲ੍ਲਾ ਤੇਰੀ ਜੁਗਣੀ, ਤੁੰਬੀ ਦੇ ਨਾਲ ਜੰਮ ਰਿਹਾ ਝੱਟ ਹਨ, ਕਹਿੰਦਾ ਗਿੱਧਾ ਭੰਗੜਾ ਪਾਉਣ ਵਾਲੀ ਵਾਹ ਕਾਲ ਯੁਗ ਦੀ ਕੂੰਜੇ, ਬੜੇ ਪੁਰਾਣੇ ਕਲਾਕਾਰ ਬੜੇ ਸੁਰੀਲੇ ਕਲਾਕਾਰ ਤਾਂ ਫੜ ਕੇ ਲਾ ਤੇ ਖੂੰਜ, ਬੜੇ ਸੁਰੀਲੇ ਲੋਕਾਂ ਦੇ ਹੁਣ ਦਫ਼ਤਰ ਬੰਦ ਕਰਾਉਂਦੀ ਹੈ, ਤੁਸੀਂ ਜਿਹੜੀ ਗੱਲ ਆਖੀ, ਬੜੇ ਸੁਰੀਲੇ ਲੋਕਾਂ ਦੇ ਦਫ਼ਤਰ ਬੰਦ ਕਰਾਉਂਦੀ ਹੈ ਤੇਰੀ ਜੁਗਣੀ ਡੀਜੇ ਵਾਲਾ। ਅੱਲਾ ਬਿਸਮਿਲ੍ਲਾ ਤੇਰੀ ਜੁਗਣੀ, ਤਨ ਮੱਖਣਾ ਵੇ ਤੇਰੀ ਜੁਗਣੀ। ਚਤੁਰ ਸਿੰਘ ਪਰ ਆਖਰੀ ਅੰਤਰ ਮੈਂ ਭੁੱਲਦਾ ਵੀ ਗਿਆ, ਮੈਂ ਆਖਰੀ ਗੱਲ ਕਹਿ ਦਊਂਗਾ। ਹਾਂ ਚਤੁਰ ਸਿੰਘ ਪਰਵਾਨੇ ਨੂੰ ਆਪਣੇ ਵਾਂਗਣ ਚਾਹੁੰਦੀ ਆ, ਹੁਣ ਨੱਚਣ ਮੈਨੂੰ ਵੀ ਪੈ ਗਿਆ, ਇਹਨਾਂ ਨੂੰ ਨੱਚਦਿਆਂ ਵੇਖ ਕੇ ਇੱਥੋਂ ਨੋਟ ਕਰੋ ਚਤ ਬਈ ਇਹ ਨੱਚਣਾ ਕਿੱਥੋਂ ਆਦਤ ਪਈ। ਮੈਂ ਦੇਖਦਾ ਵੀ ਨੱਚਣ ਦਾ ਯੋਗ ਆ ਗਿਆ ਵੀ ਮੈਂ ਵੀ ਨੱਚ ਕੇ ਦਿਖਾਵਾਂ, ਜਿੱਥੇ ਮੈਂ ਨੱਚਿਆ ਉੱਥੇ ਇਹਨਾਂ ਦੀ ਬੱਸ ਹੋ ਜਾਂਦੀ ਹੈ, ਇਹਨਾਂ ਦੀ ਬੱਸ ਹੋ ਜਾਂਦੀ ਹੈ, ਬੜੇ ਸਰੀਰ ਚਤੁਰ ਸਿੰਘ ਵਰਾਉਣੇ ਨੇ ਹੁਣ ਆਪਣੇ ਵਾਂਗ ਨਚਾਉਂਦੀ ਹੈ ਤੇਰੀ ਜੁਗਣੀ, ਬੜੇ ਪਵਾੜੇ ਪਾਉਂਦੀ ਹੈ, ਅੱਲਾ ਬਿਸਮਿਲ੍ਲਾ ਤੇਰੀ ਜੁਗਣੀ, ਚੰਨ ਮੱਖਣਾ ਮੇਰਾ ਵਾਲਿਆ ਤੇਰੀ ਜੁਗਣੀ। ਇਹ ਗੀਤ ਹੈ। ਤੁਹਾਨੂੰ ਹੁਣ ਤਿਆਰ ਤਿਉਰ ਹੋਣ ਦੀ ਜਾਂ ਥੋੜ੍ਹਾ ਜਿਹਾ ਬਣ ਠਣ ਕੇ ਰਹਿਣ ਦੀ ਜਾਂ ਹਰ ਰੋਜ਼ ਨਹਾ ਧੋ ਕੇ ਲਿਸ਼ਕ ਪੁਸ਼ਕ ਕੇ ਰਹਿਣ ਦੀ ਬਿਲਕੁਲ ਆਦਤ ਵੀ ਨਹੀਂ? ਮੈਂ ਸਹੁੰ ਖਾਂਦਾ, ਅੱਜ ਤੁਸੀਂ 9 ਮਹੀਨੇ ਬਾਅਦ ਆਹ ਬਾਬੀ ਨੇ ਇਸ ਉਮੀ ਤੋਂ ਲਿਫਾਫੇ 'ਚੋਂ ਕਢਾਈ ਹੈ, ਮੈਨੂੰ ਕਿਸੇ ਨੇ ਆਖਿਆ ਸੀ ਧੋ ਲਾ, ਮੈਂ ਧੋਣ ਹੀ ਮੈਂ ਝਾੜ ਚੁੱਟ ਕੇ ਅੱਜ ਥੋੜ੍ਹਾ ਅੱਜ ਫਿਰ ਹਿਸਾਬ 'ਚ ਹੈ, ਅੱਜ ਮੈਂ ਪਾਈ ਹੈ, ਮੈਂ ਕਦੇ ਬਾਬੀ ਨਹੀਂ ਪਾਈ, ਕਲੇਰ ਦੱਸ ਦੇਵੇ ਕਦੇ ਕਦੇ ਪੱਗ ਨਹੀਂ ਬੰਨੀ, ਔਰ ਸਾਡੇ ਬੀਬੀਆਂ ਕੁੜੀਆਂ ਬੈਠੀਆਂ ਨੇ ਮੈਂ ਡਾਈ ਨਹੀਂ ਲਾਈ, ਕਦੇ ਮੈਂ ਕੱਟ ਕਿਤੇ ਦੱਸ ਲਿਆ, ਕਦੇ ਕਦੇ ਚਿਰ ਬਾਅਦ ਨਹਾ ਲੈਂਦੇ ਹੋ? ਨਹਾਉਂਦਾ ਰੋਜ਼ ਹੀ ਹਾਂ, ਹੁਣ ਤਾਂ ਰੋਜ਼ ਨਵਾਂ, ਜੇ ਕਿਤੇ ਠੰਡ ਹੈ ਤਾਂ ਇੱਕ ਦਿਨ ਨਾ ਵੀ ਸਹੀ। ਮੈਂ ਸਿਰਫ ਤਾਂ ਗੱਲਾਂ ਕਹਿ ਰਿਹਾ ਕਿਉਂਕਿ ਸਾਨੂੰ ਤੁਹਾਡਾ ਫਿਕਰ ਆ, ਜਦੋਂ ਠੰਡ ਆ ਜਾਣੀ ਹੈ ਫਿਰ ਰੋਜ਼ ਨਹੀਂ ਨਾ ਹੋਵੋ, ਕਈ ਵਾਰੀ ਕਈ ਦਿਨ ਨਿਕਲ ਜਾਂਦੇ ਆ,
ਹੁਣ ਮੈਂ ਤਕਰੀਬਨ ਰੋਜ਼ ਨਾਲ ਲੈਂਦਾ, ਕਿਤੇ ਜੇ ਕਿਤੇ ਬੱਦਲ ਜਾਂ ਮੀਂਹ ਪੈ ਗਿਆ ਤਾਂ ਉਸ ਦਿਨ ਕਿਤੇ ਨਾ ਵੀ ਲਾ ਪੈ। ਅੱਜ ਮੈਂ ਨਹੀਂ ਨਹਾਤਾ, ਅੱਜ ਤੁਸੀਂ ਤੁਹਾਡੇ ਘਰ ਤੁਹਾਡਾ ਉਹ ਟਾਈਮ ਮਿਲ ਸਕਦਾ। ਬਾਪੂ ਜੀ ਹਮੇਸ਼ਾ ਖੁਸ਼ ਰਿਹਾ ਕਰੋ, ਚੰਗਾ ਸੋਚਿਆ ਕਰੋ, ਤਾਂ ਹੀ ਸਿਹਤ ਜਿਹੜੀ ਆ ਵਾਪਸ ਤੁਹਾਡੇ ਕੋਲ ਆਏਗੀ। ਸਹੀ ਗੱਲ ਹੈ ਜੀ, ਜੇ ਪਹਿਲਾਂ ਹੀ ਆਪਾਂ ਨਕਾਰਾਤਮਕ ਸੋਚੀ ਜਾਵਾਂਗੇ ਤਾਂ ਸਾਰਾ ਕੁਝ ਫਿਰ ਡੁੱਬਦਾ ਡੁੱਬਦਾ ਡੁੱਬ ਹੀ ਜਾਊਗਾ। ਨਹੀਂ ਠੀਕ ਹੋ ਰਿਹਾ ਬਾਪੂ ਜੀ, ਕੀ ਕਹਿਣਾ ਚਾਹੋਗੇ ਉਲਾਂਭਾ ਜਾਂ ਕਿਸੇ ਨੂੰ ਕੋਈ ਸੁਨੇਹਾ ਜਾਂ ਕੀ ਤੁਹਾਡੇ ਮਨ ਦੇ ਵਿੱਚ ਚੱਲਦਾ ਕੀ ਹੈ ਇਸ ਵੇਲੇ? ਤੁਸੀਂ ਜਿਵੇਂ ਪਹਿਲੀ ਕਿਸ਼ਤ 'ਚ ਕਿਹਾ ਕਿ ਮੌਤ ਨੂੰ ਉਡੀਕ ਰਹੇ ਹਾਂ, ਮੌਤ ਮੈਨੂੰ ਇੱਕ ਸੈਕਿੰਡ ਵੀ ਨਹੀਂ ਭੁੱਲਦੀ। ਜੇ ਮੈਂ ਕੋਈ ਗੀਤ ਬੈਠਾ ਖੁਸ਼ੀ ਦਾ ਗਾਉਣਾ ਉਦੋਂ ਵੀ ਨਹੀਂ ਭੁੱਲਦੀ। ਜੇ ਮੈਨੂੰ ਇੰਨਾ ਕੁ ਪੈਗ ਮਿਲ ਗਿਆ ਰਾਤ ਨੂੰ ਰੋਟੀ ਨਾਲ, ਉਹਦੇ ਨਾਲ ਕੁਛ ਥੋੜ੍ਹਾ ਐਂ ਹੋ ਜਾਂਦਾ ਵੀ ਮੈਂ ਬੈਠੇ ਬੈਠੇ ਸਰੂਰ ਦੇ ਵਿੱਚ ਗਾਣਾ ਬੋਲਣ ਲੱਗ ਪੈਣਾ ਜਾਂ ਗੱਲਾਂ ਖੁਸ਼ੀਆਂ ਸੋਚ ਲੈਣਾ, ਪਰ ਨਾਲ ਹੀ ਉਦੋਂ ਵੀ ਜਦੋਂ ਮੈਂ ਮੌਤ ਖੜੀ ਹੁੰਦੀ ਹੈ ਬਈ ਹਾਸਾ ਕਿਹੜੀ ਗੱਲ ਦੀ ਖੁਸ਼ੀ ਕਰਦਾ, ਜਦੋਂ ਮਾਰੇ ਹੀ ਜਾਣਾ ਰਹਿਣਾ ਕੁਛ ਵੀ ਨਹੀਂ ਹੈ। ਉਹ ਐਂਡ ਨੂੰ ਵੇਖ, ਉਹਦੇ ਤੇ ਸਾਹਮਣੇ ਦੱਕੜਾਂ ਦੇ ਵਿੱਚ ਬੰਦਾ ਕਿੱਦਾਂ ਖੁਸ਼ੀ ਨਾਲ ਚੱਲਦਾ। ਇੱਕ ਹਰਨਾਮ ਬਾਬਾ ਹੁਣ ਮਰਿਆ, ਉਹ ਮੇਰੇ ਹਰ ਟਾਈਮ ਸਾਹਮਣੇ ਆ ਜਾਂਦਾ ਹਰ ਟਾਈਮ, ਆ ਥੋੜ੍ਹੀ ਸ਼ਿਮਲਾਪੁਰੀ। ਮੌਤ ਕਦੇ ਵੀ ਨਹੀਂ ਭੁੱਲਦੀ, ਇੱਕ ਮਿੰਟ ਵੀ ਨਹੀਂ ਭੁੱਲਦੀ, ਇੱਕ ਸੈਕਿੰਡ ਵੀ ਨਹੀਂ ਭੁੱਲਦੀ। ਦਿਮਾਗ 'ਚੋਂ ਕਿੰਨੀ ਮਰਜ਼ੀ ਖੁਸ਼ੀ ਮਿਲ ਜਾਏ, ਜਿੰਨਾ ਮੈਨੂੰ ਤੁਸੀਂ 10,000 ਰੁਪਇਆ ਫੜਾ ਜਾਓ, ਫਿਰ ਵੀ ਉਹ ਨਾਲ ਇਹ ਹੋਣਾ ਵੀ ਇਹ ਕਿੰਨੇ ਚਿਰ ਚੱਲੂਗਾ। ਫਿਰ ਮੌਤ ਖੜੀ ਹੈ, ਫਿਰ ਮੌਤ ਖੜੀ। ਆਪਾਂ ਹੁਣ ਅੱਗੇ ਲੱਗੇ ਜੀ, ਪਰ ਮੈਂ ਵਾਕਈ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੀ। ਇੱਕ ਤਾਂ ਮੈਂ ਜ਼ਰੂਰ ਦੱਸਦਿਆਂ ਕਿ ਬਾਰ ਬਾਰ ਕਲੇਰ ਅਤੇ ਕੁਲਦੀਪ ਦਾ ਨਾਮ ਤੁਸੀਂ ਸੁਣਿਆ ਹੋਏਗਾ, ਇਹ ਉਹ ਪਰਿਵਾਰ ਹੈ ਜਿਹੜਾ ਇਸ ਵੇਲੇ ਚਤਰ ਸਿੰਘ ਪਰਵਾਨਾ ਹੋਰਾਂ ਦੇ ਨਾਲ ਇਸ ਘਰ ਦੇ ਵਿੱਚ ਰਹਿ ਰਿਹਾ ਹੈ। ਉਹਨਾਂ ਦਾ ਬਾਰ ਬਾਰ ਉਹ ਵੀ ਕਿਰਾਏ ਦੇ ਉੱਤੇ ਰਹਿੰਦੇ ਆ ਜੀ, ਅਤੇ ਜਿਹੜੇ ਘਰ ਦੇ ਵਿੱਚ ਉਹ ਕਿਰਾਏ 'ਤੇ ਰਹਿੰਦੇ ਆ ਉਹਦੇ ਵਿੱਚ ਇੱਕ ਕਮਰੇ ਦੇ ਵਿੱਚ ਪਰਵਾਨਾ ਸਾਹਿਬ ਰਹਿੰਦੇ ਜੀ, ਬਿਲਕੁਲ। ਸੋ ਪ੍ਰੋਗਰਾਮ ਤਾਂ ਆਪਾਂ ਸਮੇਟਦੇ ਹਾਂ, ਪਰ ਫਿਰ ਇੱਕ ਵਾਰ ਅਸੀਂ ਇਹੀ ਗੱਲ ਕਹਾਂਗੇ ਕਿ ਆਪਾਂ ਮੌਕਾ ਸਾਂਭੀਏ। ਆਪਾਂ ਜ਼ਰੂਰੀ ਨਹੀਂ ਕਿ ਜ਼ਿੰਦਗੀ ਦੇ ਵਿੱਚ ਜੋ ਚੱਲ ਰਿਹਾ ਹੋਵੇ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਹੀ ਉਵੇਂ ਹੀ ਰਹੇਗਾ। ਸਮਾਂ ਬੜਾ ਬਲਵਾਨ ਹੈ, ਕਦੋਂ ਕਿੱਥੇ ਕਿਹੜੇ ਮੋੜ 'ਤੇ ਬਦਲ ਜਾਏ ਕੋਈ ਇਹਦੇ ਬਾਰੇ ਸੋਚ ਨਹੀਂ ਸਕਦਾ, ਵਿਚਾਰ ਨਹੀਂ ਸਕਦਾ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਣਾ ਪਏਗਾ ਜੀ। ਬਾਪੂ ਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੁਹਾਡੇ ਤੋਂ, ਅਤੇ ਅਸੀਂ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਅਤੇ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ, ਸਾਡੇ ਜਾਣ ਦਾ ਹੋ ਗਿਆ ਵੇਲਾ। ਸਾਨੂੰ ਤਿੰਨਾਂ ਦਿਓ ਇਜਾਜ਼ਤ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ 'ਤੇ ਪਹੁੰਚਾਇਓ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।